ਆਦਿ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ। ਕਹਿੰਦੇ ਭਾਈ ਉਹ ਪਰਮਾਤਮਾ ਜੀਵ ਦੀ ਰਿਜਕ ਦੀ ਪਾਲਣਾ ਜਿਹੜੀ ਆ, ਉਹਦੀ ਸਾਂਭ ਸੰਭਾਲ ਜਿਹੜੀ ਆ, ਉਹ ਪਰਮਾਤਮਾ ਨੇ ਕੀਤੀ ਹੋਈ ਹੈ। ਘਰ ਮੈਂ ਰਹਿ ਨਾ ਅੰਨ ਧਨ ਨੈ ਬਸਤਰ ਵਧੀਕਾ। ਕਹਿੰਦੇ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਘਰ ਦੇ ਵਿੱਚ ਉਹਨਾਂ ਕੀ ਰਸਤ ਬਸਤ ਰਹਿੰਦੀ ਆ। ਬਹੁਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਆਪਣੇ ਘਰ ਦੇ ਵਿੱਚ ਵਸਤਰ ਨਹੀਂ ਰੱਖਦੇ ਹਨ। ਕਰਿਓ ਨੇਮ ਸ੍ਰੀ ਸਤਿਗੁਰੂ ਐਸੀ ਬਿਦਨੀਕਾ। ਕਹਿੰਦੇ ਸਤਿਗੁਰੂ ਪਾਤਸ਼ਾਹ ਮਹਾਰਾਜ ਐਸੀ ਮਰਿਆਦਾ ਦੇ ਨਾਲ, ਐਸੀ ਵਿਧੀ ਦੇ ਨਾਲ ਜਿਹੜਾ ਵਾ ਨੇਮ ਨੂੰ ਨਿਭਾਉਂਦੇ ਹਨ। ਵਾਹਿਗੁਰੂ ਸਿੱਖ ਮੁਖ ਜਪੈ ਜਬ ਮਿਲੈ ਸੋ ਦੋਈ। ਕਹਿੰਦੇ ਕਿ ਸਤਿਗੁਰਾਂ ਨੇ ਹੁਕਮ ਵੀ ਕੀਤਾ ਸੀ ਕਿ ਜਦੋਂ ਦੋਵੇਂ ਗੁਰਸਿੱਖ ਆਪਸ ਦੇ ਵਿੱਚ ਮਿਲਣ ਤੇ ਵਾਹਿਗੁਰੂ ਦਾ ਜਿਹੜਾ ਸਿਮਰਨ ਜਾਪ ਕਰਨ। ਪੈਰੀ ਪਵਨਾ ਸਤਿਗੁਰੂ ਆਪਸ ਮੈਂ ਹੋਈ। ਕਹਿੰਦੇ ਆਪਸ ਦੇ ਵਿੱਚ ਮਿਲ ਕੇ ਜਿਹੜਾ ਵਾ ਉਸਤ ਦੇ ਪਿਆਰ ਦੇ ਸ਼ਬਦ ਗਾਉਣ। ਜੋਤ ਸਨੇਹ ਸਿਮਰਨ ਕਰਹਿ ਗੁਰ ਦਰਸ਼ਨ ਪਾਵੈ। ਕਹਿੰਦੇ ਜਿਹੜੇ ਸਤਿਗੁਰਾਂ ਦੇ ਜਿਹੜਾ ਵਾ ਸਿਮਰਨ ਕਰਨ ਦੇ ਨਾਲ ਸਤਿਗੁਰਾਂ ਦੇ ਦਰਸ਼ਨ ਹੁੰਦੇ ਹਨ ਜੀ। ਨਈ ਰੀਤ ਗੁਰ ਸਦਨ ਕੀ ਭਿਖ ਜਗਤ ਰਸਾਵੈ। ਕਹਿੰਦੇ ਕਿ ਸੰਸਾਰ ਦੇ ਲੋਕ ਜਿਹੜੇ ਆ ਉਹ ਕਹਿੰਦੇ ਕਿ ਸਤਿਗੁਰਾਂ ਨੇ ਜਿਹੜੀ ਕੋਈ ਨਵੀਂ ਹੀ ਰੀਤ ਆਰੰਭ ਕਰ ਦਿੱਤੀ ਹੈ। ਨਿੰਦਹਿ ਖਲ ਬਿੰਦਹਿ ਨਹੀਂ ਇਹ ਮਗ ਨਿਰਵਾਨਾ। ਕਹਿੰਦੇ ਕਿ ਬੜੇ ਜਿਹੜੇ ਨਿੰਦਕ ਲੋਕ ਆ ਇਹ ਗੁਰਮੁਖੋ ਪਿਆਰਿਓ ਆਦਿ ਕਾਲ ਤੋਂ ਚੱਲਦਾ ਆਇਆ ਵਾ, ਅਤੇ ਜਿਹੜਾ ਬੰਦਾ ਸੱਚ ਦੇ ਰਾਹ 'ਤੇ ਚੱਲਦਾ ਵਾ ਉਹਦੀ ਬੜੀ ਨਿੰਦਿਆ ਕਰਨਾ ਕਰਦੇ ਆ। ਅੱਜ ਵੀ ਗੁਰਮੁਖੋ ਪਿਆਰਿਓ ਨਿੰਦਕ ਲੋਕ ਜਿਹੜੇ ਆ ਉਹ ਗੁਰਬਾਣੀ 'ਤੇ ਕਿੰਤੂ ਪ੍ਰਿੰਤੂ ਕਰੀ ਜਾਣਾ ਕਰਦੇ ਆ, ਉਹ ਸਰੋਵਰਾਂ 'ਤੇ ਕਿੰਤੂ ਪ੍ਰਿੰਤੂ ਕਰੀ ਜਾਣਾ ਕਰਦੇ ਆ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਕਿ ਨਿੰਦਕ ਲੋਕ ਜਿਹੜੇ ਆ ਉਹ ਆਪਣੀ ਮਾੜੀ ਮਤ ਤੋਂ ਜਿਹੜਾ ਵਾ ਉਹ ਹਟਣਾ ਨਹੀਂ ਕਰਦੇ। ਨਿੰਦਕ ਜਿਹੜਾ ਵਾ ਉਹ ਹਮੇਸ਼ਾ ਜਿਹੜਾ ਵਾ ਇਸ ਕਾਰਜ ਨੂੰ ਕਰਨ ਵਿੱਚ ਲੱਗਾ ਰਹਿਣਾ ਕਰਦਾ, ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਗੁਰਮੁਖੋ ਚੱਲ ਰਹੀ ਲੜੀਵਾਰ ਗੁਰਬਾਣੀ ਦਾ ਜਿਹੜਾ ਸਾਨੂੰ ਇਤਿਹਾਸ ਦਾ ਜਿਹੜਾ ਵਾ ਗੁਰਮੁਖੋ ਪਿਆਰਿਓ ਗਿਆਨ ਬਖਸ਼ਿਸ਼ ਕੀਤਾ ਵਾ, ਬਹੁਤ ਹੀ ਸਤਿਕਾਰਯੋਗ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਰਾਮ ਗੁਰਮੁਖੋ ਪਿਆਰਿਓ ਖਾਲਸਾ ਜੀ ਪਹੁੰਚੇ ਹਨ। ਉਹਨਾਂ ਦਾ ਇੰਗਲੈਂਡ ਦੀ ਧਰਤੀ ਦੇ ਆਉਣ 'ਤੇ ਜੀਓ ਆਇਆ ਦਾਸ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਿਓ, ਰਹਿਮਤ ਕਰਿਓ, ਮਹਾਂਪੁਰਸ਼ਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖ ਕੇ ਉੱਚਾ ਅਤੇ ਸੁੱਚਾ ਜੀਵਨ ਸਿੱਖੀ ਦਾ ਜਿਹੜਾ ਉਹਨਾਂ ਨੇ ਪ੍ਰਚਾਰ ਦਾ ਬੇੜਾ ਚੁੱਕਿਆ ਵਾ ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਰਹਿਮਤ ਦੇ ਨਾਲ ਕਾਰਜ ਹੁੰਦੇ ਆ। ਕਹਿਣ ਵਾਲੇ ਤਾਂ ਬੜਾ ਕੁਝ ਕਹਿਣਾ ਕਰਦੇ, ਅਸੀਂ ਗੁਰਮੁਖੋ ਪਿਆਰਿਓ ਮਹਿਕੇ ਨਗਰ ਦੇ ਲਾਗੇ ਰਹਿੰਦੇ ਹਾਂ, ਸਾਨੂੰ ਪਤਾ ਵਾ ਕਿ ਮਹਾਂਪੁਰਸ਼ਾਂ ਨੇ ਉੱਥੇ ਕਿਹੜੇ ਕਾਰਜ ਕੀਤੇ ਆ। ਉੱਥੇ ਗੁਰਮੁਖੋ ਪਿਆਰਿਓ ਜਿਹੜਾ ਵਾ ਅਕੈਡਮੀ ਚੱਲ ਰਹੀ ਆ, ਗਰੀਬ ਲੋਕਾਂ ਦੇ ਵਾਸਤੇ ਹੋਸਪਿਟਲ ਦੀ ਜਿਹੜੀ ਆ ਉੱਥੇ ਸੁਵਿਧਾ ਮਿਲ ਰਹੀ ਆ, ਰਾਤ ਹਨੇਰੇ ਸੁਨੇਰੇ ਜਦੋਂ ਮਰਜ਼ੀ ਜਾਣਾ ਕਰੀਏ। ਇਸੇ ਤਰੀਕੇ ਦੇ ਨਾਲ ਮਹਾਂਪੁਰਸ਼ਾਂ ਨੇ ਗੁਰਮੁਖੋ ਪਿਆਰੇ ਉੱਥੇ ਵਿਦਿਆਲੇ ਦੇ ਵਿੱਚ ਤੰਤੀ ਸਾਜ਼ਾਂ ਦਾ ਜਿਹੜਾ ਵਾ ਆਰੰਭਤਾ ਕਰਨਾ ਕੀਤੀ ਆ। ਬੜੇ ਬੜੇ ਉਹਨਾਂ ਨੇ ਮਹਾਂਪੁਰਸ਼ਾਂ ਨੇ ਗੁਰਮੁਖੋ ਪਿਆਰਿਓ ਕਾਰਜ ਜਿਹੜੇ ਆਰੰਭ ਕੀਤੇ ਆ। ਗੁਰੂ ਕਿਰਪਾ ਕਰੇ ਮਹਾਰਾਜ, ਚੜ੍ਹਦੀਆਂ ਕਲਾਂ ਵਾਲੇ ਜੀਵਨ ਬਖਸ਼ਿਸ਼ ਕਰਨ। ਜਿੰਨੀਆਂ ਵੀ ਸੰਗਤਾਂ ਗੁਰੂ ਦਰਬਾਰ ਦੇ ਵਿੱਚ ਹਾਜ਼ਰ ਹੋਈਆਂ, ਮਹਾਂਪੁਰਸ਼ਾਂ ਦੇ ਸਲਾਨਾ ਬਰਸੀ ਦੇ ਉੱਤੇ ਹਾਜ਼ਰ ਹੋਏ ਜੋ, ਗੁਰੂ ਕਿਰਪਾ ਕਰੇ ਸਭਨਾਂ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨ, ਕਦਮ ਕਦਮ ਲੇਖੇ ਦੇ ਵਿੱਚ ਲਾਉਣ, ਗੁਰਮਤ ਅਨੁਸਾਰ ਮਨੋ ਕਾਮਨਾਵਾਂ ਸੰਪੂਰਨ ਕਰਨ। ਕੀਲੀਆਂ ਪੰਕਤੀਆਂ ਸਰਵਣ ਕਰੋ ਜੀ। ਵਾਹਿਗੁਰੂ ਸਿੱਖ ਮੁਖ ਜਪੈ ਜਬ ਮਿਲੈ ਸੋ ਦੋਈ।
ਪੈਰੀ ਪਵਨਾ ਸਤਿਗੁਰੂ ਆਪਸ ਮੈਂ ਹੋਈ, ਜੁਤ ਸਨੇਹ ਸਿਮਰਨ ਕਰਹਿ ਗੁਰ ਦਰਸ਼ਨ ਪਾਵੈ, ਨਈ ਰੀਤ ਗੁਰ ਸਦਨ ਕੀ ਭਿਖ ਜਗਤ ਰਸਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਟਲ ਚਬਰ ਛਤਰ ਦੇ ਮਾਲਕ, ਤਖਤਾਂ 'ਤੇ ਵਿਰਾਜਮਾਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਗੁਰੂ ਨਵਾਜੀ ਗੁਰੂ ਪਿਆਰੀ ਸਾਹਿਬ ਸੰਗਤ ਜੀਓ, ਆਓ ਚਿੱਟਿਆਂ ਬਾਜਾਂ ਵਾਲੇ ਕਲਗੀਧਰ ਦਸ਼ਮੇਸ਼ ਪਿਤਾ ਦੀ ਬਖਸ਼ੀ ਹੋਈ ਫਤਿਹ ਨਾਲ ਸਾਂਝ ਪਾਈਏ, ਲਵਾਈਏ ਗੁਰਚਰਨਾਂ ਵਿੱਚ ਹਾਜ਼ਰੀ, ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਸੰਗ ਜੀ, ਪਰਸੋਂ ਰੋਜ਼ ਤੋਂ ਤੁਰਕੀ ਬਾਂਟੀ ਆਈ, ਤਿੰਨ ਸਗਲੀ ਚਿੰਤ ਮਿਟਾਈ ਦੇ ਮੁੱਖ ਵਾਕਾਂ ਅਨੁਸਾਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੱਬੀ ਬਾਣੀ ਦੇ ਜਾਪ ਆਰੰਭ ਹੋਏ ਸਨ, ਜਿਨ੍ਹਾਂ ਦੇ ਅੱਜ ਸੰਧਿਆ ਵੇਲੇ ਭੋਗ ਪਏ ਨੇ। ਭੋਗਾਂ ਤੋਂ ਉਪਰੰਤ ਆਰਤੀ ਆਰਤਾ ਕੀਰਤਨ ਹੁਕਮਨਾਮਾ ਸਾਹਿਬ ਆਪ ਜੀ ਨੇ ਸਰਵਣ ਕੀਤਾ ਹੈ। ਉਹਨਾਂ ਤੋਂ ਉਪਰੰਤ ਰਾਗੀ ਬਲਦੇਵ ਸਿੰਘ ਜੀ, ਵਿਦਿਆਰਥੀ ਦਮਦਮੀ ਟਕਸਾਲ, ਜਿਨ੍ਹਾਂ ਨੇ ਆਪ ਜੀ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ। ਉਹਨਾਂ ਤੋਂ ਉਪਰੰਤ ਗਿਆਨੀ ਜਸਪਾਲ ਸਿੰਘ ਜੀ, ਚੱਲ ਰਹੀ ਲੜੀਵਾਰ ਕਥਾ ਦਾ ਆਪ ਜੀ ਨੂੰ ਨਿਹਾਲ ਕਰਕੇ ਗਏ ਨੇ। ਉਹਨਾਂ ਤੋਂ ਉਪਰੰਤ ਹੁਣ ਸਾਡੇ ਅਤੀ ਸਤਿਕਾਰਯੋਗ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜੋ ਕਿ ਉਚੇਚੇ ਤੌਰ ਤੋਂ ਇੰਡੀਆ ਤੋਂ ਆਏ ਨੇ, ਕਿਉਂਕਿ ਇੱਥੇ ਜਿੱਥੇ ਪਰਸੋਂ ਰੋਜ਼ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਜਾਪ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨਤਾ ਦਿਵਸ ਔਰ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਸਾਲਾਨਾ ਬਰਸੀ ਨੂੰ ਮਨਾਉਂਦਿਆਂ ਹੋਇਆਂ ਔਰ ਦਮਦਮੀ ਟਕਸਾਲ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਪਰਸੋਂ ਰੋਜ਼ ਤੋਂ ਜੋ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਸਨ, ਉਹਨਾਂ ਦੇ ਭੋਗ ਪਏ ਨੇ। ਸੋ ਸਤਿਸੰਗਤ ਜੀ, ਆਓ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਹੋਇਆਂ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਤੋਂ ਕਥਾ ਵਿਚਾਰ ਸਰਵਣ ਕਰੀਏ। ਸਤਿਸੰਗਤ ਜੀ, ਇਸੇ ਲੜੀ ਦੇ ਤਹਿਤ ਪਿਛਲੇ ਮਹੀਨੇ ਤੋਂ ਜੋ ਗੁਰੂ ਹਰਿਰਾਇ ਗੁਰਦੁਆਰਾ ਸਾਹਿਬ ਵਿਖੇ ਪਾਠ ਬੋਧ ਸਮਾਗਮ ਆਰੰਭ ਹੋਏ ਸਨ, ਉਹਨਾਂ ਦੀ ਸਮਾਪਤੀ ਵੀ ਕੱਲ੍ਹ ਨੂੰ 12 ਵਜੇ ਗੁਰੂ ਹਰਿਰਾਇ ਗੁਰਦੁਆਰਾ ਸਾਹਿਬ ਵਿਖੇ ਹੋਣੀ ਹੈ, ਔਰ ਸਵੇਰ ਨੂੰ 8 ਵਜੇ ਗੁਰੂ ਹਰਿਰਾਇ ਗੁਰਦੁਆਰਾ ਸਾਹਿਬ ਵਿਖੇ ਖੰਡੇ ਬਾਟੇ ਦੀ ਪਹੁਲ ਤਿਆਰ ਹੋਣ ਜਾ ਰਹੀ ਹੈ। ਸਤਿਸੰਗਤ ਜੀ, ਜਿਹੜੇ ਗੁਰੂ ਵਾਲੇ ਨਹੀਂ ਬਣੇ, ਅੰਮ੍ਰਿਤ ਨਹੀਂ ਛਕਿਆ, ਆਓ ਉਸ ਸਮਾਗਮ ਦੇ ਵਿੱਚ ਵੀ, ਅੰਮ੍ਰਿਤ ਸੰਚਾਰ ਸਮਾਗਮ ਵਿੱਚ ਸ਼ਾਮਲ ਹੋ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੀਏ। ਆਪਣੇ ਨਾਮ ਦੇ ਨਾਲ ਲੱਗੇ ਹੋਏ ਸਿੰਘ ਅਤੇ ਕੌਰ ਦੀ ਪਰਿਭਾਸ਼ਾ ਨੂੰ ਜਾਣਦਿਆਂ ਹੋਇਆਂ ਸਿੰਘ ਸੱਜੀਏ, ਗੁਰੂ ਵਾਲੇ ਬਣੀਏ ਔਰ ਇਸ ਮਨੁੱਖਾ ਜਨਮ ਨੂੰ ਸਫਲਾ ਕਰੀਏ। ਸੋ ਮੈਂ ਬਹੁਤਾ ਸਮਾਂ ਨਾਲ ਲੈਂਦਾ ਹੋਇਆ, ਆਓ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਤੋਂ ਕਥਾ ਵਿਚਾਰ ਸਰਵਣ ਕਰਦਿਆਂ ਹੋਇਆਂ ਗੁਰੂ ਕੀ ਬਾਣੀ ਨਾਲ ਜੁੜੀਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ, ਪ੍ਰਵਾਨ ਗਣੀ ਸੇ ਇਹ ਆਏ, ਸਫਲ ਤਿਨਾ ਕੇ ਕਾਮਾ, ਮੇਰੇ ਰਾਮ ਹਰ ਜਨ ਕਹਿ ਹਉ ਬਲ ਜਾਈ, ਕਿਸਾ ਕਾ ਕਰ ਚਬਰ ਟੁਲਾਵਾ, ਚਰਨ ਧੂੜ ਮੁਖ ਲਾਈ, ਜਨਮ ਮਰਨ ਦੁਹੁ ਮਹਿ ਨਾਹੀ, ਜਨਮ ਪਰ ਉਪਕਾਰੀ ਆਏ, ਜੀਅ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਨ ਮਿਲਾਏ, ਸੱਚਾ ਅਮਰ ਸੱਚੀ ਪਾਤਸ਼ਾਹੀ, ਸੱਚੇ ਸੇਤੀ ਰਾਤੇ, ਸੱਚਾ ਸੁਖ ਸੱਚੀ ਵਡਿਆਈ, ਜਿਸ ਕੇ ਸੇ ਤਿਨ ਜਾਤੇ, ਪੱਖਾ ਫੇਰੀ ਪਾਣੀ ਢੋਵਾ, ਹਰ ਜਨ ਕੈ ਪੀਸਣ ਪੀਸ ਕਮਾਵਾ, ਨਾਨਕ ਕੀ ਪ੍ਰਭ ਪਾਸ ਬੇਨੰਤੀ, ਤੇਰੇ ਜਨ ਦੇਖਣ ਪਾਵਾ, ਅਨਯਥਾ ਸ਼ਰਣ ਨਾਸਤੀ, ਤੁਮੇਵ ਸ਼ਰਣ ਮਮ, ਤਸਮਾਤ ਕਾਰਣ ਭਾਵੇ, ਰਖਸ਼ ਮਾ ਪਰਮੇਸ਼ਵਰ, ਸੋ ਕਹੋ ਟਲ ਗੁਰ ਸੇਵੀਐ, ਅਹਿਨ ਸਹਿਜ ਸੁਭਾਅ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਹਰ ਨਾਮ ਹਿਰਦੈ ਪਰੋਇਆ, ਸਭ ਕਾਜ ਹਮਾਰਾ ਹੋਇਆ, ਪ੍ਰਭ ਚਰਣੀ ਮਨ ਲਾਗਾ, ਪੂਰਨ ਜਾ ਕੇ ਭਾਗਾ, ਹਰ ਨਾਮ ਹਿਰਦੈ ਪਰੋਇਆ। ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ, ਗੁਰਦੁਆਰਾ ਬਾਬਾ ਸੰਗ ਜੀ ਵਿਖੇ ਜੁਗੋ ਜੁਗ ਅਟਲ ਗਰੀਬ ਨਿਵਾਜ ਸਤਿਗੁਰੂ, ਤਖਤ ਚਵਰ ਛਤਰ ਦੇ ਮਾਲਕ ਸਤਿਗੁਰੂ, ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੀ ਸਤਿਗੁਰੂ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਨਤਮਸਤਕ ਹੋ ਕੇ ਸਤ ਸੰਗਤ ਦੇ ਅੰਦਰ ਜੁੜ ਕੇ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲ ਕਰ ਰਹੇ ਹੋ। ਦਾਸ ਤੋਂ ਪਹਿਲਾਂ ਦਮਦਮੀ ਟਕਸਾਲ ਦੇ ਮਹਾਨ ਵਿਦਵਾਨ ਸਤਿਕਾਰਯੋਗ ਗਿਆਨੀ ਜਸਪਾਲ ਸਿੰਘ ਜੀ ਨੇ ਆਪ ਜੀ ਨੂੰ ਬਹੁਤ ਸੁੰਦਰ ਗੁਰ ਇਤਿਹਾਸ ਦੀ ਕਥਾ ਸਰਵਣ ਕਰਵਾਈ ਹੈ। ਮਹਾਂਪੁਰਖ
ਪਵਿੱਤਰ ਆਤਮਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਵਾਲੇ ਵਿਰਲੇ ਵਿਰਲੇ ਸਿੱਖ ਪੰਥ ਅੰਦਰ ਐਸੇ ਮਹਾਂਪੁਰਖ ਹੋਏ ਜਿਨ੍ਹਾਂ ਦੀਆਂ ਕਰਨੀਆਂ ਕਮਾਈਆਂ ਦੇ ਫਲ ਸਰੂਪ ਜਿਨ੍ਹਾਂ ਨੇ ਸਿੱਖ ਪੰਥ ਦੀ ਬਹੁਤ ਵੱਡੀ ਘਾਲਣਾ ਭਰਪੂਰ ਸੇਵਾ ਕੀਤੀ ਹੈ। ਜਿਸ ਦਿਨ ਮਿਸ ਬਰਾਊਨ ਹੋਸਪਿਟਲ ਲੁਧਿਆਣੇ ਵਿਖੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ 16 ਅਗਸਤ 1977 ਨੂੰ ਕੱਲ੍ਹ ਵਾਲੇ ਦਿਨ ਸੱਚਖੰਡ ਪਿਆਨਾ ਕਰ ਗਏ ਤਾਂ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਵਾਲਿਆਂ ਨਾਲ ਮਹਾਂਪੁਰਖਾਂ ਦਾ ਬਹੁਤ ਜ਼ਿਆਦਾ ਸਨੇਹ ਵੀ ਸੀ, ਪ੍ਰੇਮ ਵੀ ਸੀ। ਔਰ ਉਹਨਾਂ ਕੋਲ ਸਿੰਘ ਖਬਰ ਲੈ ਕੇ ਆਇਆ ਕਿ ਮਹਾਰਾਜ ਭਿੰਡਰਾਂ ਵਾਲੇ ਸੰਤ ਸੱਚਖੰਡ ਵਾਸ ਕਰ ਗਏ ਹੈ। ਬਹੁਤ ਸੰਗਤ ਸੰਤਾਂ ਦੇ ਕੋਲ ਬੈਠੀ ਸੀ ਸਰਹਾਲੀ ਸਾਹਿਬ, ਅਤੇ ਮਹਾਂਪੁਰਖ ਸੰਤ ਬਾਬਾ ਤਾਰਾ ਸਿੰਘ ਜੀ ਬੜੇ ਵੈਰਾਗ ਵਿੱਚ ਆ ਗਏ। ਕਹਿਣ ਲੱਗੇ, ਸਿੰਘੋ, ਪੰਥ ਨੂੰ ਅੱਜ ਓਡਾ ਵੱਡਾ ਘਾਟਾ ਪੈ ਗਿਆ ਜਿੰਨਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਪਿਆ ਸੀ। ਇਹ ਉਹਨਾਂ ਸਤਿਪੁਰਸ਼ਾਂ ਦੇ ਬਚਨ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਨੇ ਸਿੱਖ ਪੰਥ ਦੀ ਐਡੀ ਵੱਡੀ ਸੇਵਾ ਕਰਨੀ ਸੀ। ਰਹਿੰਦੀ ਦੁਨੀਆ ਵਿੱਚ ਬਹੁਤ ਵੱਡਾ ਇਤਿਹਾਸ ਸਿਰਜਣਾ ਸੀ। ਵਿਰਲੇ ਮਹਾਂਪੁਰਖ ਕਹਿੰਦੇ ਸੰਸਾਰ 'ਤੇ ਆਉਂਦੇ ਆ ਜਿਹੜੇ ਸਤਿਗੁਰੂ ਦੀ ਚਾਲੀ ਮਰਿਆਦਾ ਨੂੰ, ਕਿਉਂਕਿ ਸੰਤ ਨਿੱਤ ਅਵਤਾਰ ਮੰਨੇ ਜਾਂਦੇ ਆ। 6 ਤਰ੍ਹਾਂ ਦੇ ਅਵਤਾਰਾਂ ਦਾ ਜੇਕਰ ਮਿਲਦਾ ਗ੍ਰੰਥਾਂ ਦੇ ਵਿੱਚ, ਨਿੱਤ ਅਵਤਾਰ, ਨਮਿੱਤ ਅਵਤਾਰ, ਕਲਾ ਅਵਤਾਰ, ਪੂਰਨ ਅਵਤਾਰ, ਅੰਸਾ ਅਵਤਾਰ, ਅਵੇਸਾ ਅਵਤਾਰ। ਨਿੱਤ ਅਵਤਾਰ ਦਾ ਰੁਤਬਾ ਸੰਤਾਂ ਨੂੰ ਪ੍ਰਾਪਤ ਹੈ। ਸੰਤ ਜਿਹੜਾ ਪਰਮੇਸ਼ਰ ਦੀ ਮਰਿਆਦਾ ਜਿਹੜੀ ਬਣਾਈ ਹੋਈ ਹੈ ਉਸ ਨੂੰ ਹਿੱਲਣ ਨਹੀਂ ਦਿੰਦਾ ਦੁਨੀਆ ਵਿੱਚ, ਕਿਉਂਕਿ ਸਾਡਾ ਸੁਭਾਅ, ਅਸੀਂ ਸੰਸਾਰੀ ਜੀਵ ਹੈ, ਕਦਮ ਕਦਮ 'ਤੇ ਸਾਡੇ ਕੋਲੋਂ ਭੁੱਲਾਂ, ਗਲਤੀਆਂ, ਅਵਗਿਆਵਾਂ ਹੁੰਦੀਆਂ ਹਨ। ਕਦਮ ਕਦਮ 'ਤੇ ਅਸੀਂ ਦੁਨੀਆ ਦੇ ਸੁੱਖਾਂ ਵਿੱਚ ਇੰਨੇ ਕੁ ਸੰਗਤ ਜੀ ਮਗਨ ਹੋ ਜਾਂਦੇ ਹਾਂ ਕਿ ਮਰਿਆਦਾ ਪਰਮੇਸ਼ਰ ਦੀ ਰੋਹਰੀਤ ਸਾਡੇ ਤੋਂ ਭੁੱਲ ਜਾਂਦੀ ਆ। ਉਹਦਾ ਭੈ, ਉਹਦਾ ਡਰ, ਉਹਦਾ ਖੌਫ ਵਾਹਿਗੁਰੂ ਦਾ ਅਸੀਂ ਭੁਲਾ ਦਿੰਦੇ ਹਾਂ। ਸੁਭਾਵਕ ਹੈ, ਜੀਵ ਭੁੱਲਣ ਭੁੱਲਣ ਵਿੱਚ ਕੀ ਆ, ਸਭ ਕੋਈ ਕਰਤਾ ਆਪ ਨਾ ਭੁੱਲੇ। ਜੀਵ ਭੁੱਲਦਾ, ਗਲਤੀਆਂ ਕਰਦਾ, ਵਾਰ ਵਾਰ ਗੁਨਾਹ ਕਰਦਾ, ਗੁਰੂ ਬਖਸ਼ਦਾ। ਸੰਗਤ ਪ੍ਰੇਰਨਾ ਦੇ ਕੇ ਗੁਰੂ ਕੋਲੇ ਲਿਆ ਕੇ ਬਖਸ਼ਾਉਂਦੀ ਹੈ, ਭਲਿਆ ਤੇਰੇ ਤੋਂ ਗਲਤੀਆਂ, ਗੁਨਾਹ, ਅਵਗਿਆਵਾਂ ਹੋਈਆਂ, ਗੁਰੂ ਮਹਾਰਾਜ ਦੀ ਹਜ਼ੂਰੀ 'ਚ ਆ ਕੇ ਆਪਣੇ ਗੁਨਾਹ ਬਖਸ਼ਾ ਲੈ, ਫਿਰ ਗੁਰੂ ਦੇ ਚਲਾਏ ਮਾਰਗ 'ਤੇ ਤੁਰ। ਉਹ ਜਿਹੜੀ ਪਰਮੇਸ਼ਰ ਦੀ ਮਰਿਆਦਾ ਨਾ ਜਦੋਂ ਹਿੱਲਦੀ ਹੈ
ਤਬਦੀਲੀ ਦੁਨੀਆ ਕਰਦੀ ਹੈ। ਸੰਤ ਉਸ ਮਰਯਾਦਾ ਨੂੰ ਪਰਮੇਸ਼ਰ ਦੀ ਨੂੰ ਖੜੀ ਰੱਖਦਾ, ਹਿੱਲਣ ਨਹੀਂ ਦਿੰਦਾ। ਲੋਕਾਂ ਨੂੰ ਪਰਮੇਸ਼ਰ ਦੀ ਭੈ ਭਾਵਨਾ ਵਿੱਚ ਚਲਾਉਂਦਾ, ਦੁਨੀਆ ਦੇ ਪਾਪਾਂ ਤੋਂ ਤੋਬਾ ਕਰਾਉਂਦਾ ਕਿ ਆ ਲੋਕੋ ਦੁਨੀਆ ਦੇ ਪਾਪ ਨਾ ਕਰੋ, ਕੁਸੰਗਤ ਨਾ ਕਰੋ, ਗੁਨਾਹ ਨਾ ਕਰੋ, ਪਰਮੇਸ਼ਰ ਦਾ ਨਾਮ ਜਪੋ, ਸਤਸੰਗਤ ਕਰੋ, ਬਾਣੀ ਪੜ੍ਹੋ, ਵਾਹਿਗੁਰੂ ਦਾ ਡਰ ਭੈ ਰੱਖੋ ਮਨ ਵਿੱਚ। ਕਿਉਂਕਿ ਪਰਮੇਸ਼ਰ ਦੀ ਹੋਂਦ ਹਸਤੀ ਜਿਹੜੀ ਹੈ ਨਾ, ਉਸ ਉੱਤੇ ਸਾਡੇ ਮਨ ਵਿੱਚ ਸੰਗਤ ਦੀ ਬਹੁਤ ਵਾਰੀ ਸ਼ੰਕਾ ਪੈਦਾ ਹੋ ਜਾਂਦੀ ਕਿ ਰੱਬ ਹੈ ਵੀ ਹੈ। ਕਈ ਐਸੀਆਂ ਘਟਨਾਵਾਂ ਸਾਡੇ ਨਾਲ ਸਾਡੇ ਕਰਮਾਂ ਅਨੁਸਾਰ, ਪ੍ਰਾਰਬਧ ਅਨੁਸਾਰ ਵਾਪਰ ਜਾਂਦੀਆਂ, ਉੱਥੇ ਜਾ ਕੇ ਸਾਡਾ ਮਨ ਡੋਲ ਜਾਂਦਾ। ਜਿਹੜਾ ਪੂਰਨ ਸੰਤ ਹੈ ਉਹਨੂੰ ਨਿੱਤ ਅਵਤਾਰ ਦਾ ਰੁਤਬਾ ਇਸੇ ਕਰਕੇ ਹੈ ਕਿ ਉਹ ਮਹਾਰਾਜ ਦੀ ਮਰਿਆਦਾ ਨੂੰ ਸਥਾਪਿਤ ਰੱਖਣ ਵਾਸਤੇ ਲੋਕਾਂ ਨੂੰ ਭੁੱਲਾਂ ਵਿੱਚੋਂ ਕੱਢ ਕੱਢ ਕੇ, ਗੁਨਾਹਾਂ ਵਿੱਚੋਂ ਕੱਢ ਕੇ, ਪਾਪਾਂ ਵਿੱਚੋਂ ਕੱਢ ਕੇ ਧਰਮ ਦੇ ਮਾਰਗ 'ਤੇ ਚਲਾਉਂਦਾ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਿਡ ਭਾਗੀ ਪਾਏ। ਤੋ ਸੰਤ ਨਿੱਤ ਅਵਤਾਰ ਦਾ ਰੁਤਬਾ ਰੱਖਦੇ ਆ, ਉਹ ਵੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਵਰਗੇ ਮਹਾਂਪੁਰਖ। ਬੰਬੇ ਗਏ ਔਰ ਉੱਥੇ ਉਹਨਾਂ ਸਮਿਆਂ ਵਿੱਚ 1972-73 ਦੀਆਂ ਗੱਲਾਂ ਹਨ। ਉਦੋਂ ਉੱਥੇ ਸਾਡੇ ਸਿੱਖ ਪਰਿਵਾਰਾਂ ਵਿੱਚ ਸ਼ਰਾਬ ਦਾ ਬਹੁਤ ਦੌਰ ਚੱਲਦਾ ਸੀ, ਹਰ ਘਰ ਵਿੱਚ। ਪੇਸ਼ੇ ਵਜੋਂ ਡਰਾਈਵਰ ਜਾਂ ਗੱਡੀਆਂ ਦੇ ਮਾਲਕ ਸਾਂ ਜਾਂ ਟਰਾਂਸਪੋਰਟਾਂ ਦੇ ਮਾਲਕ ਸਾਂ, ਉਹਦੇ ਕਾਰਨ ਲੋਕ ਸ਼ਰਾਬ ਦੇ ਬਹੁਤ ਆਦੀ ਸਨ। ਸੰਤਾਂ ਨੇ ਐਸਾ ਗੁਰਮਤਿ ਦਾ, ਸਿੱਖੀ ਦਾ ਪ੍ਰਚਾਰ ਉੱਥੇ ਕੀਤਾ। ਉਹਨਾਂ ਦੀ ਕਥਨੀ ਵਿੱਚ ਸਾਧ ਸਿੰਘ ਜੀ ਜਾਦੂ ਵਰਗਾ ਅਸਰ ਸੀ। ਭਾਈ ਉਜਲ ਸਿੰਘ ਜੀ ਮਲਸੀਹਾ ਵਾਲੇ ਕਹਿੰਦੇ, ਜਦੋਂ 1975 ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਰੋਵਰ ਦੀ ਸੇਵਾ ਲੱਗੀ ਸੀ, ਜਿਵੇਂ ਬਹੁਤ ਲੰਮੇ ਸਮੇਂ ਬਾਅਦ ਸਰੋਵਰ ਦੇ ਥੱਲਿਓਂ ਗਾਰ ਦੀ ਸਫਾਈ ਕੀਤੀ ਜਾਂਦੀ ਹੈ, ਉਦੋਂ ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਜੀਵਨ ਸਿੰਘ ਜੀ ਦੀ ਅਗਵਾਈ ਵਿੱਚ ਇਹ ਸੇਵਾ ਚੱਲ ਰਹੀ ਸੀ। ਤੋ ਮਹਾਂਪੁਰਖਾਂ ਨੇ ਵੀ ਜਥੇ ਦੇ ਸਿੰਘਾਂ ਨਾਲ ਰਾਏ ਕੀਤੀ, ਬਈ ਐਡੀ ਵੱਡੀ ਉੱਤਮ ਸੇਵਾ ਆਪਾਂ ਵੀ ਹਿੱਸਾ ਲਈਏ ਜਾ ਕੇ। ਧੰਨ ਗੁਰੂ ਰਾਮਦਾਸ ਜੀ ਦੇ ਦਰ ਘਰ ਦੀ ਸੇਵਾ, ਡਿੱਠੇ ਸਭੇ ਥਾਪ ਨਹੀਂ ਤੁਦ ਜੇਹਿਆ, ਵਧੋ ਉਹ ਪੁਰਖ ਵਧਾਤਾ ਤਾਂ ਤੁਸੂ ਹੈ। ਮਹਾਂਪੁਰਖਾਂ ਨੇ ਵੀ ਇੱਕ ਪਾਸੇ ਜਥੇ ਲਈ ਜਗ੍ਹਾ ਅਲਾਟ ਕਰਾ ਕੇ ਸੇਵਾ ਦੇ ਵਿੱਚ ਲੱਗ ਗਏ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਸੰਗਤ ਨੇ ਬੇਨਤੀ ਕੀਤੀ ਜੀ ਤੁਸੀਂ ਸੇਵਾ ਤਾਂ ਕਰਨ ਆਏ ਹੋ, ਕਥਾ ਵੀ ਸੁਣਾਇਆ ਕਰੋ। ਸਾਡੀ ਇੱਛਾ ਸਾਰੀ ਸ਼ਹਿਰ ਨਿਵਾਸੀ ਸੰਗਤ ਦੀ ਕਿ ਅੰਮ੍ਰਿਤ ਵੇਲੇ ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸ੍ਰੀ ਮੁਖਵਾਕ ਆਉਂਦਾ ਉਹਦੀ ਕਥਾ ਤੁਸੀਂ ਸੁਣਾਇਆ ਕਰੋ। ਸ਼੍ਰੋਮਣੀ ਕਮੇਟੀ ਨੇ ਵੀ ਸੰਤਾਂ ਨੂੰ ਬੇਨਤੀ ਕੀਤੀ ਤਾਂ ਮਹਾਂਪੁਰਖਾਂ ਨੇ ਅੰਮ੍ਰਿਤ ਵੇਲੇ ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸ੍ਰੀ ਮੁਖਵਾਕ ਆਉਣਾ ਉਹਦੀ ਇੱਕ ਘੰਟਾ ਕਥਾ ਕਰਨੀ। ਲੱਖਾਂ ਦੀ ਗਿਣਤੀ ਵਿੱਚ ਸੰਗਤ ਨੇ ਬਹਿ ਕੇ, ਕਿਉਂ ਸੇਵਾ ਕਰਨ ਲਈ ਦੁਨੀਆਂ ਦੇ ਕੋਨੇ ਕੋਨੇ ਵਿੱਚੋਂ ਸੰਗਤ ਆਈ ਹੋਈ ਸੀ।
ਅਤੇ ਅੰਮ੍ਰਿਤ ਵੇਲੇ ਸ਼੍ਰੀ ਮੁਖਵਾਕ ਦੀ ਕਥਾ ਵੀ ਸੰਗਤਾਂ ਨੇ ਲੱਖਾਂ ਦੀ ਗਿਣਤੀ ਵਿੱਚ ਸੁਣਨੀ। ਸਾਰਾ ਮੰਜੀ ਸਾਹਿਬ ਦੀਵਾਨ ਹਾਲ ਥੱਲਿਓਂ ਉੱਤੇ ਤਾਂ ਖਚਾ ਖਚ ਭਰ ਜਾਣਾ। ਅਤੇ ਭਾਈ ਉੱਜਲ ਸਿੰਘ ਜੀ ਆਪਣੇ ਪਰਿਵਾਰ ਸਮੇਤ ਸੇਵਾ ਵਿੱਚ ਗਏ ਹੋਏ ਸਨ। ਕਹਿੰਦੇ ਬਈ 10 ਦਿਨ ਕਥਾ ਸੁਣੀ ਅਤੇ ਆਪਣੀ ਸਿੰਘਣੀ ਨੂੰ ਕਹਿਣ ਲੱਗੇ ਬਈ ਮਹਾਂਪੁਰਖਾਂ ਦੀ ਕਥਾ ਆਪਾਂ ਸੁਣੀ ਹੈ, ਐਡੀ ਵੱਡੀ ਆਪਾਂ ਸੇਵਾ ਕਰਨਾ, ਆਪਾਂ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਘਰੇ ਜਾਣਾ, ਉਸ ਤਰ੍ਹਾਂ ਨਹੀਂ ਜਾਣਾ। ਭਾਈ ਉੱਜਲ ਸਿੰਘ ਕਿਹਾ ਕਰਦੇ, ਕਹਿੰਦੇ ਸੰਤਾਂ ਦਾ ਐਸਾ ਕਥਾ ਵਿੱਚ ਪ੍ਰਭਾਵ ਸੀ ਨਾ, ਉਹਨਾਂ ਦੀ ਕਥਾ ਦੇ ਵਿੱਚ ਮਿਕਨਾਤੀਸੀ ਸ਼ਖਸੀਅਤ ਦੇ ਮਾਲਕ ਖਿੱਚ ਉਹਨਾਂ ਦੀ, ਕਿ ਉਹਨਾਂ ਦੀ ਕਥਾ ਨੇ ਕਹਿੰਦੇ ਸਾਡਾ ਜੀਵਨ ਬਦਲਿਆ। ਅਸੀਂ ਸਰਦਾਰ ਲੋਕ ਸੀ, ਮਾਇਆ ਧਾਰੀ ਸੀ, ਰੱਬ ਦੇ ਨੇੜੇ ਜਾਣ ਵਾਲੇ ਨਹੀਂ ਸੀ, ਗੁਰਮਤਿ ਤੋਂ ਬੜੇ ਦੂਰ ਸਾਂ। ਸਾਡੇ ਘਰਾਂ ਵਿੱਚ ਸ਼ਾਹੀ ਸਰਦਾਰੀ ਠਾਠ ਪਾਠ ਚੱਲਦੇ ਸਨ, ਉਹ ਆਪਾਂ ਨੂੰ ਪਤਾ ਹੀ ਹੈ, ਵਿਆਖਿਆ ਕਰਨ ਦੀ ਲੋੜ ਨਹੀਂ। ਤੂੰ ਕਹਿੰਦੇ ਫਿਰ ਮੈਂ ਆਪਣੀ ਸਿੰਘਣੀ ਨੂੰ ਨਾਲ ਲੈ ਕੇ ਅਸੀਂ ਜਿਸ ਦਿਨ ਉੱਥੋਂ ਜਾਣਾ ਸੀ ਅੰਮ੍ਰਿਤ ਵੇਲੇ ਕਥਾ ਸੁਣ ਕੇ, 10 ਦਿਨ ਅਸੀਂ ਸੇਵਾ ਲਈ ਆਏ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅੰਮ੍ਰਿਤ ਛੱਕ ਕੇ ਗਏ ਆਪਣੇ ਘਰ। ਕਹਿੰਦੇ ਸਾਡਾ ਜੀਵਨ ਇੰਨਾ ਕੁ ਢਾਲਤਾ ਨਾ ਸੰਤਾਂ ਨੇ ਕਥਾ ਦੇ ਵਿੱਚ ਹੀ, ਉਹ 10 ਦਿਨ ਦੀ ਕਥਾ ਵਿੱਚ ਇੰਨਾ ਕੁ ਜੀਵਨ ਸਾਡਾ ਗੁਰਮਤਿ ਦੇ ਸੈਂਚੇ ਵਿੱਚ ਢਾਲ ਦਿੱਤਾ ਨਾ। ਕਹਿੰਦੇ ਸਾਨੂੰ ਗੁਰਮਤਿ ਦਾ ਸਿੱਖੀ ਦਾ ਨਮੂਨਾ ਬਣਾਉਣ ਲਈ ਸੰਤਾਂ ਨੇ ਬੇਵਸ ਕਰਤਾ। ਉਹਨਾਂ ਦੀ ਕਥਾ ਮਨ ਤਨ ਵਿੱਚ ਇੰਨਾ ਪ੍ਰਭਾਵ ਪੈਦਾ ਕਰ ਗਈ ਕਿ ਮਤਲਬ ਸਾਡਾ ਮਨ ਨਹੀਂ ਕੀਤਾ ਕਿ ਹੁਣ ਅੰਮ੍ਰਿਤ ਛੱਕੇ ਤੋਂ ਬਿਨਾਂ ਘਰੇ ਜਾਵਾਂਗੇ। ਅੰਮ੍ਰਿਤ ਛੱਕ ਕੇ ਗਏ। ਕਹਿੰਦੇ ਸੰਤ ਜਿਹੜਾ ਲੋਹਾ ਹੁੰਦਾ ਸੀ ਨਾ, ਕਹਿੰਦੇ ਜਿਵੇਂ ਕਾਰੀਗਰ ਕੋਈ ਲੋਹੇ ਨੂੰ ਰੂਪ ਦੇਣ ਵਾਸਤੇ ਜਾਂ ਉਹਦਾ ਕੋਈ ਬਰਤਨ ਜਾਂ ਸ਼ਸਤਰ ਪਹਿਲਾਂ ਉਹਨੂੰ ਅੱਗ ਦੇ ਵਿੱਚ ਚੰਗੀ ਤਰ੍ਹਾਂ ਤਾ ਦੇ ਕੇ ਢਾਲ ਕੇ ਫਿਰ ਸੈਂਚੇ ਵਿੱਚ ਪਾਉਂਦਾ, ਫਿਰ ਉਹਨੂੰ ਉਹੋ ਜਿਹਾ ਘੜ ਲੈਂਦਾ ਜਿਹੋ ਜਿਹਾ ਉਹਨੇ ਸੈਂਚਾ ਤਿਆਰ ਕੀਤਾ। ਕਹਿੰਦੇ ਸੰਤਾਂ ਦੀ ਕਥਨੀ ਵਿੱਚ ਐਡਾ ਜਾਦੂਮਈ ਅਸਰ ਸੀ। ਗਿਆਨੀ ਜੀਵਾ ਸਿੰਘ ਜੀ ਪੁੱਛਣ ਲੱਗੇ ਬਈ ਸੰਤ ਬਾਬਾ ਕਰਤਾਰ ਸਿੰਘ ਜੀ ਤਾਂ ਭਾਈ ਉੱਜਲ ਸਿੰਘ ਜੀ ਢਾਲ ਕੇ ਐਨ ਸੈਂਚੇ ਦੇ ਵਿੱਚ ਉਹੋ ਜਿਹਾ ਹੀ ਗੁਰਮਤਿ ਦੇ ਨਮੂਨੇ ਮੁਤਾਬਕ ਜੀਵਨ ਬਣਾ ਦਿੰਦੇ ਸੀ ਇੱਕ ਮਨਮੁੱਖ ਦਾ, ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਉਹਨਾਂ ਬਾਰੇ ਦੱਸੋ। ਕਹਿੰਦੇ ਉਹ ਇੰਨੇ ਸ਼ਕਤੀ ਅਤੇ ਇੰਨੇ ਬਲੀ ਸਨ, ਉਹ ਠੰਡਾ ਲੋਹਾ ਮੋੜ ਦਿੰਦੇ ਸਨ। ਕਹਿੰਦੇ ਉਹਨਾਂ ਵਿੱਚ ਇੰਨੀ ਤਾਕਤ ਸੀ, ਕਹਿੰਦੇ ਉਹ ਠੰਡੇ ਲੋਹੇ ਨੂੰ, ਉਹਨਾਂ ਨੂੰ ਗਰਮ ਨਹੀਂ ਕਰਨ ਦੀ ਲੋੜ ਪੈਂਦੀ ਸੀ, ਉਹ ਠੰਡੇ ਲੋਹੇ ਨੂੰ ਕਹਿੰਦੇ ਮੋੜ ਕੇ ਉੱਥੇ ਉਸੇ ਤਰ੍ਹਾਂ ਦਾ ਹੀ ਬਣਾ ਦਿੰਦੇ ਸਨ ਜਿਵੇਂ ਗੁਰਮਤਿ ਦਾ ਸੈਂਚਾ ਹੁੰਦਾ ਹੈ, ਗੁਰਮਤਿ ਦੇ ਸੈਂਚੇ ਵਿੱਚ ਉਵੇਂ ਹੀ ਉਹਨੂੰ ਘੜ ਦਿੰਦੇ ਸਨ। ਸੋ ਸਾਧ ਸੰਗਤ ਦੀ ਐਸਾ ਜੀਵਨ ਉਹਨਾਂ ਮਹਾਂਪੁਰਖਾਂ ਦਾ, ਇੰਨੀ ਦਿਵ ਦ੍ਰਿਸ਼ਟੀ ਦੇ ਮਾਲਕ, ਦੁਨੀਆ ਦਾ ਦਸਤੂਰ ਹੈ, ਲੋਕਾਂ ਦਾ ਦਸਤੂਰ ਹੈ, ਮਨੁੱਖੀ ਸੋਚ ਦਾ ਇੱਕ ਦਸਤੂਰ ਹੈ। ਬੰਦਾ ਪਲ ਪਲ 'ਤੇ ਕਰਾਮਾਤ ਵੇਖਦਾ, ਇੱਕ ਇੱਕ ਮਿੰਟ ਦੇ ਵਿੱਚ ਬੰਦਾ ਸ਼ਕਤੀ ਪਰਖਦਾ ਵੀ ਇਹ ਇੱਥੇ ਜਾ ਕੇ ਮੇਰਾ ਆਹਾ ਕਿਉਂ ਨਹੀਂ ਹੋਇਆ, ਜੇ ਹੋਇਆ ਮੰਨਦਾ, ਜੇ ਦੂਜੇ ਦਿਨ ਨਹੀਂ ਹੋਇਆ ਤਾਂ ਬੰਦਾ ਮੁਨਕਰ ਹੋ ਜਾਂਦਾ। ਤੋ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਮੈਥੇ
ਲੰਗਰ ਦਾ ਲੈਂਟਰ ਪੈ ਰਿਹਾ ਸੀ। ਪੁਰਾਣੇ ਸਿੰਘ ਦੱਸਦੇ, ਕੁਝ ਸਿੰਘਾਂ ਦੇ ਮਨ ਵਿੱਚ ਖਿਆਲ ਆਇਆ, ਕਹਿੰਦੇ ਵੀ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਮਨਾਂ ਦੀਆਂ ਬੁੱਝ ਲੈਂਦੇ ਸਨ, ਵੀ ਇਹ ਸੰਤਾਂ ਵਿੱਚ ਕਦੇ ਇਹੋ ਜਿਹੀ ਗੱਲ ਨਹੀਂ ਵੇਖੀ। ਸੰਤ ਬਾਬਾ ਕਰਤਾਰ ਸਿੰਘ ਸੰਤਾਂ ਦਾ ਕਮਰ ਕਸਾ ਕੀਤਾ ਅਤੇ ਲੱਕੜ ਦਾ ਡੰਡਾ ਕੋਲੇ ਫੜਿਆ, ਆਪ ਵੀ ਕਈ ਵਾਰੀ ਬਾਟੇ ਭਰ ਭਰ ਕੇ ਸਿਰ 'ਤੇ ਚੁੱਕੀ ਜਾਂਦੇ, ਕਦੇ ਖੜੋ ਕੇ ਸੇਵਾ ਦੀ ਨਿਗਰਾਨੀ ਕਰਦੇ। ਅਤੇ ਲੈਂਟਰ ਪੈ ਰਿਹਾ ਸੀ, ਲੈਂਟਰ ਪੈਂਦਿਆਂ ਪੈਂਦਿਆਂ ਨਾ ਇੱਕ ਮਿੰਟ ਲਈ ਲੈਂਟਰ ਰੋਕਿਆ ਸੰਤਾਂ ਨੇ। ਉਹ ਸਿੰਘਾਂ ਦੇ ਫੁਰਨੇ ਦੀ ਗੱਲ ਅੰਤਰਜਾਮਤਾ ਨਾਲ, ਅਤੇ ਸਾਰੇ ਸਿੰਘ ਜਿੰਨੀ ਵੀ ਸੰਗਤ ਖਲੋਤੀ ਸੀ ਮਹਿਤੇ, ਸਾਰਿਆਂ ਨੂੰ ਕਹਿਣ ਲੱਗੇ ਭਾਈ ਦੱਸੋ ਗੁਰੂ ਕਲਗੀਧਰ ਪਾਤਸ਼ਾਹ ਦੀ ਕਿਰਪਾ, ਕਹਿੰਦੇ ਇਹ ਬਚਨ ਕਿਹਾ, ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਿਰਪਾ ਨਾਲ ਦੱਸੋ ਕਿਹਦੇ ਕਿਹਦੇ ਮਨ ਦੀਆਂ ਗੱਲਾਂ ਬੁੱਝ ਕੇ ਦੱਸਾਂ, ਦੱਸਾਂ ਤੁਹਾਡੇ ਮਨ ਵਿੱਚ ਕੀ ਫੁਰਨੇ ਚੱਲ ਰਹੇ ਆ। ਸਾਰਿਆਂ ਦੇ ਹੱਥ ਜੁੜ ਗਏ, ਕਹਿਣ ਲੱਗੇ ਮਹਾਰਾਜ ਭੁੱਲ ਹੋ ਗਈ। ਸੋ ਆਦਮਪੁਰ ਨਗਰ ਕੀਰਤਨ ਜਲੂਸ ਕੱਢ ਰਹੇ ਸਨ ਮਹਾਂਪੁਰਖ। ਮੈਂ ਅੱਗੇ ਵੀ ਕਿਹਾ ਵੀ ਇਹ ਜਲੂਸ ਸ਼ਬਦ ਨੂੰ ਜਲੂਸ ਤੱਕ ਹੀ ਰੱਖਣਾ ਚਾਹੀਦਾ। ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਤਾਬਿਆਂ ਵਿੱਚ ਛਤਰਸ਼ਾਹ ਹੇਠ ਜਲੂਸ ਜਾ ਰਿਹਾ। ਇੱਕ ਸਿੰਘ ਬਜ਼ੁਰਗ ਖਲੋਤਾ, ਉਹਨੇ ਆਪ ਮੈਨੂੰ ਅਮੈਰੀਕਾ 'ਚ ਬਚਨ ਸੁਣਾਇਆ, ਭਾਈ ਹਰਭਜਨ ਸਿੰਘ, ਹੁਣ ਉਹ ਚਲਿਆ ਗਿਆ ਸੰਸਾਰ ਤੋਂ। ਉਹ ਕਹਿੰਦਾ ਵੀ ਮੈਂ ਖਲੋਤਾ ਦੇਖੀ ਜਾਂਦਾ ਵੀ ਸੰਤ ਕਿਹੜੇ ਹੈ, ਵੀ ਨਾਂ ਸੁਣਿਆ ਸੰਤ ਬਾਬਾ ਕਰਤਾਰ ਸਿੰਘ ਜੀ ਦਾ, ਵੀ ਸੰਤ ਕਿਹੜੇ ਆ, ਸੰਤਾਂ ਦਾ ਪਤਾ ਹੀ ਨਹੀਂ ਲੱਗਦਾ, ਕਿਉਂਕਿ ਸੰਤ ਬਾਬਾ ਕਰਤਾਰ ਸਿੰਘ ਜੀ ਦਾ ਸਾਧ ਸੰਗਤ ਜੀ ਜੀਵਨ ਬਹੁਤ ਸਾਦਾ, ਕਿਉਂਕਿ ਸਾਡਾ ਇੱਕ ਮਨੁੱਖੀ ਸੁਭਾਅ ਵੀ ਜਿਹਦੇ ਆਲੇ ਦੁਆਲੇ 200-400 ਬੰਦਾ ਘੇਰਾ ਘੱਤ ਕੇ ਖਲੋਤਾ ਹੋਵੇ, ਜੈ ਜੈਕਾਰ ਕਰਦਾ ਹੋਵੇ, ਹਾਰ ਪਾਉਂਦੇ ਹੁਣ ਦੁਨੀਆ ਮੱਥਾ ਟੇਕਦੀ ਹੋਵੇ, ਪੈਸਾ ਬਹੁਤ ਹੋਵੇ, ਸਲਾਮਾਂ ਦੁਨੀਆ ਕਰਦੀ ਹੋਵੇ, ਅਸੀਂ ਉਹਨੂੰ ਸੰਤ ਜ਼ਿਆਦਾ ਮੰਨਦੇ। ਤੋ ਸੰਤ ਸਾਦਾ ਬੜਾ ਜੀਵਨ ਸੀ ਉਹਨਾਂ ਦਾ। ਤੋ ਉਹ ਸਿੰਘ ਮਨ 'ਚ ਸੋਚੀ ਜਾਂਦਾ ਵੀ ਸੰਤ ਕਿਹੜੇ ਹੈ, ਸੰਤ ਮਿੰਨੀ ਬੱਸ ਤੋਂ ਪ੍ਰਚਾਰ ਕਰਦਿਆਂ ਕਰਦਿਆਂ ਫਤਿਹ ਬੁਲਾ ਕੇ ਉੱਤਰੇ ਮਹਾਰਾਜ ਦੀ ਤਾਬਿਆਂ 'ਚ, ਹੱਥ ਵਿੱਚ ਤੀਰ ਹੈ। ਅਸਲੀ ਖਾਲਸਾ ਮਤਲਬ ਜਿਹੜੇ ਜਿਨ੍ਹਾਂ ਨੇ ਸਿੰਘਾਂ ਨੇ ਤੁਸੀਂ ਭਾਈ ਦਰਸ਼ਨ ਕੀਤੇ ਆ ਨਾ, ਦਾਸ ਨੂੰ ਵੀ ਉਹਨਾਂ ਦੀ ਚਰਨ ਛੋਹ ਪ੍ਰਾਪਤ ਹੋਈ ਕਿ ਜਦੋਂ ਉਹਨਾਂ ਦੇ ਸਾਹਮਣੇ ਚਲੇ ਜਾਂਦਾ ਸੀ ਬੰਦਾ ਅਤੇ ਉਦੋਂ ਇਉਂ ਲੱਗਦਾ ਸੀ ਵੀ ਦੁਨੀਆ ਦਾ ਚੱਕਰਵਰਤੀ ਬਾਦਸ਼ਾਹ ਦੀ ਵੀ ਸੋਭਾ ਇੱਥੇ ਆ ਕੇ ਨੀਵੀਂ ਪੈ ਜਾਂਦੀ, ਇੰਨਾ ਮਸਤਕ ਨੂੰ ਰਾਨੀ ਦਗ ਦਗ ਕਰਦਾ, ਇੰਨਾ ਤੇਜ਼, ਇਉਂ ਲੱਗਦਾ ਸੀ ਵੀ ਅਸਲੀ ਖਾਲਸੇ ਦੇ ਕੋਲੇ ਅਸੀਂ ਖੜ੍ਹੇ। ਦੁਨੀਆ ਦੇ ਫੁਰਨੇ ਹੀ ਭੁੱਲ ਜਾਂਦੇ ਸੀ, ਦੁਨੀਆ ਦੇ ਖਿਆਲ ਹੀ ਬਦਲ ਜਾਂਦੇ ਸੀ, ਐਸੀ ਉਹਨਾਂ ਦੀ ਸ਼ਖਸੀਅਤ ਨਾਮ ਬਾਣੀ ਸੇਵਾ ਸਿਮਰਨ ਵਿੱਚ ਰੰਗੀ ਹੋਈ। ਤੋ ਸੰਤ ਗਏ ਤੀਰ ਫੜਿਆ, ਉਹ ਸਿੰਘ ਦੇ ਸਾਹਮਣੇ ਕਹਿੰਦੇ ਜਾ ਕੇ, ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਬੁਲਾ ਕੇ ਕਹਿੰਦੇ ਸਿੰਘਾ ਇਸ ਸਰੀਰ ਨੂੰ ਹੀ ਕਰਤਾਰ ਸਿੰਘ ਕਹਿੰਦੇ, ਆਪਣੇ ਆਪ ਨੂੰ ਸੰਤ ਨਹੀਂ ਕਿਹਾ, ਗਿਆਨੀ ਨਹੀਂ ਕਿਹਾ, ਬਾਬਾ ਨਹੀਂ ਕਿਹਾ। ਉਹ ਭੱਜ ਕੇ ਅੱਗੇ ਨੂੰ ਹੋਇਆ ਸੰਤ, ਇੰਨੇ 'ਚ ਗਾਂ ਬਹੁਤ ਫੁਰਤਾ ਫੁਰਤੀਲਾ ਵੀ ਪਣ ਬੜਾ ਸੀ ਉਹਨਾਂ ਵਿੱਚ, ਅਤੇ ਉਹ ਵੇਖਦਾ ਅੱਖਾਂ ਹੀ ਕਹਿੰਦਾ ਮੇਰੀਆਂ ਟੱਡੀਆਂ ਰਹਿ ਗਈਆਂ।
ਕਹਿੰਦੇ ਮੈਨੂੰ ਆਪ ਸੰਤਾਂ ਨੇ ਆ ਕੇ ਫਤਿਹ ਬੁਲਾ ਕੇ। ਇਹੋ ਜਿਹਾ ਉਹਨਾਂ ਮਹਾਂਪੁਰਖਾਂ ਦਾ ਸਾਧ ਸੰਗਤ ਜੀ ਜੀਵਨ, ਕਰਨੀ ਕਮਾਈ, ਬੜੇ ਉਹਨਾਂ ਦੇ ਜੀਵਨ ਦੇ ਅਸ਼ਚਰਜ, ਉਹਨਾਂ ਦੀਆਂ ਕਮਾਈਆਂ, ਉਹਨਾਂ ਦੀਆਂ ਗੁਰਮਤਿ ਗੁਰਸਿੱਖੀ ਲਈ ਔਰ ਜੋ ਉਹਨਾਂ ਨੇ ਪੰਥ ਲਈ ਕੀਤਾ। ਅੱਜ ਦਿਨੇ ਗੁਰਦੁਆਰਾ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਲੈਸਟਰ ਵਿਖੇ ਵੀ ਉਹਨਾਂ ਦੀ ਬਰਸੀ ਮਨਾਈ ਗਈ ਸੀ। ਜਦੋਂ ਮੈਂ ਇੱਥੇ ਉਹਨਾਂ ਦੀ ਯਾਦ ਵਿੱਚ ਦੁਸਹਿਰੇ ਦਾ ਭੋਗ ਪਿਆ ਸੀ ਸੱਚਖੰਡ ਜਾਣ ਤੋਂ ਬਾਅਦ, ਉੱਥੇ ਜਥੇਦਾਰ ਗੁਰਦਿਆਲ ਸਿੰਘ ਜੀ ਜਨੋਹਾ, ਪੰਥ ਦੇ ਬਹੁਤ ਵੱਡੇ ਵੱਡੇ ਸਿੰਘ ਸਾਹਿਬਾਨ ਗਏ ਉੱਥੇ। ਫਿਰ ਸਾਰੇ ਪੰਥ ਨੇ ਗੱਲ ਆਖੀ ਸੀ ਕਿ ਸਾਧ ਸੰਗਤ ਜੀ, ਸ਼੍ਰੋਮਣੀ ਕਮੇਟੀ ਦੇ ਉਦੋਂ ਦੇ ਪ੍ਰਧਾਨ ਸਾਹਿਬ ਵੀ ਗਏ, ਅਕਾਲੀ ਦਲ ਦੇ ਵੀ ਗਏ, ਜਥੇਬੰਦੀਆਂ ਦੇ ਵੀ ਗਏ। ਉਹ ਕਹਿੰਦੇ ਸਾਡੇ ਕੋਲ ਅਰਬਾਂ ਦੇ ਬਜਟ ਹੈ, ਬਹੁਤ ਵੱਡੇ ਸਾਧਨ ਹੈ ਗੱਡੀਆਂ ਦੇ ਪ੍ਰਚਾਰ ਲਈ ਵੀ, ਪਰ ਗਰੀਬੀ ਵਿੱਚ ਸਾਦਗੀ ਵਿੱਚ ਰਹਿ ਕੇ 8 ਸਾਲ ਵਿੱਚ ਜਿਹੜਾ ਪ੍ਰਚਾਰ ਸਿੱਖ ਪੰਥ ਲਈ ਸੰਤ ਬਾਬਾ ਕਰਤਾਰ ਸਿੰਘ ਜੀ ਕਰ ਗਏ, 80 ਸਾਲਾਂ 'ਚ ਵੀ ਕੋਈ ਸੰਸਥਾ ਇੰਨਾ ਪ੍ਰਚਾਰ ਨਹੀਂ ਕਰ ਸਕੀ ਜਿੰਨਾ ਉਹਨਾਂ ਇਕੱਲਿਆਂ ਨਹੀਂ ਕਰ। ਸਤ ਸੰਗਤ ਜੀ ਦੇਖੋ ਤੁਸੀਂ ਕੈਸਾ ਜੀਵਨ ਉਹਨਾਂ ਦਾ। ਰਾਤ ਨੂੰ 12-12 ਵਜੇ ਤੱਕ ਉਹਨਾਂ ਨੇ ਸਿੱਖੀ ਪ੍ਰਚਾਰ ਵਿੱਚ ਹੀ ਲੰਘ ਜਾਣਾ ਸਮਾਂ, ਅਤੇ ਅੰਮ੍ਰਿਤ ਵੇਲੇ 2:30-3 ਵਜੇ ਫਿਰ ਉੱਠ ਕੇ ਇਸ਼ਨਾਨ ਕਰਕੇ, ਨਿਤਨੇਮ ਕਰਕੇ, ਫਿਰ ਕਥਾ, ਫਿਰ ਪਿੰਡਾਂ 'ਚ ਕਥਾ ਦੇ ਪ੍ਰਚਾਰ ਦੇ। ਐਡਾ ਵੱਡਾ ਉਹਨਾਂ ਨੇ ਸਿੱਖੀ ਦੇ ਪ੍ਰਚਾਰ ਦੀ ਲਹਿਰ ਖੜੀ ਕੀਤੀ। ਤੁਸੀਂ ਸੋਚੋਗੇ ਪੁਰਾਣੇ ਬਜ਼ੁਰਗ ਬੈਠੇ ਉਹ ਇੱਥੇ, ਉਦੋਂ ਪੰਜਾਬ ਦੇ ਵਿੱਚ ਕਮਿਊਨਿਜ਼ਮ ਦੀ ਐਡੀ ਵੱਡੀ ਸਥਾਪਤੀ ਹੋ ਚੁੱਕੀ ਸੀ ਨਾ, ਇਹ ਲਹਿਰ ਇੰਨੀ ਘਰ ਘਰ ਤੱਕ ਪਹੁੰਚ ਚੁੱਕੀ ਸੀ ਕਿ 90% ਸਾਡੀ ਜਵਾਨੀ ਨਾਸਤਕ ਬਣ ਚੁੱਕੀ ਸੀ। ਨਾਸਤਕ ਰੱਬ ਦੀ ਹੋਂਦ ਤੋਂ ਵੀ ਮਨੁੱਖਰ, ਗੁਰੂ ਸਾਹਿਬਾਨਾਂ ਦੀ ਹੋਂਦ ਤੋਂ ਵੀ ਮਨੁੱਖਰ। ਪੁਰਾਣੇ ਸਿੰਘਾਂ ਨੂੰ ਪਤਾ ਇਹਨਾਂ ਗੱਲਾਂ ਦਾ ਕਿ ਰੱਬ ਨੂੰ ਮਖੌਲ ਕਰਦੀ ਸੀ ਸਾਡੀ ਜਵਾਨੀ, ਗੁਰੂ ਸਾਹਿਬਾਨਾਂ ਨੂੰ ਮਖੌਲ ਉਡਾਉਂਦੀ ਸੀ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ। ਔਰ ਇਹ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਦਾ ਕੀਤਾ ਕਮਰ ਕਸਾ ਸਿੱਖੀ ਦੇ ਪ੍ਰਚਾਰ ਨੂੰ, ਜਦੋਂ ਉਹਨਾਂ ਨੇ ਜਲੂਸ 100-100 ਕਿਲੋਮੀਟਰ ਦੇ ਏਰੀਏ ਵਿੱਚ ਕੱਢਣੇ, ਹਰ ਪਿੰਡ ਵਿੱਚ 15 ਮਿੰਟ ਘੱਟ ਤੋਂ ਘੱਟ ਖਲੋ ਕੇ ਪ੍ਰਚਾਰ ਕਰਨਾ ਉਹਨਾਂ ਨੇ, ਔਰ ਉੱਥੇ ਸ਼ਰਾਬ ਛਡਾਉਣ ਦੇ, ਕੇਸ ਰਖਾਉਣ ਦੇ, ਨਸ਼ੇ ਤਿਆਗਣ ਦੇ, ਦੇਹਧਾਰੀ ਪਖੰਡੀਆਂ ਦਾ ਕਹਿੜਾ ਛੱਡਣ ਦੇ ਪ੍ਰਾਣ ਕਰਾਉਣੇ ਉਹਨਾਂ ਨੇ। ਅਤੇ ਤੁਸੀਂ ਦੇਖ ਲਓ ਵੀ ਇਹ ਉਹਨਾਂ ਦਾ ਸਮਾਂ ਘੱਟ ਤੋਂ ਘੱਟ 15 ਘੰਟੇ ਦਾ ਸਮਾਂ ਬੋਲਣ ਦਾ ਬਣ ਜਾਂਦਾ ਸੀ 24 ਘੰਟਿਆਂ 'ਚੋਂ। ਐਡਾ ਵੱਡਾ ਉਹਨਾਂ ਦਾ ਪਰਉਪਕਾਰ, ਐਡੀ ਵੱਡੀ ਸੇਵਾ, ਐਡੀ ਵੱਡੀ ਦੇਣ ਉਹਨਾਂ ਦੀ ਪੰਥ ਲਈ। ਤਾਂ ਫਿਰ ਸਾਰਿਆਂ ਨੇ ਇਹ ਗੱਲ ਆਖੀ ਕਿ 80 ਸਾਲ ਵਿੱਚ ਕੋਈ ਸੰਸਥਾ ਇੰਨਾ ਪ੍ਰਚਾਰ ਨਹੀਂ ਕਰ ਸਕੀ ਜਿੰਨਾ 8 ਸਾਲਾਂ 'ਚ ਇਹਨਾਂ ਸੰਤਾਂ ਨੇ ਕਰ ਵਿਖਾਇਆ, ਦੁਨੀਆਂ ਨੂੰ ਕਰ ਵਿਖਾਇਆ। ਤੋ ਸਾਧ ਸੰਗਤ ਜੀ ਐਸੇ ਮਹਾਂਪੁਰਖ, ਧੰਨ ਮਾਤਾ ਤਿਨਕੇ ਪਿਤਾ, ਜਗ ਕੀਰਤ ਸੁਖਵੰਤ, ਰਾਮ ਨਾਮ ਹਰ ਸਿਮਰ ਕਰ,
ਪੂਰਨ ਪਦ ਹਰ ਸੰਤ, ਉਹ ਮਾਤਾ ਵੀ ਧੰਨ ਹੈ। ਮਾਤਾ ਲਾਭ ਕੌਰ ਜੀ, ਧੰਨ ਬਾਬਾ ਝੰਡਾ ਸਿੰਘ ਸਾਹਿਬ ਜੀ, ਉਹ ਕੁੱਲ ਵੀ ਪਾਈ ਕੀਰਤਵੰਤ ਹੈ ਦੁਨੀਆਂ ਵਿੱਚ। ਅੱਗੇ ਵੀ ਕਈ ਵਾਰੀ ਬਚਨ ਸੁਣਾਇਆ, ਦੇਖੋ ਦੁਨੀਆਂ ਨੂੰ ਕੁਰਬਾਨੀ ਦਾ ਢੰਡੋਰਾ ਦੇਣਾ ਵੀ ਕੁਰਬਾਨੀ ਦਿਓ, ਜੇਲ੍ਹਾਂ 'ਚ ਜਾਓ ਸ਼ਹੀਦੀਆਂ ਦਿਓ, ਇਹ ਬੜਾ ਸੌਖਾ, ਪਰ ਆਪ ਕੁਰਬਾਨੀ ਦੇਣੀ ਜਾਂ ਕੁਰਬਾਨੀ ਦੀ ਦਾਤ ਮੰਗਣੀ। ਵੱਡੇ ਸਾਹਿਬਜ਼ਾਦਿਆਂ ਦਾ ਪ੍ਰਸੰਗ ਚਮਕੌਰ ਸਾਹਿਬ ਦੀ ਗੜੀ ਦਾ ਸੁਣਾ ਰਹੇ ਸਨ ਅਤੇ ਕਥਾ ਕਰਦਿਆਂ ਕਰਦਿਆਂ ਹੱਥ ਜੁੜ ਗਏ। ਕਹਿੰਦੇ, ਹੇ ਕਲਗੀਧਰ ਪਾਤਸ਼ਾਹ, ਤੂੰ ਪੰਥ ਦੇ ਉੱਤੋਂ ਦੀ ਚਾਰ ਲਾਲ ਵਾਰੇ ਹੈ, ਮੈਂ ਤੇਰੇ ਚਰਨਾਂ 'ਚ ਅਰਦਾਸ ਕਰਦਾ, ਮੇਰੇ ਵੱਡੇ ਪੁੱਤ ਅਮਰੀਕ ਸਿੰਘ ਨੂੰ ਵੀ ਆਪਣੇ ਚਰਨਾਂ 'ਚ ਕਿਤੇ ਲੇਖੇ ਲਾ ਲਈ ਕੌਮ ਦੀ ਖਾਤਰ। ਕੋਈ ਕਹਿ ਸਕਦਾ ਇਹ ਬੱਚਾ? ਔਰ ਭਾਈ ਅਮਰੀਕ ਸਿੰਘ ਇੰਨਾ ਲਾਇਕ, ਇੰਨਾ ਪੜ੍ਹਿਆ ਲਿਖਿਆ, ਇੰਨਾ ਸਿਆਣਾ, ਜਿਹਤੋਂ ਇਹ ਉਮੀਦਾਂ ਸਨ, ਕਿਉਂਕਿ ਪਰਿਵਾਰ ਸਾਧਾਰਨ ਸਮੇਂ ਦੇ ਵਿੱਚੋਂ ਦੀ ਗੁਜ਼ਰ ਰਿਹਾ ਸੀ ਕਿ ਇਹ ਕੋਈ ਬਹੁਤ ਉੱਚ ਦਰਜੇ ਦੀ ਪੜ੍ਹਾਈ ਕਰਕੇ ਚੰਗਾ ਕੋਈ ਕਿਸੇ ਸਰਵਿਸ ਮਹਿਕਮੇ ਦੇ ਵਿੱਚ, ਕਿਉਂ ਭਾਈ ਸਾਹਿਬ ਦੀ ਪੜ੍ਹਾਈ ਦੀ ਦਿਸ਼ਾ ਉਸ ਪਾਸੇ ਨੂੰ ਜਾ ਰਹੀ ਸੀ ਕਿ ਜਿਵੇਂ ਕੋਈ ਵੱਡਾ DC ਜਾਂ SSP ਕੋਈ ਵੱਡੇ ਅਹੁਦੇ 'ਤੇ ਜਾਣ ਵਾਲਾ। ਪਰ ਸਾਧ ਸੰਗਤ ਜੀ, ਸੰਤਾਂ ਨੇ ਅਰਦਾਸ ਕੀਤੀ, ਦੇਖੋ ਆਪਣੇ ਪੁੱਤਰ ਲਈ ਇਹ ਦਾਤ ਮੰਗ ਕੌਣ ਮੰਗਦਾ ਹੈ? ਸੋ ਧੰਨ ਸਨ ਉਹ ਮਹਾਂਪੁਰਖ, ਉਹਨਾਂ ਦੀ ਕੁੱਲ ਕੀਰਤਵੰਤੀ ਹੈ, ਸਦਾ ਹੀ ਦੁਨੀਆਂ ਵਿੱਚ ਉਹਦੀ ਉਪਮਾ, ਉਹਦੀ ਕੀਰਤੀ ਹੁੰਦੀ ਰਹੇਗੀ, ਵਡਿਆਈ ਹੁੰਦੀ ਰਹੇਗੀ। ਰਾਮ ਨਾਮ ਹਰ ਸਿਮਰਕ ਪਦ ਪ੍ਰਾਪਤ ਹਰ ਸੰਤ, ਸਾਰੀ ਜ਼ਿੰਦਗੀ ਪਰਮੇਸ਼ਰ ਦਾ ਨਾਮ ਜਪਿਆ, ਕਿੰਨੀ ਬੰਦਗੀ ਕੀਤੀ ਸਾਧ ਸੰਗਤ ਦੀ, ਬਚਪਨ ਤੋਂ ਲੈ ਕੇ ਗੁਰਬਾਣੀ ਦੀ ਸ਼ੁੱਧ ਸੰਥਿਆ। ਬਾਬਾ ਬੱਗਾ ਸਿੰਘ ਜੀ, ਜਿਨ੍ਹਾਂ ਤੋਂ ਉਹਨਾਂ ਨੇ ਆਪਣੇ ਨਗਰ 'ਚ ਗ੍ਰੰਥੀ ਸਿੰਘ ਸਨ, ਗ੍ਰੰਥੀ ਸਿੰਘ ਸਾਹਿਬਾਨਾਂ ਦਾ ਸਤਿਕਾਰ ਬਹੁਤ ਜ਼ਰੂਰੀ ਵੀ ਹੈ, ਸੇਵਾ ਵੀ ਜ਼ਰੂਰੀ ਹੈ, ਕਰਨੀ ਚਾਹੀਦੀ ਹੈ ਸਾਡਾ ਧਰਮ। ਅਤੇ ਸਾਨੂੰ ਯੋਗ ਗ੍ਰੰਥੀ ਸਿੰਘਾਂ ਲਈ ਬਹੁਤ ਸਾਡੇ ਅੰਦਰ ਉੱਚੀ ਭਾਵਨਾ ਹੋਣੀ ਚਾਹੀਦੀ ਹੈ। ਜਿਸ ਗੁਰੂ ਘਰ ਦਾ ਯੋਗ ਗ੍ਰੰਥੀ ਹੋਵੇ ਨਾ, ਉੱਥੇ ਸਾਧ ਸੰਗਤ ਜੀ, ਫਿਰ ਗੁਰਮਤਿ ਜਿਹੜੀ ਹੈ ਨਾ, ਆਲੇ ਦੁਆਲੇ ਆ ਕੇ ਖੜ੍ਹੀ ਹੋ ਜਾਂਦੀ ਹੈ ਸੰਗਤ ਦੇ ਵਿੱਚ, ਗੁਰਮਤਿ ਦਾ ਪ੍ਰਭਾਵ ਖੜ੍ਹ ਜਾਂਦਾ ਉੱਥੇ। ਬਾਬਾ ਬੱਗਾ ਸਿੰਘ ਜੀ ਕੋਲੋਂ ਸੰਤ ਸੰਥਿਆ ਕਰਦੇ ਸਨ, ਪੰਜ ਬਾਣੀਆਂ ਪੰਜ ਗ੍ਰੰਥੀ ਦੀ, ਸਰੀਰ ਭਾਰਾ ਸੀ ਬਹੁਤ ਜ਼ਿਆਦਾ, ਅਤੇ ਸੰਤਾਂ ਨੇ ਉਹਨਾਂ ਨੂੰ ਜਾ ਕੇ ਨਾ ਸੁਬਹਾ ਸਰੀਰ ਦੀ ਕਿਰਿਆ ਕਰਾਉਣੀ, ਹੱਥੀ ਹੱਥ ਧੋਣੇ, ਫਿਰ ਉਹਨਾਂ ਦੇ ਹੱਥ ਮਾਂਜ ਕੇ ਦਾਤਨ ਕੁਰਲਾ ਇਸ਼ਨਾਨ ਕਰਾ ਕੇ ਵਸਤਰ ਪਾਉਣੇ, ਫਿਰ ਉਹਨਾਂ ਨੂੰ ਜਲ ਪਾਣੀ ਚਖਾਉਣਾ, ਫਿਰ ਉਹਨਾਂ ਕੋਲੋਂ ਸੰਥਿਆ ਕਰਨੀ। ਅਤੇ ਬਾਬਾ ਝੰਡਾ ਸਿੰਘ ਜੀ ਨੂੰ ਕਿਸੇ ਨੇ ਸਰੀਕੇ ਵਿੱਚੋਂ ਤਾਨਾ ਮਾਰ ਦਿੱਤਾ, ਉਹ ਕਹਿੰਦੇ, ਝੰਡਾ ਸਿੰਘ, ਹੀਰੇ ਵਰਗਾ ਤੇਰਾ ਪੁੱਤ ਬੱਗਾਸੂ ਗ੍ਰੰਥੀ ਦੀ ਗੰਦਗੀ ਚੁੱਕਦਾ ਜਾ ਕੇ ਆਪਣੇ ਹੱਥਾਂ ਨਾਲ, ਤੈਨੂੰ ਸ਼ਰਮ ਨਹੀਂ ਆਉਂਦੀ? ਕੋਈ ਨੌਕਰ ਰੱਖ ਕੇ ਦੇ ਦੇ ਉਹਦੇ ਲਈ, ਭਾਈ ਜੀ ਵਾਸਤੇ, ਗ੍ਰੰਥੀ ਵਾਸਤੇ। ਬਾਬਾ ਝੰਡਾ ਸਿੰਘ ਜੀ ਕਹਿਣ ਲੱਗੇ ਉਸ ਸਰੀਕੇ ਵਿੱਚੋਂ, ਕਿ ਬਾਬਾ ਝੰਡਾ ਸਿੰਘ ਜੀ ਬਹੁਤ ਕੱਟੜ ਗੁਰਸਿੱਖ ਸਨ, ਕੱਟੜ ਅਕਾਲੀ, ਕੱਟੜ ਗੁਰਸਿੱਖ ਮੰਨੇ ਜਾਂਦੇ ਸਨ ਆਪਣੇ ਸਮੇਂ ਦੇ।
ਬਾਬਾ ਝੰਡਾ ਸਿੰਘ ਜੀ ਕਹਿਣ ਲੱਗੇ, ਉਹ ਜਿਹੜਾ ਗੁਰੂ ਕਾ ਵਜ਼ੀਰ ਹੈ, ਗੁਰੂ ਮਹਾਰਾਜ ਦੇ ਘਰ ਦੀ ਜਿਹਨੇ ਇੰਨਾ ਲੰਮਾ ਸਮਾਂ ਸੇਵਾ ਕੀਤੀ ਹੈ, ਜੇ ਕਰਤਾਰ ਸਿੰਘ ਨਹੀਂ ਉਹਦੀ ਗੰਦਗੀ ਚੱਕੂ ਤਾਂ ਹੋਰ ਕੌਣ ਚੁੱਕੂਗਾ? ਕਰਤਾਰ ਸਿੰਘ ਦਾ ਫਰਜ਼ ਹੈ ਉਹਦੀ ਸੇਵਾ ਕਰਨਾ, ਉਹਨਾਂ ਤੋਂ ਸੰਥਿਆ ਕਰਦਾ ਹੈ। ਤੋ ਸਾਧ ਸੰਗਤ ਜੀ, ਮਹਾਂਪੁਰਖ ਇੰਨੀ ਸੇਵਾ, ਸੰਥਿਆ ਵੀ ਕਰਨੀ, ਸੇਵਾ ਵੀ ਕਰਨੀ, ਔਰ ਫਿਰ ਐਸਾ ਨਿਯਮ ਬਣਾਇਆ ਉਹਨਾਂ ਨੇ। ਸਭ ਤੋਂ ਪਹਿਲਾਂ ਉਹ ਅੱਠਵੀਂ ਤੱਕ ਉਹ ਸਰਕਾਰੀ ਮਿਡਲ ਸਕੂਲ ਖੇਮ ਕਰਨ ਵਿੱਚ ਪੜ੍ਹੇ, ਫਿਰ ਉਹਨਾਂ ਨੇ ਨੌਵੀਂ ਦਸਵੀਂ ਭਿੱਖੀ ਪਿੰਡ ਖਾਲਸਾ ਹਾਈ ਸਕੂਲ ਤੋਂ ਪੜ੍ਹੇ, ਫਿਰ ਗਿਆਰਵੀਂ ਬਾਰ੍ਹਵੀਂ ਉਹਨਾਂ ਨੇ ਖਾਲਸਾ ਕਾਲ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਕੀਤੀ। ਉਦੋਂ ਤੱਕ ਇੰਨਾ ਨਿਤਨੇਮ ਸੀ ਵੀ ਪੰਜ ਬਾਣੀਆਂ, ਪੰਜ ਗ੍ਰੰਥੀ, 25 ਜਪਜੀ ਸਾਹਿਬ ਜੀ ਦੇ ਪਾਠ ਰੋਜ਼, ਅਤੇ ਬਿਨਾਂ ਨਾਗਾ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਬਚਨ ਕਿਹਾ ਕਰਦੇ, ਕਹਿੰਦੇ, ਸਿੰਘੋ, ਸ੍ਰੀ ਅੰਮ੍ਰਿਤਸਰ ਸਾਹਿਬ ਜੇ ਕਿਤੇ ਕੋਈ ਸੌਦਾ ਪੱਤਾ ਲੈਣ ਜਾਣਾ, ਕਿਸੇ ਕੰਮ ਜਾਣਾ, ਹਰਿਮੰਦਰ ਸਾਹਿਬ ਦੇ ਦਰਸ਼ਨਾਂ ਤੋਂ ਬਿਨਾਂ ਖਾਲੀ ਨਹੀਂ ਆਉਣਾ ਕਦੇ। ਕਹਿੰਦੇ, ਜਿਹੜਾ ਬੰਦਾ ਦਰਸ਼ਨਾਂ ਤੋਂ ਖਾਲੀ ਆਉਂਦਾ, ਨਿਭਾਗਾ ਉਹਦੇ ਵਰਗਾ ਮਾੜੇ ਕਰਮਾਂ ਵਾਲਾ ਕੋਈ ਨਹੀਂ। ਜੇ ਕੋਈ ਦੁਨੀਆ ਦਾ ਦੁਨਿਆਵੀ ਕੰਮ ਵੀ ਸ਼ਹਿਰ ਵਿੱਚ ਗਏ ਹੋ ਤਾਂ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਆਓ। ਇੱਥੋਂ ਤੱਕ ਬਚਨ ਕਹਿੰਦੇ ਵੀ ਜੇ ਕਿਤੇ ਕੋਈ ਸਮਾਂ ਐਸਾ ਬਣੇ ਨਹੀਂ ਜਾਇਆ ਜਾਂਦਾ ਤਾਂ ਪਿੰਡ ਜਾਂ ਨਗਰ ਜਾਂ ਘਰ ਆਉਣ ਤੋਂ ਪਹਿਲਾਂ ਉੱਥੇ ਜੋੜਾ ਲਾਓ ਅੰਮ੍ਰਿਤਸਰ ਦੀ ਜੂਹ ਵਿੱਚ, ਉੱਥੋਂ ਖੜ੍ਹੇ ਹੀ ਮਹਾਰਾਜ ਗੁਰੂ ਰਾਮਦਾਸ ਜੀ ਨੂੰ ਹਿਰਦੇ ਵਿੱਚ ਵਸਾ ਕੇ ਮੱਥਾ ਟੇਕ ਕੇ ਫੇਰ ਘਰ ਨੂੰ ਆਓ। ਇੰਨਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਲਈ ਉਹਨਾਂ ਦਾ ਸਨੇਹ, ਇੰਨਾ ਪ੍ਰੇਮ ਸਾਧ ਸੰਗਤ ਜੀ, ਔਰ ਉਹ ਰੋਜ਼ ਆਉਂਦੇ ਸਨ। ਨੰਗੇ ਚਰਨੀ ਖਾਲਸਾ ਕਾਲਜ ਹੋਸਟਲ 'ਚੋਂ ਆਉਣਾ ਔਰ ਪੰਜ ਬਾਣੀਆਂ ਪੰਜ ਗ੍ਰੰਥੀ ਜਵਾਨੀ ਪੜ੍ਹਦਿਆਂ ਆਉਣਾ, ਸਰੋਵਰ ਵਿੱਚ ਆ ਕੇ ਪਹਿਲਾਂ ਬਾਹਰੋਂ ਇਸ਼ਨਾਨ ਮਰਯਾਦਾ ਪੂਰੀ ਕਰਨੀ, ਪਵਿੱਤਰਤਾ ਰੱਖਣੀ, ਫਿਰ ਸਰੋਵਰ ਵਿੱਚ ਇਸ਼ਨਾਨ, ਫਿਰ ਕੀਰਤਨ ਸੁਣਨਾ, ਸਮਾਂ ਹੋਣਾ ਤਾਂ ਲੰਗਰ ਵਿੱਚ ਜਾ ਕੇ ਬਰਤਨ ਮਾਂਜਣ ਦੀ ਵੀ ਸੇਵਾ ਕਰਨੀ, ਵਾਪਸ ਕਲਾਸ ਵਿੱਚ ਜਾਣ ਤੋਂ ਪਹਿਲਾਂ ਪਹਿਲਾਂ 25 ਪਾਠ ਜਪਜੀ ਸਾਹਿਬ ਦੇ ਪੂਰੇ ਕਰ ਲੈਂਦੇ ਸਨ। ਇੰਨਾ ਨਿਤਨੇਮ, ਇੰਨਾ ਅਭਿਆਸ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ 17.5 ਮਿੰਟਾਂ 'ਚ ਸੁਖਮਨੀ ਸਾਹਿਬ ਸੁਣਾ ਕੇ ਪੂਰਾ ਕਰ ਦਿੰਦੇ ਸਨ। ਇੰਨੀ ਗੁਰਬਾਣੀ ਉਹਨਾਂ ਦੇ ਹਿਰਦੇ ਵਿੱਚ, ਉਹਨਾਂ ਦੀ ਰਸਨਾ 'ਤੇ ਵਸੀ ਹੋਈ। ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੀ ਨੂੰ ਇੱਕ ਵਾਰੀ ਉਹਨਾਂ ਨੇ 17.5 ਮਿੰਟਾਂ 'ਚ ਸੁਖਮਨੀ ਸਾਹਿਬ ਦਾ ਸਾਰਾ ਪਾਠ ਸੁਣਾਇਆ ਸੀ, ਕਿਉਂਕਿ ਸੰਤਾਂ ਨੂੰ ਬਹੁਤ ਬਾਣੀ ਉਹਨਾਂ ਨੇ 10 ਸਾਲ ਗੜਬਈ ਰਹੇ, 10 ਸਾਲ ਸੰਤਾਂ ਦਾ ਜਿਹੜਾ ਬਹੁਤ ਵੱਡਾ ਨਿਤਨੇਮ ਦਾ ਹਿੱਸਾ ਸੀ ਉਹ ਸਾਰਾ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਸੁਣਾਉਂਦੇ ਰਹੇ, ਔਰ ਪਲੰਘ ਦੇ ਥੱਲੇ ਹੀ ਬਰਾੜ ਜਾਂਦੇ ਸਨ, ਜਿਹੜੇ 2-3 ਘੰਟੇ ਬਰਾੜਣਾ, ਅਤੇ ਸੇਵਾ ਵਿੱਚ ਲੱਕ ਬੰਨ੍ਹ ਕੇ ਲੱਗੇ ਹੀ ਰਹਿਣਾ ਸਾਰਾ ਦਿਨ। ਕੋਈ ਵਿੱਦਿਆ ਪੜ੍ਹਨ ਦੀ ਇੱਛਾ ਨਹੀਂ ਸੀ, ਕੋਈ ਹੋਰ ਕੁਛ ਨਹੀਂ, ਸੇਵਾ ਵਿੱਚ ਅਤੇ ਬਾਣੀ ਸੁਣਾਉਣੀ ਮਹਾਂਪੁਰਖਾਂ ਨੂੰ। ਤੋ ਸਾਧ ਸੰਗਤ ਜੀ 1967 ਵਿੱਚ ਫਿਰ 1 ਜਨਵਰੀ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ 300 ਸਾਲਾ ਪ੍ਰਕਾਸ਼ ਗੁਰਪੁਰਬ ਦੀ ਸ਼ਤਾਬਦੀ ਜਦੋਂ ਆਈ, ਉਦੋਂ ਆਪ ਜੀ ਦੀ ਮਹਾਨ ਘਾਲਣਾ ਨੂੰ ਵੇਖ ਕੇ ਆਪ ਜੀ ਨੂੰ ਵੱਡੇ ਸੰਤਾਂ ਨੇ ਤਖ਼ਤ ਸ੍ਰੀ ਪਟਨਾ ਸਾਹਿਬ ਆਪਣੇ ਹੱਥੀਂ ਟਕਸਾਲ ਦੇ ਮੁਖੀ ਦੀ ਦਸਤਾਰ ਸਿਰ 'ਤੇ ਸਜਾਈ, ਔਰ ਇਹ ਬਚਨ ਵੀ ਕਹੇ, ਕਹਿੰਦੇ, ਭਾਈ ਕਰਤਾਰ ਸਿੰਘਾ,
ਜਿਹੜਾ ਸਿਰੋਪੋ ਸੰਗਤ ਨੇ ਪੰਥ ਨੇ ਮੈਨੂੰ ਦਿੱਤਾ, ਮੇਰੇ ਮਨ 'ਚ ਤੇਰੀ ਸੇਵਾ ਨੂੰ ਵੇਖ ਕੇ ਚਾਅ ਆਇਆ ਕਿ ਕਲਗੀਧਰ ਪਾਤਸ਼ਾਹ ਦੇ ਚਰਨੀ ਤੈਨੂੰ ਪਾ ਕੇ ਮੈਂ ਆਪਣੇ ਹੱਥੀਂ ਤੇਰੇ ਸਿਰ 'ਤੇ ਸਿਰੋਪੋ ਸਜਾ ਰਿਹਾ। ਇਹ ਜਥੇਬੰਦੀ ਦੀ ਸੇਵਾ ਤੂੰ ਗੁਰੂ ਕਲਗੀਧਰ ਦਾ ਹੁਕਮ ਸਮਝ ਕੇ ਨਿਭਾਉਣਾ। ਸਤਸੰਗ ਜੀ, ਇਹ ਕੋਈ ਬਚਨ ਦੱਸਣ ਵਾਲੇ ਵੀ ਹੁੰਦੇ ਆ ਸੰਗਤ ਨੂੰ। ਸੰਤ ਬਾਬਾ ਕਰਤਾਰ ਸਿੰਘ ਜੀ ਨੂੰ ਤੋਂ ਪਹਿਲਾਂ ਦੋ ਵਾਰੀ ਵੀ ਵੱਡੇ ਸੰਤਾਂ ਨੇ ਪਹਿਲਾਂ ਕਿਹਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਉੱਪਰਲੀ ਮੰਜ਼ਿਲ ਜਿੱਥੇ ਨਿਸ਼ਾਨ ਸਾਹਿਬ ਹੈ ਨਾ, ਇੱਥੇ ਸੰਤ ਵੱਡੇ ਸੰਤਾਂ ਨੂੰ ਨਿਤਨੇਮ ਸੁਣਾ ਰਹੇ ਸਨ ਨਿਸ਼ਾਨ ਸਾਹਿਬ ਦੇ ਕੋਲ ਬੈਠ ਕੇ। ਅਤੇ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੀ ਨੇ ਬਚਨ ਕਿਹਾ, ਕਹਿੰਦੇ ਭਾਈ ਕਰਤਾਰ ਸਿੰਘ ਆ, ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਮੈਂ ਇੱਥੇ ਲੰਮਾ ਸਮਾਂ ਰਹਿ ਕੇ ਮੂਲ ਮੰਤਰ ਦਾ ਅਭਿਆਸ ਕੀਤਾ ਸੀ ਔਰ ਇੱਥੇ ਮੈਨੂੰ ਮਹਾਰਾਜ ਦੇ ਦਰਸ਼ਨ ਹੋਏ ਸਨ ਪ੍ਰਤੱਖ, ਜਿੱਥੇ ਤੇਰੇ ਕੋਲੋਂ ਬਹਿ ਕੇ ਨਿਤਨੇਮ ਸੁਣ ਰਿਹਾ। ਮੇਰੇ ਮਨ ਦੀ ਇੱਛਾ ਤੈਨੂੰ ਟਕਸਾਲ ਦੀ ਸੇਵਾ ਸੌਂਪਦਿਆਂ, ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਤੈਨੂੰ ਬਖਸ਼ਿਸ਼ ਕਰਦਿਆਂ। ਸੰਤ ਬਾਬਾ ਕਰਤਾਰ ਸਿੰਘ ਜੀ ਨੇ ਕਿਹਾ, ਮਹਾਰਾਜ ਇਹ ਸੇਵਾ ਦੇ ਮੈਂ ਯੋਗ ਨਹੀਂ, ਇਹ ਸੇਵਾ ਬਹੁਤ ਵੱਡੀ ਹੈ ਅਤੇ ਮੈਨੂੰ ਮਹਾਰਾਜ ਨੇ ਆਪਣੇ ਚਰਨਾਂ ਦੀ ਸੇਵਾ ਵਿੱਚ ਹੀ ਲਾ ਕੇ ਰੱਖੋ। ਫਿਰ ਸੁਲਤਾਨਪੁਰ ਸਾਹਿਬ ਗੁਰਦੁਆਰਾ ਹੱਟ ਸਾਹਿਬ ਪਰਿਕਰਮਾ ਕਰਦਿਆਂ ਕਿਹਾ, ਭਾਈ ਕਰਤਾਰ ਸਿੰਘ ਆ, ਗੁਰੂ ਨਾਨਕ ਸਾਹਿਬ ਨੇ ਇੱਥੇ ਤੇਰਾ 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 ਕਹਿ ਕੇ ਗਰੀਬਾਂ ਦੀਆਂ ਝੋਲੀਆਂ ਭਰੀਆਂ, ਤੇਰੀ ਝੋਲੀ ਵਿੱਚ ਇਹ ਸੇਵਾ ਪਾ ਦਿਆਂ। ਤੀਜੀ ਵਾਰੀ ਫਿਰ ਪਟਨਾ ਸਾਹਿਬ ਬਚਨ ਕਰਕੇ ਸੇਵਾ ਦਿੱਤੀ। ਸੋ ਸਾਧ ਸੰਗਤ ਜੀ ਨਾਲ ਇਹ ਵੀ ਬਚਨ ਕੀਤਾ ਸੀ, ਸੰਤ ਆਪ ਦੱਸਿਆ ਕਰਦੇ ਸਨ, ਕਹਿੰਦੇ ਭਾਈ ਕਰਤਾਰ ਸਿੰਘ, ਤੇਰੀ ਉਮਰ ਬੜੀ ਛੋਟੀ ਹੈ, ਥੋੜ੍ਹਾ ਸਮਾਂ, ਪਰ ਤੇਰੇ ਜਿੰਮੇ ਕਾਰਜ ਬਹੁਤ ਵੱਡੇ ਹੈ, ਹੁਣ ਤੂੰ ਵੇਖ ਲਈ ਵੀ ਕਿਵੇਂ ਇਹ ਸਾਰੀਆਂ ਜ਼ਿੰਮੇਵਾਰੀਆਂ ਤੂੰ ਪੂਰੀਆਂ ਕਰਨੀਆਂ ਸਮੇਟਣੀਆਂ। ਤਾਂ ਕਰਕੇ ਸੰਤ ਬਾਬਾ ਕਰਤਾਰ ਸਿੰਘ ਜੀ ਜਥੇ ਦੇ ਸਿੰਘਾਂ ਨੂੰ ਵੀ ਕਹਿੰਦੇ ਰਹਿੰਦੇ ਸਨ, ਸਿੰਘੋ ਪੰਜਾਬ ਦੀ ਧਰਤੀ ਵਿੱਚ ਜਿੱਥੇ 10 ਗੁਰੂ ਸਾਹਿਬਾਨਾਂ ਦੇ ਚਰਨ ਪਏ, ਇੰਨੀ ਪਵਿੱਤਰ ਧਰਤੀ 'ਤੇ ਸਾਡਾ ਜਨਮ ਹੋਇਆ, ਸਿੱਖਾਂ ਦੇ ਘਰੇ ਜਨਮ ਮਿਲਿਆ, ਫਿਰ ਤੁਸੀਂ ਕਲਗੀਧਰ ਦੀ ਟਕਸਾਲ ਵਿੱਚ ਆਇਓ, ਕਰਮਾਂ ਵਾਲੀ ਕੋਈ ਆਤਮਾਵਾਂ ਆਉਂਦੀਆਂ ਹਨ, ਜੇ ਤੁਸੀਂ ਜਲੇਬੀਆਂ ਮਾਲ ਪੂੜੇ ਮਠਿਆਈਆਂ ਖਾ ਕੇ ਸੌਂ ਕੇ ਚੰਗੇ ਚੋਲੇ ਪਾ ਕੇ ਸਮਾਂ ਐਵੇਂ ਲੈ ਕੇ ਦੁਨੀਆਂ ਤੋਂ ਚਲੇ ਗਏ, ਫਿਰ ਇਹਦਾ ਕੋਈ ਬਹੁਤਾ ਲਾਭ ਨਹੀਂ। ਰੱਜ ਰੱਜ ਕੇ ਸੇਵਾ ਕਰ ਲਓ, ਰੱਜ ਰੱਜ ਕੇ ਨਾਮ ਜਪ ਲਓ, ਇਹ ਜੀਵਨ ਸਫਲਾ ਹੋ ਜਾਏ। ਉਹ ਬਚਨ ਉਹ ਕਹਿੰਦੇ ਵੀ ਸਨ, ਪਰ ਉਹ ਜ਼ਿਆਦਾ ਕਮਾਉਂਦੇ ਸਨ, ਆਪਣੇ 'ਤੇ ਪ੍ਰੈਕਟੀਕਲ ਲਾਗੂ ਜ਼ਿਆਦਾ ਕਰਦੇ ਸਨ, ਕਹਿਣਾ ਘੱਟ ਕਮਾਉਣਾ ਜ਼ਿਆਦਾ। ਸਾਧ ਸੰਗਤ ਜੀ ਉਹਨਾਂ ਨੇ ਜੇ ਸੋਣਾ ਕਹਿਣਾ ਘੱਟ ਤਾਂ ਆਪ ਬਹੁਤ ਘੱਟ। ਕਈ ਵਾਰੀ ਇਹੋ ਜਿਹਾ ਪੁਰਾਣੇ ਸਿੰਘ ਦੱਸਦੇ ਆ, ਮੈਂ ਵੀ ਦਰਸ਼ਨ ਕੀਤੇ ਆ, ਵੀ ਮਿੰਨੀ ਬੱਸ ਵਿੱਚ ਬੈਠਿਆਂ ਬੈਠਿਆਂ 24 ਘੰਟੇ ਵੀ ਜੇ ਨਹੀਂ ਸੁੱਤੇ ਤਾਂ 15-20 ਮਿੰਟ ਦੇ ਵਿੱਚ ਵੀ ਬੈਠਿਆਂ ਬੈਠਿਆਂ ਨੀਂਦ ਪੂਰੀ ਕਰ ਲੈਂਦੇ ਸਨ, ਅਤੇ ਫਿਰ ਉਹ ਲੱਗੇ ਰਹਿੰਦੇ ਸਨ ਰਾਤ ਦਿਨ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੀ ਸੇਵਾ ਵਿੱਚ। ਤਾਂ ਉਹਨਾਂ ਮਹਾਂਪੁਰਖਾਂ ਨੇ ਸਾਧ ਸੰਗਤ ਜੀ ਬਹੁਤ ਵੱਡੀ ਸਿੱਖ ਪੰਥ ਦੀ ਸੇਵਾ ਕੀਤੀ ਆ, ਆਪਾਂ ਵੀ ਕਰਮਾਂ ਵਾਲੇ ਹਾਂ ਕਿ ਉਹਨਾਂ ਦੀ ਯਾਦ ਵਿੱਚ ਬੈਠੇ ਹਾਂ।
ਸੋ ਸਮਾਂ ਮੈਨੂੰ ਅੱਗੇ ਜਾਣ ਦੀ ਬਹੁਤੀ ਆਗਿਆ ਨਹੀਂ ਦੇ ਰਿਹਾ ਹੈ। ਆਓ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸ਼੍ਰੀ ਮੁਖਵਾਕ ਦੇ ਅਰਥਾਂ ਦੀ ਵਿਚਾਰ ਸਰਵਣ ਕਰੀਏ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ। ਗੁਰਚਰਨੀ ਮਨ ਲਾਗਾ ਪੂਰਨ ਜਾ ਕੇ ਭਾਗਾ ਮਿਲ ਸਾਧ ਸੰਗ ਹਰ ਧਿਆਇਆ ਆਠ ਪਹਿਰ ਅਰਾਧਿਓ ਹਰ ਹਰ ਮਨ ਚਿੰਦਿਆ ਫਲ ਪਾਇਆ। ਇਹ ਸ਼ਬਦ ਦਾ ਸਿਧਾਂਤ ਰਹਾਉ ਦੀਆਂ ਪੰਕਤੀਆਂ ਤਾਂ ਮੈਂ ਪੜ੍ਹੀਆਂ, ਇੱਥੋਂ ਸ਼ੁਰੂ ਹੋ ਰਿਹਾ ਹੈ। ਮਿਲ ਸਾਧ ਸੰਗ ਹਰ ਧਿਆਇਆ, ਸਾਧ ਸੰਗਤ ਵਿੱਚ ਮਿਲ ਕੇ ਹੀ ਪਰਮੇਸ਼ਰ ਨੂੰ ਧਿਆਇਆ ਜਾ ਸਕਦਾ ਹੈ, ਸਿਮਰਿਆ ਜਾ ਸਕਦਾ ਹੈ, ਚੇਤੇ ਕੀਤਾ ਜਾ ਸਕਦਾ। ਸਾਧੂ ਕੌਣ ਹੈ ਜਿਹਦੀ ਇੰਨੀ ਕੁ ਸਾਧਨਾ ਹੈ, ਇੰਨੀ ਕੁ ਘਾਲਣਾ ਹੈ, ਇੰਨੀ ਕੁ ਬੰਦਗੀ ਹੈ, ਤਪੱਸਿਆ ਹੈ, ਜਿਹਦੀ ਸੰਗਤ ਵਿੱਚ ਬੈਠ ਕੇ ਪਰਮੇਸ਼ਰ ਚੇਤੇ ਆ ਜਾਏ। ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਦੀ ਇੰਨੀ ਕਮਾਈ ਸੀ, ਇੰਨੀ ਬੰਦਗੀ ਸੀ। ਗਿਆਨੀ ਚੇਤ ਸਿੰਘ ਜੀ ਨੇ ਗੱਲ ਲਿਖੀ ਆ ਆਪਣੀ, ਉਹਨਾਂ ਨੇ ਆਪਣੀ ਜੀਵਨ ਵਿੱਚ ਕਹਿੰਦੇ ਵੀ ਮੈਂ ਮਰਾਲੇ ਪਿੰਡ ਵਿੱਚ ਉਹਨਾਂ ਦੀ ਰਸਨਾ ਤੋਂ ਗੁਰਬਾਣੀ ਕਥਾ ਸੁਣ ਰਿਹਾ ਸੀ। ਜਿੰਨੀ ਵੀ ਸੰਗਤ ਬੈਠੀ ਸੀ ਮੇਰੇ ਸਮੇਤ, ਕਥਾ ਸੁਣਦਿਆਂ ਸਭ ਦੀ ਸਮਾਧੀ ਲੱਗ ਗਈ, ਸਿਮਰਨ ਚੱਲ ਪਿਆ ਸਭ ਦੇ ਹਿਰਦਿਆਂ ਵਿੱਚ ਆਪਣੇ ਆਪ। ਐਸਾ ਉਹਨੂੰ ਐਸੇ ਮਹਾਂਪੁਰਖ ਨੂੰ ਪੂਰਨ ਸਾਧੂ ਆਖਿਆ ਜਾਂਦਾ ਜਿਹਦੀ ਸੰਗਤ ਵਿੱਚ ਨਾਮ ਦਾ ਪ੍ਰਵਾਹ ਚੱਲ ਪਿਆ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਭਾਈ ਦਲਵੀਰ ਸਿੰਘ ਜੀ ਅਭਿਆਸੀ ਨੇ ਇੱਕ ਵਾਰੀ ਇੱਛਾ ਕੀਤੀ ਕਿ ਮਹਾਂਪੁਰਖੋ, ਕਹਿੰਦੇ ਬਈ ਨਾਮ ਦਾ ਪ੍ਰਵਾਹ ਚੱਲ ਪੈਂਦਾ, ਇੰਨਾ ਚਿਰ ਹੋ ਗਿਆ ਸੰਗਤ ਕਰਦਿਆਂ। ਕਹਿੰਦੇ ਦਲਵੀਰ ਸਿੰਘ, ਕੋਈ ਕਮਾਈ ਦੀ ਘਾਟ ਹੋਏਗੀ ਮਹਾਰਾਜ ਵੱਲੋਂ ਤਾਂ ਕੋਈ ਕਮੀ ਨਹੀਂ। ਤਾਂ ਫਿਰ ਭਾਈ ਦਲਵੀਰ ਸਿੰਘ ਜੀ ਦੱਸਦੇ, ਕਹਿੰਦੇ ਸੰਤਾਂ ਨੂੰ ਅਜੇ ਮੈਂ ਇਹ ਬਚਨ ਕੀਤਾ ਅਤੇ ਸੰਤਾਂ ਨੇ ਉੱਤਰ ਦਿੱਤਾ। ਸੰਤ ਚੁਟਕੀ ਮਾਰ ਕੇ ਮੁਸਕਰਾ ਕੇ ਕੋਲ ਦੀ ਡਾਂਗੇ, ਮੇਰੇ ਅੰਦਰ ਵਾਹਿਗੁਰੂ ਸ਼ਬਦ ਚੱਲ ਪਿਆ। ਐਸਾ ਜੀਵਨ ਉਹਨਾਂ ਮਹਾਂਪੁਰਖਾਂ ਦਾ, ਕਬੀਰ ਪਾਰਸ ਜਿਵੇਂ ਕਹਿੰਦੇ ਨੀ, ਪਾਰਸ ਮਿਆਰ ਸੰਤ ਮੈਂ ਵੱਡੋ ਅੰਤਰੋ ਜਾਨ, ਵਹਿ ਲੋਹਾ ਕੰਚਨ ਕਰੇ ਵਹਿ ਕਰ ਹੈ ਆਪ ਸਮਾਨ। ਸੋ ਐਂ ਟੁੱਟੀਆਂ ਹੋਈਆਂ ਰੂਹਾਂ ਨੂੰ ਪਰਮੇਸ਼ਰ ਨਾਲ ਜਿਹੜਾ ਜੋੜ ਦੇਵੇ ਉਹੀ ਸਾਧੂ ਹੈ। ਸਾਧ ਵਹੀ ਜਗਜਾਨੀਆਂ ਜਾ ਕੇ ਨਹੀਂ ਉਪਾਧ ਮਾਨ। ਸੋ ਸਾਧੂ ਨੂੰ ਮਿਲ ਕੇ, ਸਾਧੂ ਦੀ ਸੰਗਤ ਕਰਕੇ ਪਰਮੇਸ਼ਰ ਨੂੰ ਯਾਦ, ਉਹਦਾ ਸਿਮਰਨ ਚੱਲ ਪੈਂਦਾ। ਆਠ ਪਹਿਰ ਆਰਾਧਿਓ ਹਰ ਹਰ ਮਨ ਚਿੰਦਿਆ ਫਲ ਪਾਇਆ। ਜਿਹੜੇ ਅੱਠੇ ਪਹਿਰ ਪਰਮੇਸ਼ਰ ਨੂੰ ਆਰਾਧਦੇ ਆ, ਚੇਤੇ ਕਰਦੇ ਆ, ਉਹਨਾਂ ਨੂੰ ਮਨ ਇੱਛਤ ਸਾਰੇ ਫਲ ਮਿਲ ਜਾਂਦੇ ਆ, ਸਾਰੀਆਂ ਦਾਤਾਂ ਪ੍ਰਾਪਤ ਹੋ ਜਾਂਦੀਆਂ। ਜੋ ਵੀ ਚਾਹੁੰਦੇ ਆ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ। ਪਰਮੇਸ਼ਰ ਦਾ ਨਾਮ ਕਿਹੜੀ ਇੱਛਾ ਨਹੀਂ ਪੂਰੀ ਕਰ ਸਕਦਾ, ਸਾਰੀਆਂ ਕਰ ਸਕਦਾ। ਧਰੂ ਨੇ ਇੱਛਾ ਕਰਕੇ ਤੁਰਿਆ ਸੀ ਵੀ ਰਾਜ ਭਾਗ ਮਿਲ ਜੇ, ਮਹਾਰਾਜ ਕਹਿੰਦੇ 36,000 ਬਰਸ ਦਾ ਮਿਲ ਜਾਊ, ਤੇ 36,000 ਵਰੇ ਸਤਿਯੁਗ ਵਿੱਚ ਰਾਜ ਕਰ ਲੈ, ਤੂੰ ਇੱਛਾ ਕੀਤੀ ਹੈ। ਜੋ ਵੀ ਇੱਛਾ ਕਰ ਲਵੇ ਮਹਾਰਾਜ ਦੇ ਦਿੰਦੇ ਆ। ਨਾਮ ਜਪਣ ਵਾਲੇ ਦੀ ਇੱਛਾ ਤਾਂ ਸਾਧ ਸੰਗਤ ਦੀ ਕਦੇ ਅਧੂਰੀ ਰਹਿੰਦੀ ਨਹੀਂ। ਮਹਾਰਾਜ ਦੀ ਐਸੀ ਕੋਈ
ਇਹ ਨਾਮ ਵਿੱਚ ਸ਼ਕਤੀ ਹੈ। ਆਓ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਸੋਰਠ ਰਾਗਣੀ ਵਿੱਚ ਸ਼੍ਰੀ ਮੁਖਵਾਕ ਜੋ ਬਖਸ਼ਿਸ਼ ਕਰ ਰਹੇ ਹਨ ਉਸ ਦੀ ਕਥਾ ਸੁਣੋ। ਮਨ ਬਿਰਤੀ ਨੂੰ ਇਕਾਗਰ ਕਰਕੇ ਹਰ ਨਾਮ ਹਿਰਦੈ ਪਰੋਇਆ, ਜਿਨ੍ਹਾਂ ਨੇ ਭਾਈ ਸਵਾਸ ਸਵਾਸ ਅੱਠੇ ਪਹਿਰ ਨਾਮ ਨੂੰ ਜਪਿਆ ਨਾ, ਆਠ ਪਹਿਰ ਅਰਾਧਿਓ ਹਰ ਹਰ, ਅੱਠੇ ਪਹਿਰ ਮਹਾਰਾਜ ਕਹਿੰਦੇ ਚੌਵੀ ਘੰਟੇ, ਚੌਵੀ ਘੰਟੇ ਨਾਮ ਜਪਣ ਵਾਲਿਆਂ ਦੇ ਹਿਰਦੇ ਵਿੱਚ ਨਾਮ ਇਉਂ ਪਰੋਇਆ ਜਾਂਦਾ ਹੈ ਜਿਵੇਂ ਧਾਗੇ ਮਣਕੇ ਵਿੱਚ ਧਾਗਾ ਪਰੋ ਦਈਦਾ ਹੈ, ਫਿਰ ਧਾਗਾ ਅਤੇ ਮਣਕਾ ਅਲੱਗ ਨਹੀਂ ਰਹਿ ਜਾਂਦੇ, ਇੱਕ ਹੋ ਜਾਂਦੇ। ਫਿਰ ਗੁਰਮੁਖ ਜਿਹੜਾ ਹੈ ਅੱਠੇ ਪਹਿਰ ਨਾਮ ਦੀ ਆਰਾਧਨਾ ਕਰਨ ਵਾਲਾ ਜਿਹੜਾ ਹੈ ਉਹਦੇ ਸਵਾਸਾਂ ਰੂਪ ਮਣਕਿਆਂ ਦੇ ਅੰਦਰ ਨਾਮ ਰੂਪ ਸੂਤ ਜਿਹੜਾ ਐਂ ਪਰੋਇਆ ਜਾਂਦਾ ਕਿ ਉਹ ਫਿਰ ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰੈ ਹਰ ਨਾਮਾ ਮਨਮੰਤ, ਧੰਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ, ਉਹ ਸੰਤ ਬਣ ਜਾਂਦਾ, ਇਸ ਪਦਵੀ ਨੂੰ ਪ੍ਰਾਪਤ ਕਰ ਲੈਂਦਾ। ਪ੍ਰਸਾਦ ਸਿੰਘ ਜੀ, ਸਾਧੂ ਦੀ ਸਾਰੀ ਜ਼ਿੰਦਗੀ ਘਾਲਣਾ ਅਖੀਰਲੇ ਦਮ ਤੱਕ, ਭਾਈ ਗੁਰਦਾਸ ਜੀ ਨੇ ਕਿੰਨਾ ਸੋਹਣਾ ਕਵਿਤਾ ਵਿੱਚ ਸਾਧੂ ਦੀ ਘਾਲਣਾ ਬਾਰੇ ਜ਼ਿਕਰ ਕੀਤਾ, ਜੈਸੇ ਤਿਲ ਪੀੜ ਤੇਲ ਕਾਢੀਅਤ ਕਸ਼ਟ ਕਹਿ ਤਾਂ ਤੇ ਹੋਏ ਦੀਪਕ ਜਰਾਏ ਉਜਿਆਰੂ ਜੀ, ਜੈਸੇ ਰੋਮ ਰੋਮ ਕਰ ਕਾਟੀਆ ਅਜਾ ਕੋ ਤਨ ਤਾਂ ਕੀ ਬਾਜੈ ਤਾਤ ਰਾਗ ਰਾਗਨੀ ਸੋ ਪਿਆਰੋ ਜੀ, ਜੈਸੇ ਤੋ ਉਟਾਏ ਦਰਪਨ ਕੀਜੈ ਲੋਸ਼ਟ ਸੇਤੀ ਤਾਂ ਹੀ ਤੇ ਕਰ ਗਏ ਮੁਖ ਦੇਖ ਸੰਸਾਰੋ ਜੀ, ਤੈਸੇ ਦੂਖ ਭੋਗ ਸੁਧ ਸਾਧਨ ਕੈ ਸਾਧ ਪਏ ਤਾਂ ਹੀ ਤੇ ਕਰਤ ਜਗਤ ਕੋ ਨਿਸਤਾਰੋ ਜੀ। ਭਾਈ ਸਾਹਿਬ ਕਹਿੰਦੇ ਵੀ ਜਿਵੇਂ ਤਿਲਾਂ ਨੂੰ ਪੀੜ ਪੀੜ ਕੇ ਉਹਦੇ ਵਿੱਚੋਂ ਤੇਲ ਕੱਢਿਆ ਜਾਂਦਾ, ਫਿਰ ਉਹ ਦੀਵੇ ਵਿੱਚ ਪਾਇਆ ਜਾਂਦਾ, ਉੱਥੇ ਬੱਤੀ ਪਾਈ ਜਾਂਦੀ ਹੈ, ਫਿਰ ਅੱਗ ਲਾਈ ਜਾਂਦੀ ਹੈ, ਫਿਰ ਉਹ ਤੇਲ ਸੜਦਾ, ਉਹ ਤੇਲ ਸੜ ਸੜ ਕੇ ਫਿਰ ਦੁਨੀਆਂ ਨੂੰ ਚਾਨਣ ਦਿੰਦਾ, ਰੋਸ਼ਨੀ ਦਿੰਦਾ, ਅੰਧਕਾਰ 'ਚੋਂ ਬਾਹਰ ਕੱਢ ਕੇ ਲੈ ਕੇ ਆਉਂਦਾ। ਇੰਨਾ ਪਰਉਪਕਾਰ ਜਿਹੜੇ ਤਿਲ ਹੈ ਨਾ ਉਹ ਕਰ ਰਹੇ ਆ ਸਾਡੇ। ਅਤੇ ਅਜਾ ਨਾਮ ਬੱਕਰੀ ਦਾ, ਬੱਕਰੀ ਦੀਆਂ ਆਂਦਰਾਂ ਨਰਮ ਹੁੰਦੀਆਂ, ਉਹ ਆਂਦਰਾਂ ਮਾਰ ਕੇ ਜਿਹੜੇ ਗਵਈਏ ਹੈ ਉਹਨਾਂ ਨੂੰ ਸੂਖਮ ਕਰ ਕਰਕੇ ਉਹਨਾਂ ਨੂੰ ਫਿਰ ਸਾਜਾਂ 'ਤੇ ਮੜਦੇ ਆ ਉਹਨਾਂ ਦੀਆਂ ਨਾੜਾਂ ਨੂੰ, ਉਹਦੇ ਵਿੱਚੋਂ ਫਿਰ ਰਾਗ ਸੁਰਾਂ ਦੇ ਰੂਪ ਵਿੱਚ ਜਨਮ ਲੈਂਦੇ ਆ ਅਤੇ ਫਿਰ ਗਵਈਏ ਗਾਉਂਦੇ ਆ ਅਤੇ ਜਦੋਂ ਸੁਣਦੇ ਆ ਰਾਗਾਂ ਦੀ ਧੁਨ ਦੁਨੀਆ ਮਸਤ ਹੋ ਜਾਂਦੀ ਹੈ, ਇੱਕ ਬਿਸਮਾਦ ਮਨ ਵਿੱਚ ਪੈਦਾ ਹੋ ਜਾਂਦਾ ਹੈ। ਇਸੇ ਤਰ੍ਹਾਂ ਇੱਕ ਖਾਸ ਕਿਸਮ ਦੀ ਮਿੱਟੀ ਹੈ ਸ਼ੀਸ਼ਾ, ਤਾਂ ਆਪਾਂ ਦੇਖਦੇ ਹੀ ਹਾਂ, ਕਹਿੰਦੇ ਉਹ ਸ਼ੀਸ਼ਾ ਐਵੇਂ ਨਹੀਂ ਤਿਆਰ ਹੁੰਦਾ, ਉਹ ਮਿੱਟੀ ਲੱਭ ਕੇ ਉਹਨੂੰ ਗਾਲਿਆ ਸਾੜਿਆ ਭੱਠੀਆਂ ਵਿੱਚ ਜਾਂਦਾ, ਫਿਰ ਉਹਨੂੰ ਢਾਲ ਕੇ ਉਹਦਾ ਸ਼ੀਸ਼ਾ ਬਣਦਾ, ਦੁਨੀਆ ਨੂੰ ਫੜ ਫੜ ਕੇ ਉਹਦੇ ਵਿੱਚ ਮੂੰਹ ਦੇਖਦੀ ਹੈ। ਪਰ ਸ਼ੀਸ਼ਾ ਬਣਨ ਤੱਕ ਉਹਨੇ ਕਿੰਨਾ ਵੱਡਾ ਤਸੀਹਾ, ਕਿੱਡਾ ਵੱਡਾ ਦੁੱਖ, ਕਿੰਨੀਆਂ ਤਕਲੀਫਾਂ ਆਪਣੇ ਤਨ ਉੱਤੇ ਹੰਢਾਈਆਂ ਉਹ ਹੀ ਜਾਣਦਾ, ਦੂਜਾ ਨਹੀਂ ਜਾਣ ਸਕਦਾ, ਜਿਹੜਾ ਦੇਖ ਰਿਹਾ ਉਹਨੂੰ ਕੀ ਪਤਾ ਉਹਦੀ ਤਕਲੀਫ ਦਾ। ਇਸੇ ਤਰ੍ਹਾਂ ਤੈਸੇ ਦੁੱਖ ਭੁੱਖ ਸੁਧ ਸਾਧਨ ਕੇ ਸਾਧ ਪਏ, ਸਾਧੂਆਂ ਨੇ ਵੀ ਦੁੱਖ ਭੁੱਖ ਆਪਣੇ ਤਨ ਉੱਤੇ ਹੰਢਾਇਆ,
ਮੱਖਣ ਮਲਾਈਆਂ ਖਾ ਲਈਆਂ, ਰੇਸ਼ਮੀ ਸੇਜਾਂ ਦੇ ਉੱਤੇ ਬਹਿ ਕੇ ਦੁਨੀਆਂ ਤੋਂ ਮੱਥਾ ਟਿਕਾ ਲਿਆ, ਦੁਨੀਆਂ ਦੇ ਸੁੱਖ ਭੋਗ ਲਏ, ਇਹਦਾ ਨਾਮ ਸਾਧਨਾ ਸਾਧਨੀ। ਇਹ ਤਾਂ ਪ੍ਰਾਰਬਧ ਬਈ ਰਾਜਿਆਂ ਨੂੰ ਵੀ ਇਹ ਸੁੱਖ ਮਿਲ ਜਾਂਦੇ ਆ, ਅਮੀਰਾਂ ਨੂੰ ਵੀ ਮਿਲ ਜਾਂਦੇ ਆ। ਇਸ ਕਰਕੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਕਹਿੰਦੇ, ਮੈਂ ਸਵਾ ਮਹੀਨਾ ਮੂਲ ਮੰਤਰ ਦਾ ਜਾਪ ਕਰਨਾ, ਰੋੜੇ ਵਿਛਾ ਲਏ, ਕੰਡੇ ਦੀ ਝਾੜੀਆਂ ਦੇ ਕੰਡੇ ਲਿਆ ਕੇ ਵਿਛਾ ਕੇ ਉਹਦੇ 'ਤੇ ਬੈਠ ਕੇ ਸਵਾ ਮਹੀਨਾ ਆਪਣੇ ਨਗਰ ਆਪਣੇ ਘਰ ਵਿੱਚ ਮੂਲ ਮੰਤਰ ਦਾ ਅਭਿਆਸ ਕੀਤਾ। ਇਹ ਮਨ ਨੂੰ ਮਾਰਨਾ, ਮਨ ਦੇ ਸੁਭਾਅ ਨੂੰ, ਮਨ ਆਖੀ ਹੈ ਨਾ, ਮਨ ਕਦੋਂ ਚਾਹੁੰਦਾ ਵੀ ਸੁਬਾਹ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰੀਏ, ਕਹਿੰਦਾ ਨਹੀਂ ਅਜੇ ਰਜਾਈ ਦੱਬੀ ਜਾਂਦਾ, ਹੋਰ ਸੌਂ ਲਈਏ, ਦੁੱਖ ਨਹੀਂ ਨਾ ਚੱਲ ਕੇ ਤਿਆਰ ਮਨ, ਚੱਲ ਕਹਿੰਦਾ ਕੱਲ੍ਹ ਨੂੰ ਕਰ ਲਾਂਗੇ, ਅੱਜ ਰਹਿਣ ਦੀਏ, ਅੱਜ ਹੋਰ ਆਰਾਮ ਕਰ ਲਈਏ। ਜੀ ਨਹੀਂ ਕਰਦਾ ਬੈੱਡਰੂਮ 'ਚੋਂ ਬਾਹਰ ਆਉਣ ਨੂੰ, ਕੰਮ ਕਰਨ ਨੂੰ ਵੀ ਕਿਹੜਾ ਮਨ ਕਰਦਾ ਵੀ ਦਸਾਂ ਨੌਂ ਦੀ ਕਿਰਤ ਕਰੀਏ, ਵੀ ਬੈਠੇ ਬਿਠਾਇਆ ਹੀ ਥਾਲਾਂ ਵਿੱਚ ਪਦਾਰਥ ਆਈ ਜਾਣ ਅਤੇ ਬੈਠੇ ਛੱਕ ਛੱਕ ਕੇ ਆਨੰਦ ਮਾਣੀ ਜਾਈਏ, ਗੱਲਾਂ ਬਾਤਾਂ ਕਰੀ ਜਾਈਏ, ਪਰ ਦੁੱਖ ਭੁੱਖ ਤਾਂ ਝੱਲਣਾ ਹੀ ਪੈਂਦਾ ਨਾ। ਤੋ ਭਾਈ ਇਹ ਮਨ ਦਾ ਸੁਭਾਅ, ਮਨ ਵਿੱਚ ਢਲਿਆਈ, ਗਿਰਾਵਟ, ਆਲਸ ਆਉਣੀ, ਸੋ ਮਨ ਨੂੰ ਮਾਰਨ ਵਾਸਤੇ ਇਹ ਦੋ ਤਰ੍ਹਾਂ ਦਾ ਹੱਠ ਹੈ ਸਾਧ ਸੰਗਤ ਜੀ। ਇੱਕ ਤਾਂ ਹੱਠ ਦੁਨੀਆਂ ਤੋਂ ਪੂਜਾ ਕਰਾਉਣ ਵਾਸਤੇ ਦਿਖਾਵੇ ਦਾ ਕਰਨਾ, ਵੀ ਪੁੱਠਾ ਲਮਕ ਰਿਹਾ, ਦੁਨੀਆਂ ਦੇਖੇ ਐਡਾ ਤਪ ਕਰ ਰਿਹਾ ਅਤੇ ਮੈਨੂੰ ਤਪਸਵੀ ਜਾਣ ਕੇ ਦੁਨੀਆਂ ਮੱਥਾ ਟੇਕੇ, ਇਹਦਾ ਬਹੁਤਾ ਫਲ ਨਹੀਂ ਹੈ, ਥੋੜ੍ਹਾ। ਇੱਕ ਹੱਠ ਹੈ ਵੀ ਮਨ ਦੇ ਮੰਦੇ ਸੁਭਾਅ ਨੂੰ ਮਾਰਨਾ, ਇਹਨੂੰ ਕੁੱਟ ਕੁੱਟ ਕੇ ਮਾਰਨਾ, ਮਨ ਕੁੱਟ ਹੈ ਤੋਂ ਜੰਮ 'ਤੇ ਛੁੱਟ ਹੈ, ਮਨ ਨੂੰ ਕੁੱਟਣ ਵਾਲਾ ਹੀ ਜਮਾਂ ਤੋਂ ਛੁੱਟੂਗਾ। ਕੁੱਟ ਕੁੱਟ ਮਨ ਕਸਵੱਟੀ ਲਾਵੇ, ਮਨ ਨੂੰ ਕੁੱਟ ਕੁੱਟ ਕੇ ਕਸਵੱਟੀ ਲਾਉਣੀ, ਪਰਖਣਾ ਬਾਰ ਬਾਰ ਗੁਰਮਤਿ ਦੀ ਸਾਨ ਉੱਤੇ। ਸੋ ਇਸ ਕਰਕੇ ਭਾਈ ਮਨ ਨੂੰ ਸਿੱਧਾ ਕਰਨ ਵਾਸਤੇ ਸਾਧਨ ਇਹ ਪ੍ਰਵਾਨ ਹੈ ਗੁਰੂ ਘਰ ਦੇ, ਇਹ ਗੁਰੂ ਨਾਨਕ ਸਾਹਿਬ ਨੇ ਵੀ ਕੀਤੇ ਹੈ। ਸਿਰਸੇ ਚਿਲਾ ਸਾਹਿਬ ਗੁਰਦੁਆਰਾ ਫਕੀਰ ਮਾਣ ਕਰਦੇ ਆ, ਕਹਿੰਦੇ ਅਸੀਂ 40 ਦਿਨ ਦਾ ਚਲੀਸਾ ਕੱਟਦੇ ਹਾਂ ਗੁਰੂ ਨਾਨਕ ਸਾਹਿਬ ਦੇ ਅੱਗੇ, ਉਹ ਆਪਣੀ ਤਪੱਸਿਆ ਦਾ ਹੰਕਾਰ ਦਾ ਪ੍ਰਗਟਾਵਾ ਕਰ ਰਹੇ ਹੈ। ਮਹਾਰਾਜ ਪੁੱਛਦੇ ਤੁਸੀਂ ਕਿੱਦਾਂ ਕਰਦੇ ਹੋ, ਕਹਿੰਦੇ ਇੱਕ ਘੜਾ ਪਾਣੀ ਦਾ ਭੋਰੇ 'ਚ ਰੱਖ ਲਈਦਾ, 40 ਜੌਂ ਰੱਖੀ ਦੀ, ਇੱਕ ਜੌਂ ਰੋਡ ਦਾ ਖਾਈਦਾ ਅਤੇ ਪਾਣੀ ਦੀ ਚੁਲੀ ਪੀ ਦੀ ਹੈ, ਇੰਨਾ ਦੁੱਖ ਝੱਲ ਕੇ ਅਸੀਂ ਤਪੱਸਿਆ ਕਰਦੇ ਹਾਂ, ਇੰਨਾ ਸਰੀਰ ਸਾਧਿਆ। ਅਤੇ ਮਹਾਰਾਜ ਕਹਿੰਦੇ ਸਾਨੂੰ ਪਾਣੀ ਦੀ ਵੀ ਲੋੜ ਨਹੀਂ, ਜੌਆਂ ਦੀ ਵੀ ਲੋੜ ਨਹੀਂ, ਅਤੇ ਬਹਿ ਗਏ। ਕੋਈ 20 ਦਿਨਾਂ ਬਾਅਦ ਬਾਹਰ ਆ ਗਿਆ, ਕੋਈ 30 ਦਿਨਾਂ ਬਾਅਦ, 35 ਦਿਨਾਂ ਬਾਅਦ, ਸਭ ਦੇ ਮਾਣ ਟੁੱਟ ਗਏ ਨਾ। ਗੁਰੂ ਨਾਨਕ ਸਾਹਿਬ 41 ਦਿਨਾਂ ਬਾਅਦ ਉਵੇਂ ਹੀ ਮੁਸਕਰਾਉਂਦਾ ਚਿਹਰਾ ਅਤੇ ਦੁਨੀਆਂ ਦੇ ਵਿੱਚ ਨੂਰ ਵੰਡਦੇ ਸੱਚੇ ਪਾਤਸ਼ਾਹ ਸਹਿਜ ਨਾਲ ਹੀ ਭੋਰੇ ਵਿੱਚੋਂ ਬਾਹਰ ਆ ਗਏ। ਸਾਰੇ ਫਕੀਰਾਂ ਨੇ ਨਮਸਕਾਰਾਂ ਕੀਤੀਆਂ, ਵੀ ਮਹਾਰਾਜ ਅਸੀਂ ਤਾਂ ਸੋਚਿਆ ਸੀ ਵੀ ਤੁਸੀਂ ਬਚੇ ਨਹੀਂ ਹੋਣੇ, ਕਈਆਂ ਨੂੰ ਤਾਂ ਰੂਹ 'ਚ ਲੈ ਕੇ ਆਏ ਨਾ ਚੁੱਕ ਚੁੱਕ ਕੇ, ਮੁਸਲਮਾਨਾਂ 'ਚ ਇਉਂ ਹੈ ਵੀ ਜਿਹਦਾ ਚਲੀਹਾ ਪੂਰਾ ਹੋ ਜਾਵੇ ਉਹਨੂੰ ਫਿਰ ਰੂਹ 'ਚ ਲਪੇਟ ਕੇ ਉਹਦਾ ਜਲੂਸ ਕੱਢਦੇ, ਉਹਨੂੰ ਨਮਸਕਾਰਾਂ ਕਰਦੇ, ਦੁਨੀਆਂ ਦੇ ਪਦਾਰਥ ਉਹਦੇ ਅੱਗੇ ਭੇਟਾ ਕਰਦੇ,
ਉਹਨੂੰ ਸਾਧਕ ਵੱਡਾ ਫਕੀਰ ਮੰਨਦੇ ਹੈ। ਮਹਾਰਾਜ ਕਹਿੰਦੇ ਨਹੀਂ, ਗੁਰਮਤਿ ਦੇ ਵਿੱਚ ਭਾਈ ਇਹ ਦਿਖਾਵੇ ਦੇ ਸਾਧਨ ਦੀ ਆਗਿਆ ਨਹੀਂ, ਪਰ ਮਨ ਨੂੰ ਸੋਧਣ ਵਾਸਤੇ, ਮਨ ਦੀ ਸਰੀਰ ਦੀ ਸੁਧਾਈ ਵਾਸਤੇ ਸਾਧਨ ਸਾਰੇ ਪ੍ਰਵਾਨ ਹਨ। ਹੱਠੀਆਂ ਜਪੀਆਂ ਤਪੀਆਂ ਦੀ ਅਰਦਾਸ ਨਹੀਂ ਹੁੰਦੀ, ਹੱਠ ਰੱਖਿਆ, ਜਪ ਕੀਤਾ, ਤਪ ਕੀਤਾ ਸੇਵਾ ਦਾ, ਨਾਮ ਦਾ। ਇਸ ਕਰਕੇ ਸਤਿਪੁਰਸ਼ਾਂ ਨੇ ਇਉਂ ਸਾਧਨ ਕੀਤੇ, ਨਾਮ ਕਮਾਈਆਂ ਬੰਦਗੀ ਦੀਆਂ। ਦੁੱਖ ਭੋਗ ਤੈਸੇ ਦੁੱਖ ਭੋਗ ਸੁੱਧ ਸਾਧਨ ਕਹਿ ਸਾਧ ਪਏ। ਸਰੀਰ ਦੀ ਸਦਾਈ ਆ, ਮਨ ਦੀ ਸਦਾਈ, ਮਨ ਸਿੱਧਾ ਕਰ ਲਿਆ, ਨਿਰਮਲ ਕਰ ਲਿਆ, ਸ਼ੁੱਧ ਕਰ ਲਿਆ, ਉਹਦੇ ਵਿੱਚ ਨਾਮ ਵਸ ਗਿਆ, ਬੰਦਗੀ ਵਸ ਗਈ, ਫਿਰ ਐਨ ਨਿਰਮਲ ਹੋ ਗਿਆ, ਫਿਰ ਨਾਮ ਰਸ ਵਿੱਚ ਭਿੱਜ ਗਿਆ। ਵਿਖੇ ਮਨ ਫੀਕਾ ਤਿਆਗਰੀ ਸਕੀਏ, ਨਾਮ ਮਹਾਰਸ ਪੀਓ। ਨਾਮ ਦਾ ਰਸ ਪੀਂਦਾ ਉਹ ਗੁਰਮੁਖ, ਐਸੇ ਦੁੱਖ ਭੁੱਖ ਸਾਧ ਸਾਧ ਕੇ, ਕਸ਼ਟ ਘੱਟ ਘੱਟ ਕੇ ਕੱਟ ਕੱਟ ਕੇ ਉਹ ਸਾਧੂ ਸੰਸਾਰ ਦਾ ਨਿਸਤਾਰਾ ਪਾਰ ਉਤਾਰਾ ਕਰਨ ਵਾਸਤੇ ਮਾਤ ਲੋਕ ਵਿੱਚ ਆਉਂਦੇ, ਜੀਵਾਂ ਦਾ ਭਲਾ ਕਰਦੇ। ਸਵੈ ਕਾਰਜ ਸਿੱਧਤੀ ਪਰ ਕਾਰਜ ਧਾਏ ਤੀ ਸਾਧ ਸਾਧਾ। ਸਾਧ ਮਿਲ ਸਾਧ ਸੰਗ ਹਰ ਧਿਆਇਆ। ਸਾਧ ਕਿਹਨੂੰ ਕਹਿੰਦੇ ਆ? ਜਿਹਨੇ ਆਪਣਾ ਜੀਵਨ ਸਿੱਧ ਕਰ ਲਿਆ, ਸ਼ੁੱਧ ਕਰ ਲਿਆ, ਨਿਰਮਲ ਕਰ ਲਿਆ, ਪਰਮੇਸ਼ੁਰ ਵਿੱਚ ਅਭੇਦ ਹੋ ਗਿਆ, ਅਤੇ ਫਿਰ ਗੁਫਾ 'ਚ ਵੜ ਕੇ ਨਹੀਂ ਬੈਠਿਆ ਵੀ ਇਹ ਰਸ ਲੈਣਾ, ਆਨੰਦ ਲੈਣਾ, ਇਸ ਮੌਜ ਵਿੱਚੋਂ ਮੈਂ ਬਾਹਰ ਨਹੀਂ ਜਾਣਾ। ਨਹੀਂ, ਦੂਜਿਆਂ ਲਈ ਫਿਰ ਦੌੜਿਆ ਫਿਰਦਾ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਦਾ। ਥਾਂ ਥਾਂ 'ਤੇ ਪੁੱਛਦਾ, ਉਹ ਸਿੰਘਾ ਸ਼ਰਾਬ ਪੀਨਾ, ਸ਼ਰਾਬ ਛੱਡ। ਉਹ ਸਿੰਘਾ ਕੇਸ ਕਿਉਂ ਕਟਾਏ ਹੈ? ਗੁਰੂ ਕੀ ਮੋਹਰ ਹੈ, ਕੇਸ ਰੱਖ। ਇਹ ਸੰਤ ਇੱਦਾਂ ਬੋਲਦੇ ਹੁੰਦੇ ਸੀ, ਸੰਤ ਬਾਬਾ ਕਰਤਾਰ ਸਿੰਘ। ਸਿੰਘ ਕਈ ਵਾਰੀ ਉਹਨਾਂ ਦੇ ਸੰਗੀ ਮਿਲਦੇ, ਉਹ ਦੱਸਦੇ ਕਹਿੰਦੇ ਵੀ ਮੇਰਾ ਮੈਂ ਟਿੰਡ ਕਢਾਈ ਹੋਈ, ਮੂੰਹ ਸਿਰ ਮੁੰਨਿਆ ਅਤੇ ਸੰਤ ਕਥਾ ਕਰਕੇ ਬਾਹਰ ਆਏ, ਮੁਸਕਰਾਉਂਦੇ ਮੇਰੇ ਕੋਲ ਆ ਗਏ ਸਿੱਧੇ। ਕਹਿੰਦੇ ਉਹ ਸਿੰਘਾ, ਮਹਾਰਾਜ ਦੀ ਮੋਹਰ ਦੀ ਐਡੀ ਬਦਵੀ, ਕੇਸ ਕਟਾਇਆ, ਸਾਬਤ ਸੂਰਤ ਕੇਸ ਰੱਖ। ਗੁਰੂ ਕਲਗੀਧਰ ਦੀ ਖੁਸ਼ੀ ਲੈ, ਕਹਿੰਦੇ ਉਹ ਬਚਨ ਤੀਰ ਵਾਂਗੂ ਵੱਜੇ ਅੰਦਰ, ਕਲਕਰੇ ਜੇ ਮਾਹੇ, ਐਂ ਕੜਕ ਕੇ ਜਿਵੇਂ ਤੀਰ ਲੱਗ। ਕਹਿੰਦੇ ਹੌਂਸਲਾ ਹੀ ਨਹੀਂ ਪਿਆ ਮੁੜ ਕੇ ਕੈਂਚੀ 'ਤੇ ਉਸ ਤਰ੍ਹਾਂ ਫੇਰਨ ਦਾ। ਔਰ ਉਹ ਸਿੰਘਾਂ ਨੂੰ ਵੀ ਪੁੱਛਦੇ, ਉਹ ਸਿੰਘਾਂ ਕਿੰਨਾ ਨਿਤਨੇਮ ਕਰਦਾ, ਬਾਣੀ ਪੜ੍ਹਦਾ, ਕਿੰਨਾ ਅਭਿਆਸ ਹੈ ਤੇਰਾ, ਕਿੰਨੀ ਗੁਰਬਾਣੀ ਦੀ ਤੂੰ ਸੰਥਿਆ ਕੀਤੀ। ਮਾਂ ਬਾਪ ਨਹੀਂ ਇਸ ਤਰ੍ਹਾਂ ਪੁੱਛ ਸਕਦੇ ਜਿਵੇਂ ਉਹ ਪੁੱਛਦੇ ਸਨ। ਮਾਂ ਬਾਪ ਇੰਨਾ ਖਿਆਲ ਨਹੀਂ ਕਰ ਸਕਦੇ ਜਿੰਨਾ ਉਹ ਕਰਦੇ ਸਨ। ਆਪਣਾ ਪਰਿਵਾਰ, ਸੰਗਤ ਨੂੰ, ਜਥੇ ਨੂੰ, ਗੁਰੂ ਕੀ ਸੰਗਤ ਨੂੰ ਸਮਝਦੇ ਸਨ। ਐਸੇ ਸਾਧੂ ਸਨ ਸਾਧ ਸੰਗਤ ਦੀ, ਉਹ ਮਹਾਂਪੁਰਖ। ਇਸ ਕਰਕੇ ਉਹ ਪਰਉਪਕਾਰ ਲਈ ਤੌੜੇ ਫਿਰਦੇ ਆ, ਧਾਉਂਦੇ ਵੀ ਇਹ ਵੀ ਗੁਰੂ ਦਾ ਸਿੱਖ ਸਾਜੇ, ਇਹ ਵੀ ਸਾਜੇ। ਉਹ ਕਹਿੰਦੇ ਸੀ ਮੇਰੀ ਇੱਛਾ ਸਾਰਾ ਸੰਸਾਰ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਕਲਗੀਧਰ ਦਾ ਖਾਲਸਾ ਸਾਜੇ, ਤਾਂ ਕਿ ਨਰਕਾਂ 'ਚ ਨਾ ਪੈਣ। ਐਸੇ ਉਹਨਾਂ ਦੇ ਬਚਨ ਅਮੋਲਕ, ਉਹਨਾਂ ਨੇ ਬੜੇ ਵਜਦ ਵਿੱਚ ਆ ਕੇ ਕਰਨੇ ਸਾਧ ਸੰਗਤ। ਉਹਨੂੰ ਸਾਧੂ ਕਿਹਾ ਹੈ, ਉਹਦੇ ਹਿਰਦੇ 'ਚ ਨਾਮ ਵੱਸਦਾ ਹੈ। ਇਸ ਕਰਕੇ ਉਹ ਫਿਰ ਸੰਸਾਰ ਦਾ ਪਾਰ ਉਤਾਰਾ ਕਰਦਾ ਹੈ, ਉਹਨੂੰ ਸਾਧੂ ਕਿਹਾ ਜਾਂਦਾ ਹੈ। ਸਾਧ ਨਾਮ
ਨਿਰਮਲਤਾ ਕੇ ਕਰਮ, ਨਿਰਮਲ ਕਰਮ ਕਰਦਿਆਂ ਹੋਇਆ ਉਹਨੇ ਜੀਵਨ ਪਰਉਪਕਾਰ ਦੇ ਲੇਖੇ ਲਾ ਦਿੱਤਾ, ਉਹੀ ਸਾਧੂ ਹੈ। ਸੋ ਇਸ ਕਰਕੇ ਐਸੇ ਸਤਿਪੁਰਸ਼ਾਂ ਦੀਆਂ ਯਾਦਾਂ, ਉਹਨਾਂ ਦੀਆਂ ਬਰਸੀਆਂ ਕਹਿ ਲਓ, ਜੋੜ ਮੇਲੇ ਕਹਿ ਲਓ, ਸਾਡਾ ਮਾਰਗ ਦਰਸ਼ਨ ਕਰਦੇ ਆ। ਗੁਰਬਾਣੀ ਕਹਿੰਦੀ ਹੈ, ਨਾਨਕ ਕੱਚੜਿਆਂ ਸੋ ਤੋ ਢੂੜ ਸੱਜਣ ਸੰਤ ਪੱਕਿਆਂ। ਪੱਕਾ ਸੰਤ ਸੰਤ ਕਰਤਾਰ ਸਿੰਘ ਜੀ ਖਾਲਸਾ ਜੀ ਵਰਗਾ ਲੱਭ ਲੈ ਕਹਿੰਦੇ। ਕਬੀਰ ਫਰੀਦ ਸਾਹਿਬ ਨਹੀਂ ਕਹਿੰਦੇ, ਫਰੀਦਾ ਰੱਬ ਖਜੂਰੀ ਪੱਕੀਆਂ ਮਾਖੇ ਨਹੀਂ ਵਹਾਨ, ਜੋ ਜੋ ਵੰਝਿਆ ਡੀੜਾ ਉਮਰ ਹੱਥ ਪਵਾਨ। ਇਹ ਬੰਦਿਆ ਜਿਹੜਾ ਦਿਨ ਦੀਂਦਾ ਨਾ, ਦਿਖਾਈ ਦਿੰਦਾ ਡੀੜਾ ਦਿਸ ਰਿਹਾ ਤੈਨੂੰ ਦਿਨ, ਇਹ ਤੇਰੀ ਉਮਰ ਨੂੰ ਹੱਥ ਪੈ ਰਿਹਾ, ਪਾ ਲਿਆ ਹੱਥ ਕਹਿੰਦੇ ਕਾਲ ਨੂੰ, ਬਹੁਤੇ ਦਿਨਾਂ ਦੀ ਖੇਡ ਨਹੀਂ ਕਹਿੰਦੇ। ਰੱਬ ਖਜੂਰੀ ਪੱਕੀਆਂ, ਰੱਬ ਦੀਆਂ ਪੱਕੀਆਂ ਖਜੂਰਾਂ ਸੰਤ ਬੰਦਗੀ ਕਰਨ ਵਾਲੇ, ਇਹਨਾਂ ਕੋਲ ਮਾਖਿਓਂ ਦੀਆਂ ਸ਼ਹਿਤ ਦੀਆਂ ਨਦੀਆਂ ਵਗਦੀਆਂ ਜਦੋਂ ਇਹਨਾਂ ਦੇ ਮੁੱਖੋਂ ਗੁਰਬਾਣੀ ਦੇ ਬਚਨ ਨਿਕਲਦੇ ਆ, ਗੁਰਮਤਿ ਦੇ ਬਚਨ ਬੋਲਦੇ ਆ, ਪਰਮੇਸ਼ਰ ਦਾ ਜਸ ਕਰਦੇ ਆ, ਇਹ ਮਾਖਿਓਂ ਸ਼ਹਿਦ ਦੀਆਂ ਨਦੀਆਂ ਵਗਦੀਆਂ, ਜਾ ਕੇ ਇਹਨਾਂ 'ਚੋਂ ਚੁਲੀ ਭਰ ਕੇ ਪੀ ਲੈ, ਤੇਰਾ ਹਿਰਦਾ ਵੀ ਮਿਠਾਸ ਨਾਲ ਭਰ ਜਾਏਗਾ। ਇਹ ਰੱਬ ਦੀਆਂ ਪੱਕੀਆਂ ਖਜੂਰਾਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਸਨ। ਸੋ ਇਸ ਕਰਕੇ ਐਸੇ ਉਹ ਮਹਾਂਪੁਰਖ, ਉਹਨਾਂ ਦਾ ਜੀਵਨ ਉਹ ਕਿਤੇ ਗਏ ਥੋੜ੍ਹੋ ਹੈ, ਉਹ ਗੁਰੂ ਸਾਹਿਬ ਦੇ ਚਰਨਾਂ ਵਿੱਚ ਹੀ ਸਦਾ ਭੇਦ ਰੂਪ ਹਨ। ਇਸ ਕਰਕੇ ਕੱਚੜਿਆਂ ਦਾ ਸੰਗ ਤਿਆਗ ਦੇ, ਪੱਕਿਆਂ ਨਾਲ ਲਾ ਲੈ, ਇੱਥੇ ਵੀ ਤੇਰੇ ਨਾਲ ਰਹਿਣਗੇ, ਪ੍ਰਲੋਕ ਵਿੱਚ ਵੀ ਤੇਰੀ ਮਦਦ ਕਰਨਗੇ। ਸੰਤ ਸਹਾਈ ਜੀਏ ਕੇ ਭਵਜਲ ਤਾਰਨਹਾਰ, ਸਭ ਤੋਂ ਉੱਚੇ ਜਾਣੀਆਂ ਨਾਨਕ ਨਾਮ ਦਾ, ਉੱਥੇ ਵੀ ਤੇਰੀ ਮਦਦ ਕਰਨਗੇ, ਸਹਾਇਤਾ ਕਰਨਗੇ। ਕਲਗੀਧਰ ਪਾਤਸ਼ਾਹ ਨੂੰ ਕਹਿਣਗੇ, ਸੱਚੇ ਪਾਤਸ਼ਾਹ ਇਹ ਤੇਰਾ ਸਿੰਘ ਹੈ, ਇਹ ਤੇਰੀ ਸਿੰਘਣੀ ਹੈ, ਇਹ ਤੇਰਾ ਸੰਗੀ ਹੈ ਮਹਾਰਾਜ, ਇਹਦੀਆਂ ਭੁੱਲਾਂ ਬਖਸ਼ ਕੇ ਇਹਨੂੰ ਤੁਸੀਂ ਆਪਣੇ ਚਰਨਾਂ 'ਚ ਲੈ ਜਾਓ, ਉੱਥੇ ਵੀ ਤੇਰੀ ਪਹਿਰੇਦਾਰੀ ਕਰਨਗੇ। ਐਸੇ ਇਹ ਮਹਾਂਪੁਰਖ ਕਮਾਈ ਵਾਲੀਆਂ ਆਤਮਾਵਾਂ ਇੰਨੇ ਪਰਉਪਕਾਰੀ ਹੁੰਦੇ, ਸਰੀਰ ਤਿਆਗ ਕੇ ਵੀ ਪਰਉਪਕਾਰ ਕਰੀ ਜਾ, ਸਿੱਧੇ ਰਸਤੇ ਪਾਈ ਜਾਣਾ ਜੀਵਾਂ, ਉਹਨਾਂ ਦਾ ਭਲਾ ਕਰਨਾ। ਸੋ ਪਰਉਪਕਾਰੀ ਤੇਰੇ ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰਸੂ ਲੈਣ ਮਿਲਾਏ। ਐਸੇ ਮਹਾਂਪੁਰਖ ਉਹਨਾਂ ਦੇ ਹਿਰਦੇ ਵਿੱਚ ਰਾਮ ਭਾਈ ਅੱਠੇ ਪਹਿਰ ਦਾ ਵਸ ਗਿਆ, ਪਰੋਇਆ ਗਿਆ। ਸਭ ਕਾਜ ਹਮਾਰਾ ਹੋਇਆ, ਉਹਨਾਂ ਦੇ ਸਾਰੇ ਕਾਰਜ ਦੁਨਿਆਵੀ ਵੀ ਹੋ ਜਾਂਦੇ ਹੈ, ਦੁਨਿਆਵੀ ਵੀ ਨਹੀਂ ਉਹਨਾਂ ਦੇ ਕਾਰਜ ਅਧੂਰੇ ਰਹਿੰਦੇ ਕਦੇ। ਔਰ ਸਾਧ ਸੰਗਤ ਜੀ ਮਨੁੱਖਾ ਜੀਵਨ ਦੀ ਸਫਲਤਾ ਦਾ ਵੀ ਕਾਰਜ, ਉਹਨਾਂ ਨੇ ਆਪਣਾ ਜੀਵਨ ਵੀ ਸਫਲ ਕਰ ਲਿਆ। ਸਫਲ 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 ਭਈ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ, ਇਉਂ ਬਈ ਉਹ ਸਫਲ ਹੋ ਗਏ। ਐਸੀ ਉਹਨਾਂ ਉੱਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ ਹੈ, ਇਉਂ ਉਹਨਾਂ ਦੀ ਸੰਗਤ ਕਰਨ ਵਾਲਿਆਂ ਦੀ ਵੀ ਸਾਰੇ ਕਾਰਜ ਸਫਲੇ ਹੀ ਹਨ। ਪ੍ਰਭ ਚਰਣੀ ਮਨ ਲਾਗਾ, ਜਿਹਨਾਂ ਦਾ ਪ੍ਰਭੂ ਪਰਮੇਸ਼ਰ ਦੇ ਨਾਮ ਰੂਪ ਚਰਨਾਂ ਵਿੱਚ ਮਨ ਲਾਗਾ ਜੁੜ ਗਿਆ ਹੈ। ਪੂਰਨ ਜਾ ਕੇ ਭਾਗਾ, ਉਹਨਾਂ ਦੇ ਪੂਰੇ ਭਾਗ ਹੈ, ਅਧੂਰੇ ਨਹੀਂ ਰਹਿੰਦੇ, ਉਹਨਾਂ ਦੇ ਭਾਗ ਚਮਕਦੇ ਹੈ, ਪੂਰੇ ਭਾਗਾਂ ਵਾਲੇ ਹੈ ਸਾਧ ਸੰਗਤ ਜੀ ਉਹ।
ਆਪਾਂ ਕਹਿੰਦੇ ਹਾਂ ਵੀ ਫਲਾਣੇ ਬੰਦੇ ਦੇ ਕਰਮਾਂ ਨੇ ਸਾਥ ਨਹੀਂ ਦਿੱਤਾ, ਮਿਹਨਤ ਕੀਤੀ, ਭਾਗ ਮਾੜੇ ਰਹਿ ਗਏ ਬਈ, ਉਹਨਾਂ ਦੇ ਭਾਗ ਮਾੜੇ ਨੇ, ਉਹਨਾਂ ਦੇ ਭਾਗ ਬੜੇ ਬਲੀ ਹੈ। ਜੋ ਮਨ ਚਿੱਤ ਤੁਧ ਧਿਆਏ ਦੇ ਮੇਰੇ ਸੱਚਿਆ, ਤਿੰਨ ਕੀ ਬਰਕਤ ਖਾਹੇ ਅਸੰਖ ਕਰੋੜੇ। ਹੇ ਮਹਾਰਾਜ, ਤੇਰੇ ਮਨ ਚਿੱਤ ਦੁਆਰਾ ਤੇਰੇ ਨਾਮ ਨੂੰ ਧਿਆਉਣ ਵਾਲਿਆਂ ਕੋਲੇ ਨਾਮ ਦੀ ਇੰਨੀ ਬਰਕਤ ਹੈ, ਉਹਨਾਂ ਦੀ ਕਮਾਈ ਵਿੱਚੋਂ ਲੱਖਾਂ ਕਰੋੜਾਂ ਅਸੰਖਾਂ ਹੀ ਖਾਈ ਜਾਂਦੇ, ਫਿਰ ਵੀ ਨਹੀਂ ਮੁੱਕਦੀ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਦੀ ਕਮਾਈ ਵੇਖੋ, ਦੁਨੀਆਂ ਵਿੱਚ ਕਰੋੜਾਂ ਦੁਨੀਆਂ ਹੀ ਖਾਈ ਜਾ ਰਹੀ ਹੈ। ਸਿੰਘ ਕਹਿੰਦੇ ਕਿਸੇ ਨੇ ਫਿਲਮ ਬਣਾਈ ਨਿੰਦਿਆ, ਮੈਂ ਕਿਹਾ ਉਹਨੇ ਵੀ ਨਿੰਦਿਆ ਕਰਕੇ ਪੇਟ ਹੀ ਭਰਨਾ, ਉਹਨੂੰ ਵੀ ਰੋਜ਼ੀ ਦਾ ਸਾਧ ਨਹੀਂ ਬਣਿਆ ਉਹਦਾ ਵੀ। ਦੇਖੋ ਕਿੱਥੇ ਕਿੱਥੇ ਦੁਨੀਆਂ ਦੇ ਪੇਟ ਪੂਰਤੀ ਹੋ ਰਹੀ ਹੈ। ਕਮਾਈ ਹੈ, ਬੰਦਗੀ ਹੈ, ਕਲਗੀਧਰ ਦੀ ਕਿਰਪਾ ਬਖਸ਼ਿਸ਼। ਸੋ ਇਸ ਕਰਕੇ ਬਈ ਠੀਕ ਹੈ, ਜਿਹੜਾ ਫਿਰ ਲੇਖਾ ਤਾਂ ਉਹਨੂੰ ਦੇਣਾ ਪਏਗਾ ਹੀ ਨਾ, ਉਹ ਦੇਣਗੇ, ਪਰ ਰੋਜ਼ੀ ਰਿਜਕ ਦਾ ਸਾਧਨ ਤਾਂ ਉਹਨਾਂ ਦਾ ਨਾ ਹੀ ਬਣਿਆ ਨਾ। ਇਸ ਕਰਕੇ ਉਹ ਪਤਾ ਨਹੀਂ ਕਿੱਥੇ ਕਿੱਥੇ ਜੀਵਾਂ ਨੂੰ ਉਹਨਾਂ ਦੀ ਕਮਾਈ ਪਾਲ ਰਹੀ ਹੈ, ਦੇ ਰਹੀ ਹੈ ਰੋਜ਼ੀ ਦੇ। ਸੋ ਇਸ ਕਰਕੇ ਸਾਧ ਸੰਗਤ ਜੀ ਉਹ ਪੂਰਨ ਭਾਗਾਂ ਵਾਲੇ ਆ, ਉਹਨਾਂ ਦੇ ਭਾਗਾਂ ਵਿੱਚ ਕੋਈ ਕਮੀ ਨਹੀਂ, ਕੋਈ ਨਿਊਨਤਮ ਨਹੀਂ, ਕੋਈ ਘਾਟ ਨਹੀਂ ਹੈ। ਸੰਤ ਬਾਬਾ ਕਰਤਾਰ ਸਿੰਘ ਜੀ ਦਾ ਚੌੜਾ ਮਸਤਕ, ਨੂਰਾਨੀ ਦਮਕਾ ਮਾਰਦਾ ਮਸਤਕ, ਜਿਹੜਾ ਵੀ ਉਹਨਾਂ ਦੇ ਮੱਥੇ ਲੱਗ ਜਾਂਦਾ ਉਹ ਪ੍ਰਭਾਵਿਤ ਹੋਣ ਤੋਂ ਬਿਨਾਂ ਨਹੀਂ ਕਦੇ ਰਹਿ ਸਕਦਾ ਸੀ। ਐਸੀ ਉਹਨਾਂ ਦੀ ਕਮਾਈ ਸੀ, ਐਸਾ ਨੂਰਾਨੀ ਮਸਤਕ ਸੀ। ਕਿਉਂ ਬਈ ਉਹਨਾਂ ਦੇ ਭਾਗਾਂ ਵਿੱਚ ਪ੍ਰਭ ਚਰਣੀ ਮਨ ਲੱਗਾ, ਜਿਹਨਾਂ ਦਾ ਮਨ ਪ੍ਰਭੂ ਦੇ ਚਰਨਾਂ ਵਿੱਚ ਲੱਗ ਗਿਆ, ਪਰਮੇਸ਼ਰ ਦੇ ਨਾਮ ਵਿੱਚ ਜੁੜ ਗਿਆ, ਭਾਗ ਵੀ ਉਹਨਾਂ ਦੇ ਉੱਚੇ ਹੋ ਜਾਂਦੇ ਆ, ਪੂਰਨ ਭਾਗਾਂ ਵਾਲੇ ਬਣ ਜਾਂਦੇ ਆ, ਭਾਵ ਉਹਨਾਂ ਦੇ ਭਾਗਾਂ ਵਿੱਚੋਂ ਦੁੱਖ ਭੱਜ ਜਾਂਦੇ ਆ, ਦੁੱਖਾਂ ਦਾ ਨਾਸ ਹੋ ਜਾਂਦਾ, ਕਸ਼ਟ ਕੱਟੇ ਜਾਂਦੇ ਆ, ਦੁੱਖ ਮੁਸੀਬਤਾਂ ਕੱਟੀਆਂ ਜਾਂਦੀਆਂ, ਪਾਪ ਕੱਟੇ ਜਾਂਦੇ ਆ। ਸਾਧ ਸੰਗਤ ਜੀ ਕਾਮ ਕਰੋ ਲੋਭ ਮੋਹੰਕਾਰ ਇਹ ਦੁੱਖ ਦਿੰਦੇ ਆ, ਇਹ ਵੀ ਉਹਨਾਂ ਦੇ ਅਧੀਨ ਹੋ ਜਾਂਦੇ ਆ। ਇਉਂ ਪੂਰਨ ਭਾਗਾਂ ਵਾਲੇ ਹਨ, ਮਿਲ ਸਾਧ ਸੰਗ ਹਰ ਧਿਆਇਆ। ਗੁਰਸਿੱਖ ਜੇ ਮਿਲਣਾ ਤਾਂ ਐਸੇ ਸਾਧੂਆਂ ਨੂੰ ਮਿਲ, ਉਹਨਾਂ ਦੀ ਸੰਗਤ ਵਿੱਚ ਮਿਲ। ਉਹਨਾਂ ਦੀ ਸੰਗਤ ਵਿੱਚ ਜਦੋਂ ਮਿਲੇਗਾ ਤਾਂ ਤੇਰੇ ਹਿਰਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਧਿਆਉਣ ਦਾ ਪ੍ਰੇਮ ਪੈਦਾ ਹੋਏਗਾ। ਉਹਨਾਂ ਦੀ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਤੈਨੂੰ ਚੇਤੇ ਆਏਗਾ, ਯਾਦ ਆਏਗੀ ਉਹਦੀ। ਇਸ ਕਰਕੇ ਉਹਨਾਂ ਦੀ ਸੰਗਤ ਵਿੱਚ ਮਿਲਿਆ ਅਵਰ ਕਾਢ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗ ਭਜ ਕੇਵਲ ਨਾਮ, ਉਹ ਫਿਰ ਕੇਵਲ ਨਾਮ ਦਾ ਭਜਨ ਕਰੇਗਾ। ਆਠ ਪਹਿਰ ਅਰਾਧਿਓ ਹਰ ਹਰ, ਜਿਹੜੇ ਅੱਠੇ ਪਹਿਰ ਇਸ ਤਰ੍ਹਾਂ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਹਨ, ਸਿਮਰਦੇ ਹੈ, ਸਿਮਰਨ ਨਹੀਂ ਜਿਹੜੇ ਤਿਆਗਦੇ ਕਦੇ ਵੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਨਾ ਕਿ ਐ ਪ੍ਰਾਣੀ ਤੂੰ ਨਾਮ ਜਪਿਆ ਕਰ। ਮਹਾਰਾਜ ਨੂੰ ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਦੁਨੀਆਂ ਦੇ ਕੰਮ ਕੌਣ ਕਰੂ? ਤਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਉੱਤਰ ਦਿੰਦੇ ਆ, ਇਸ ਦਿਨ ਜੋ ਨਾਨਕ ਭਜੈ ਸਫਲ ਹੋਏ ਤੇ ਕਾਮ। ਮਹਾਰਾਜ ਕਹਿੰਦੇ ਰਾਤ ਦਿਨ ਜਿਹੜਾ ਭਜਨ ਕਰੂ ਉਹਦੇ ਕੰਮ ਸਫਲ ਹੈ, ਜਿਹਦਾ ਭਜਨ ਕਰਦੇ ਉਹ ਆਪੇ ਕਰੂਗਾ, ਆਪੇ ਉਹਦੇ ਸਾਰੇ ਕਾਰਜ ਸਾਰੇ ਪੂਰੇ ਹੋ ਜਾਂਦੇ। ਇਸ ਕਰਕੇ ਬਈ ਆਠ ਅੱਠੇ ਪਹਿਰ ਵਾਹਿਗੁਰੂ ਦੇ ਨਾਮ ਨੂੰ ਸਿਮਰਨਾ
ਧਿਆਉਣਾ ਹੈ। ਮਨ ਚਿੰਦਿਆ ਫਲ ਪਾਇਆ, ਮਨ ਇੱਛਤ ਫਲ ਪ੍ਰਾਪਤ ਹੋ ਗਏ, ਮਨ ਚਿੰਦ ਗਿਆ, ਪੂਰਾ ਹੋ ਗਿਆ, ਮਨ ਵਿੱਚ ਚਿੰਤਾ ਹੀ ਨਹੀਂ ਕੋਈ ਰਹਿ ਗਈ, ਇੱਛਾ ਹੀ ਨਹੀਂ ਰਹਿ ਗਈ। ਰਹਾਉ, ਚਿੰਦਿਆ ਦਾ ਅਰਥ ਹੁੰਦਾ ਚਿਤਵਣੀ, ਮਨ ਵਿੱਚ ਚਿਤਵਣੀਆਂ ਲੱਗੀਆਂ ਰਹਿਣ, ਇੱਕ ਮੁੱਕੀ ਸਿਆਪਾ, ਦੂਜਾ ਹੋਰ ਖੜਾ, ਤੀਜੀ ਮੁੱਕੀ, ਚੌਥਾ ਹੋਰ ਖੜ ਗਿਆ, ਇੱਧਰ ਗਿਆ ਸੀ, ਇੱਧਰੋਂ ਇੱਕ ਮੁਸੀਬਤ ਸੁਣ ਕੇ, ਦਸ ਇੱਧਰੋਂ ਪੈ ਗਈਆਂ ਗਾਲ, ਆਹ ਨਹੀਂ ਪੂਰਾ ਹੋਇਆ, ਆਹ ਰਹਿ ਗਿਆ, ਇਉਂ ਮਨ ਦੀਆਂ ਚਿਤਵਣੀਆਂ ਨੇ ਇੰਨਾ ਘੇਰ ਲਿਆ, ਇੰਨਾ ਘੇਰ ਲਿਆ ਵੀ ਬੰਦਾ ਬੇਬਸ ਹੋ ਗਿਆ। ਇਹਨੂੰ ਕਹਿੰਦੇ ਮਨ ਚਿੰਦਿਆ, ਮਨ ਦੀਆਂ ਚਿਤਵਣੀਆਂ ਨੇ। ਤੋ ਮਹਾਰਾਜ ਕਹਿੰਦੇ ਬਈ ਜਦੋਂ ਨਾਮ ਨੂੰ ਧਿਆਇਆ ਨਾ, ਮਨ ਦੀਆਂ ਚਿਤਵਣੀਆਂ ਦਾ ਸਿਆਪਾ ਮੁੱਕ ਜਾਣਾ, ਇਹ ਖਤਮ ਹੀ ਹੋ ਜਾਣੀਆਂ, ਇਹ ਉੱਠਣੇ ਨਹੀਂ। ਮਨੋ ਮਚਿੰਦੜੀਆਂ ਟਾਕ ਮੁਕੁੰਜੜੀਆਂ, ਫਰੀਦ ਸਾਹਿਬ ਕਹਿੰਦੇ ਜਿਹੜੀਆਂ ਤੇਰੀਆਂ ਮਨ ਦੀਆਂ ਮਚਿੰਦੜੀਆਂ ਨਾ ਚਿਤਵਣੀਆਂ, ਇਹਨਾਂ ਨੂੰ ਟਕੂਆ ਲੈ ਕੇ ਨਾਮ ਦਾ ਨਾ ਭਗਤੀ ਦਾ ਬਰੀਕ ਬਰੀਕ ਕਰਕੇ ਟੁੱਕ ਟੁੱਕ ਕਰਕੇ ਕੱਟ ਕੇ ਕੱਢ ਦੇ ਬਾਹਰ ਅੰਦਰ। ਇਉਂ ਮਨ ਚਿੰਦਿਆ ਫਲ ਪਾਇਆ, ਮਨ ਇੱਛਤ ਫਲ ਤਾਂ ਮਿਲ ਗਏ, ਜੋ ਚਿਤਵਣੀਆਂ ਕੀਤੀਆਂ, ਨਾਮ ਜਪਣ ਵਾਲੇ ਦੀ ਇੱਛਾ ਕੋਈ ਅਧੂਰੀ ਰਹਿੰਦੀ ਨਹੀਂ। ਪਰ ਸਭ ਤੋਂ ਵੱਡੀ ਕਿਰਪਾ ਕਿਹੜੀ ਹੈ ਕਿ ਮਨ ਚਿੰਦਿਆ ਫਲ ਪਾਇਆ, ਕੀ ਫਲ ਪ੍ਰਾਪਤ ਹੋਇਆ, ਮਨ ਦੀਆਂ ਵਾਸ਼ਨਾ ਹੀ ਮਿਟ ਗਈਆਂ, ਇੱਛਾ ਹੀ ਨਹੀਂ ਰਹਿ ਗਈ ਮਨ ਵਿੱਚ ਕੋਈ, ਸਾਰੀਆਂ ਮਹਾਰਾਜ ਨੇ ਇੱਛਾ ਹੀ ਪੂਰੀਆਂ ਕਰ ਦਿੱਤੀਆਂ, ਮੇਟ ਹੀ ਦਿੱਤੀਆਂ, ਕੋਈ ਫੁਰਨਾ, ਕੋਈ ਸੰਕਲਪ, ਕੋਈ ਕਾਮਨਾ ਉਹਨਾਂ ਦੇ ਹਿਰਦੇ ਵਿੱਚ ਰਹਿੰਦੀ ਨਹੀਂ ਹੈ। ਇਹ ਫਲ ਨਾਮ ਦੀ ਕਮਾਈ ਵਿੱਚੋਂ ਪ੍ਰਾਪਤ ਹੋਇਆ, ਉਹਨਾਂ ਐਨ ਮਨ ਦੀ ਤ੍ਰਿਪਤੀ ਹੋ ਗਈ ਹੈ, ਕੋਈ ਵਾਸ਼ਨਾ ਇੱਛਾ ਰਹਿੰਦੀ ਨਹੀਂ ਹੈ। ਰਹਾਉ, ਉਸ ਨਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਪਰਾ ਪੂਰਬਲਾ ਅੰਕੁਰ ਜਾਗਿਆ, ਪੂਰਬਲਾ ਕਰਮ ਵੀ ਨਾਲ ਜਾਗ ਪੈਂਦਾ, ਕਈ ਵਾਰੀ ਜਾਗਦਾ ਨਹੀਂ ਬੰਦੇ ਦਾ, ਅਗਲੇ ਜਨਮ ਵਿੱਚ ਉਹ ਫਿਰ ਦੁਬਾਰਾ ਜੀਵਨ ਲੈਣ ਦਾ ਕਾਰਨ ਬਣ ਜਾਂਦਾ। ਪਰ ਨਾਮ ਜਪਣ ਵਾਲਿਆਂ ਦਾ ਜੇ ਕੋਈ ਪੂਰਬਲਾ ਪ੍ਰਾਰਭ ਦਾ ਚੰਗਾ ਕਰਮ ਹੁੰਦਾ, ਉਹ ਵੀ ਇਸੇ ਜਨਮ ਵਿੱਚ ਜਾ ਕੇ ਚੰਗਾ ਫਲ ਦੇ ਦਿੰਦਾ। ਉਹ ਵੀ ਕਹਿੰਦਾ ਵੀ ਮੈਂ ਛੇਤੀ ਛੇਤੀ ਜਾ ਕੇ ਸੰਗੀ ਦੀ, ਬਾਣੀ ਪੜ੍ਹਨ ਵਾਲੇ ਦੀ, ਨਾਮ ਜਪਣ ਵਾਲੇ ਦੀ ਸੇਵਾ ਕਰਦੇ ਹਾਂ। ਉਹ ਜਿਹੜਾ ਪਿੱਛੇ ਰਿਹਾ ਹੁੰਦਾ ਉਹ ਛੇਤੀ ਅੱਗੇ ਆ ਜਾਂਦਾ, ਇਹ ਕਿਰਪਾ ਹੋ ਜਾਂਦੀ। ਇਉਂ ਬਈ ਇਹ ਪੂਰਬਲੇ ਕਰਮ ਵੀ ਫਿਰ ਜਾਗ ਪੈਂਦੇ ਹਨ ਜਿਹੜੇ ਚੰਗੇ ਆ, ਸ਼ੁਭ ਕਰਮ, ਮਾੜੇ ਮਿਟ ਜਾਂਦੇ ਆ ਨਾਮ ਜਪਣ ਵਾਲੇ ਦੇ, ਸੇਵਾ ਕਰਨ ਵਾਲੇ ਦੇ ਮਾੜੇ ਕਰਮਾਂ ਦਾ ਨਾਸ਼ ਹੋ ਜਾਂਦਾ, ਜਿਹੜੇ ਚੰਗੇ ਹੁੰਦੇ ਹਨ। ਚੰਗਾ ਕਿਵੇਂ ਹੈ ਸਾਧ ਸੰਗਤ ਜੀ? ਤੁਸੀਂ ਘਰੋਂ ਆਏ, ਕੋਈ ਦੁਖੀ ਬੰਦਾ ਰਸਤੇ 'ਚ ਮਿਲ ਗਿਆ, ਮਨ ਵਿੱਚ ਦਇਆ ਆਈ, ਯਾਰ ਇਹ ਬੰਦਾ ਦੁਖੀ ਹੈ, ਭੁੱਖਾ, ਚੱਲ ਇਹਨੂੰ ਪ੍ਰਸ਼ਾਦਾ ਛਕਾ ਦਿਆਂ। ਤੁਹਾਡੇ ਮਨ 'ਚ ਕਦੇ ਖਿਆਲ ਹੀ ਨਹੀਂ ਰਿਹਾ ਵੀ ਮੈਂ ਕਦੇ ਛਕਾਇਆ ਸੀ ਜਾਂ ਨਹੀਂ, ਅੱਗੇ ਜਨਮ ਮਿਲ ਗਿਆ। ਹੁਣ ਉਹ ਜਿਹੜੀ ਅਸੀਸ ਹੈ ਨਾ ਕਿਸੇ ਦੀ ਭੁੱਖੇ ਦੀ, ਉਹ ਕਦੋਂ ਲੱਗਣੀ ਹੈ ਤੁਹਾਨੂੰ ਨਹੀਂ ਪਤਾ। ਉਹ ਫਿਰ ਇਸ ਜਨਮ ਦੇ ਵਿੱਚ ਜਦੋਂ ਕਿਤੇ ਸੁੱਖ ਮਿਲੇ ਨਾ, ਉਹ ਪੂਰਬਲਾ ਕਰਮ ਅੰਕੁਰ ਬਣ ਕੇ ਜਿਹੜਾ ਪੈਦਾ ਹੋਇਆ ਸੀ, ਜਿਵੇਂ ਫਸਲ ਬੀਜੀ ਦੀ ਆ, ਕੋਈ ਬੀਜ ਲਾਈ ਦਾ ਧਰਤੀ 'ਚੋਂ ਅੰਕੁਰਿਤ ਹੋ ਜਾਂਦਾ, ਉਹ ਉੱਗ ਪੈਂਦਾ ਅਤੇ ਫਿਰ ਅੱਗੇ ਉਹ ਬਿਰਛ ਬਣ ਜਾਂਦਾ, ਉਹ ਫਲ ਦਿੰਦਾ। ਇਸੇ ਤਰ੍ਹਾਂ ਬਈ ਉਹ ਫਿਰ ਸ਼ੁਭ ਕਰਮ ਜਿਹੜਾ, ਇਹ ਇੱਕ ਨਿੱਕੀ ਜਿਹੀ ਮਿਸਾਲ ਹੈ,
ਕੋਈ ਵੀ ਸੇਵਾ ਕੀਤੀ ਹੈ ਤੁਹਾਡੀ ਨਿਸਫਲ ਨਹੀਂ ਕਦੇ ਜਾਂਦੀ। ਗੁਰਸਿੱਖਾਂ ਦੀ ਸੇਵਾ, ਸੰਗਤ ਦੀ ਸੇਵਾ, ਗੁਰੂ ਘਰ ਦੀ ਸੇਵਾ, ਧਰਮ ਕਮਾਇਆ, ਦਾਨ ਕਮਾਇਆ, ਕਦੇ ਨਿਸਫਲ ਨਹੀਂ ਜਾਂਦਾ। ਆਪਣੀ ਮਾਇਆ ਪਾਪ ਕਰਮਾਂ 'ਚ ਨਹੀਂ ਕਦੇ ਲੱਗਣ ਦੇਣੀ, ਸੌ ਵਾਰੀ ਸੋਚਣਾ, ਕਦੇ ਵੀ ਉੱਧਰ ਨੂੰ ਹੱਥ ਨਹੀਂ ਵਧਣਾ ਚਾਹੀਦਾ। ਅਤੇ ਚੰਗੇ ਕਰਮ ਲਈ ਦੇਣ ਲੱਗਿਆਂ ਕਦੇ ਹੱਥ ਪਿੱਛੇ ਨਾ ਰਹਿ ਜਾਏ। ਕਰਨ ਨੂੰ ਨਾ ਸੁਣਨ ਵਾਲਾ ਬਚਨ ਹੈ। ਕਰਨ ਜਿਹੜਾ ਹੋਇਆ ਬੜਾ ਮਹਾਂਬਲੀ ਸੂਰਮਾ ਸੀ, ਪਾਂਡਵਾਂ ਦਾ ਭਰਾ ਹੀ ਸੀ। ਭਗਵਾਨ ਕ੍ਰਿਸ਼ਨ ਗਏ ਕਰਨ ਕੋਲ। ਕਰਨ ਕੀ ਕਰ ਰਿਹਾ? ਦਾਨ ਦੂਨ ਕਰਕੇ ਸਵਾ ਮਨ ਸੋਨਾ ਦਾਨ ਕਰਦਾ ਸੀ, ਸਿਰ ਨੂੰ ਤੇਲ ਲਾਈ ਦਿੰਦਾ। ਭਗਵਾਨ ਕਹਿੰਦੇ ਵੀ ਉਹ ਕਰਨ, ਕ੍ਰਿਸ਼ਨ ਜੀ ਗਏ। ਭਗਵਾਨ ਕ੍ਰਿਸ਼ਨ ਕਹਿੰਦੇ ਕਰਨ, ਆਹ ਸੋਨੇ ਦਾ ਬਰਤਨ ਭਰਿਆ, ਇਹਦੇ ਵਿੱਚ ਹੀਰੇ ਮੋਤੀ ਜਵਾਹਰ ਆ, ਤਾਂ ਮੈਨੂੰ ਦਾਨ ਦੇ, ਲੋੜ ਹੈ, ਇੱਛਾ। ਸਤਸੰਗ ਜੀ, ਸ਼ਸਤਰ ਵਿਧਾਨ ਇੱਥੇ ਇਹ ਹੈ, ਗੁਰਮਤ ਦਾ ਵੀ ਵਿਧਾਨ ਹੈ ਵੀ ਤੰਬਾਕੂ ਖਾਣ ਵਾਲੇ ਨੂੰ ਦਾਨ ਨਹੀਂ ਦੇਣਾ, ਦੇਣ ਵਾਲਾ ਪਾਪੀ ਬਣ ਜਾਂਦਾ। ਇਹ ਗੁਰਮਤ ਦਾ ਵਿਧਾਨ ਹੈ, ਇਹ ਵੀ ਵਿਧਾਨ ਹੈ। ਉਹ ਕਹਿੰਦੇ ਵੀ ਕਰਨ ਜਿਹੜਾ ਨਾ ਫਟਾਫਟ ਉੱਠਿਆ, ਸੱਜੇ ਹੱਥ 'ਚ ਤੇਲ ਲੱਗਾ। ਉਹ ਕਹਿੰਦਾ ਦਾਨ ਕਿੱਦਾਂ ਦਿਆ? ਇਹ ਤਾਂ ਤ੍ਰੇਤੇ ਦੁਆਪਰ ਯੁੱਗ ਦਾ ਐਡਾ ਵੱਡਾ ਅਵਤਾਰ ਹੈ। ਉਹਨੇ ਖੱਬੇ ਹੱਥ ਨਾਲ ਹੀ ਚੁੱਕ ਕੇ ਫਟਾਫਟ ਅੱਗੇ ਕਰਤਾ। ਭਗਵਾਨ ਕਹਿੰਦੇ ਤੂੰ ਚੰਗਾ ਦਾਨੀ ਹੈ, ਦਾਨ ਤਾਂ ਸੱਜੇ ਹੱਥ ਨਾਲ ਦਈਦਾ, ਤੂੰ ਖੱਬੇ ਨਾਲ ਕਿਉਂ ਦੇ ਰਿਹਾ? ਕਹਿੰਦਾ ਭਗਵਾਨ ਮੇਰੀ ਬੇਨਤੀ ਸੁਣ ਲੈ ਧਿਆਨ ਨਾਲ, ਇਹ ਜਿਹੜੀ ਮਾਇਆ ਇੰਨੀ ਧੋਖੇਬਾਜ਼ ਹੈ ਨਾ, ਇੰਨੀ ਧੋਖੇਬਾਜ਼ ਹੈ, ਇਹ ਪਤਾ ਨਹੀਂ ਕਿ ਸੱਜੇ ਹੱਥ ਦੇਣ ਵੇਲੇ ਮੇਰੇ ਕੋਲ ਰਹਿੰਦੀ ਵੀ ਨਾ। ਮਾਇਆ ਇੰਨੀ ਛਲ ਜਾਣ ਵਾਲੀ ਹੈ, ਇਹ ਕਿਸੇ ਦੀ ਕਦੇ ਵੀ ਨਹੀਂ ਬਣੀ। ਅਤੇ ਜਮਰਾਜ ਇੰਨਾ ਨਿਰਦਈ ਹੈ, ਇੰਨਾ ਨਿਰਦਈ ਹੈ ਕਿ ਮੈਂ ਦਾਨ ਦੇਣ ਤੋਂ ਪਹਿਲਾਂ ਮੇਰੇ ਸਾਹ ਖਿੱਚ ਸਕਦਾ। ਉਹ ਮੈਂ ਹੱਥ ਧੋਣ ਜਾਵਾਂ ਅਤੇ ਜਦ ਨੂੰ ਮੇਰੇ ਪ੍ਰਾਣ ਨਿਕਲ ਜਾਣ ਤਾਂ ਮੇਰੀ ਤਾਂ ਸੇਵਾ ਖਤਮ ਨਾ, ਮੈਂ ਤਾਂ ਗਿਆ ਨਾ। ਕਹਿੰਦਾ ਜਮ ਨਾਲੋਂ ਵੱਡਾ ਨਿਰਦਈ ਕੋਈ ਨਹੀਂ, ਮਾਇਆ ਨਾਲੋਂ ਵੱਡਾ ਕੋਈ ਧੋਖੇਬਾਜ਼ ਨਹੀਂ। ਇਸ ਕਰਕੇ ਸਵਾਸ ਰਹਿੰਦਿਆਂ ਹੀ ਧਰਮ ਕਮਾਓ, ਦਾਨ ਪੁੰਨ ਸੇਵਾ ਕਰੋ, ਤਾਂ ਕਿ ਜੀਵਨ ਸਾਰਥਕ ਹੋ, ਸਫਲਾ ਹੋ। ਇਸ ਕਰਕੇ ਭਾਈ ਇਹ ਮਹਾਰਾਜ ਕਹਿੰਦੇ ਪਰਾ ਪੂਰ ਬਲਾਂਕੁਰ ਜਾਗਿਆ, ਇਹ ਜਾਗਦਾ ਹੈ, ਫਲ ਜ਼ਰੂਰ ਮਿਲਦਾ। ਜਿਹੜੇ ਦੁੱਖ ਮਿਲਦੇ ਆ, ਕਿਸੇ ਨੂੰ ਦੁਖੀ ਕੀਤਾ ਹੋਣਾ ਪਿਛਲੇ, ਜਿਹੜੇ ਸੁੱਖ ਇਸ ਜਨਮ 'ਚ ਜ਼ਿਆਦਾ ਮਿਲਦੇ ਆ, ਉਹ ਆਪਾਂ ਕਿਸੇ ਨੂੰ ਸੁੱਖ ਦਿੱਤੇ ਆ, ਸੁੱਖ ਵੰਡੇ ਆ, ਸੁੱਖ ਭੋਗ ਰਹੇ ਹਾਂ। ਦੁੱਖ ਜ਼ਿਆਦਾ ਸਾਨੂੰ ਘੇਰੀ ਬੈਠੇ, ਆਪਾਂ ਲੋਕਾਂ ਨੂੰ ਦੁਖੀ ਕੀਤਾ। ਗਿਆਨੀ ਜੀ ਕਹਿੰਦੇ ਸੀ ਵੀ ਨਿੰਦਿਆ ਉਸਤਤ, ਨਿੰਦਿਆ ਵੈਰ ਵਿਰੋਧ ਈਰਖਾ, ਇਹਨਾਂ ਤੋਂ ਜਿੰਨਾ ਬਚਿਆ ਜਾਏ ਚੰਗਾ ਹੀ ਚੰਗਾ। ਇਹ ਪਤਾ ਨਹੀਂ ਕਿੱਥੇ ਦੁੱਖ ਰੂਪ ਵਿੱਚ ਤੁਹਾਡੇ ਮੂਹਰੇ ਖੜ ਜਾਣਾ, ਇਹ ਬੜਾ ਮੁਸੀਬਤ ਦਾ ਕਾਰਨ ਬਣਦਾ। ਇਸ ਕਰਕੇ ਭਾਈ ਨਰ ਅਚੇਤ ਪਾਪ ਤੇ ਡਰ ਰੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਬੰਦਿਆ, ਤੂੰ ਜਾਣ ਬੁੱਝ ਕੇ ਦੁਨੀਆਂ 'ਚ ਇੰਨੇ ਪਾਪ ਕਰ ਰਿਹਾ, ਅਤੇ ਮਹਾਰਾਜ ਕਹਿੰਦੇ ਮੇਰਾ ਤਾਂ ਬਚਨ ਹੈ ਅਚੇਤ, ਅਚਾਨਕ ਨਾ ਤੇਰੇ ਤੋਂ ਕਦੇ ਕੋਈ ਪਾਪ ਗੁਨਾਹ ਹੋ ਜੇ, ਉਹ ਤੋਂ ਵੀ ਡਰਿਆ ਕਰ ਵੀ ਮਹਾਰਾਜ ਦੇਖਿਓ ਕਿਤੇ ਅਚਾਨਕ ਗੁਨਾਹ ਨਾ। ਇਸ ਕਰਕੇ ਪੂਰਵਲਾ ਅੰਕੁਰ ਵੀ ਜਾਗ ਪੈਂਦਾ, ਉਹ ਛੇਤੀ ਅੱਗੇ ਆ ਜਾਂਦਾ, ਉਹ ਵੀ ਫਲ ਦੇ ਦਿੰਦਾ। ਪਰਾ ਪੂਰਵਲਾ ਅੰਕੁਰ ਜਾਗਿਆ, ਪਰਾ ਪੂਰਵਲੀ ਕੋਈ ਸੇਵਾ ਕਮਾਈ ਕੀਤੀ ਸੀ,
ਉਹ ਜਾਗੀ ਹੈ ਇਸ ਜਨਮ ਦੇ ਅੰਦਰ। ਰਾਮ ਨਾਮ ਮਨ ਲੱਗਿਆ, ਰਮੇ ਪਰਮੇਸ਼ਰ ਦੇ ਨਾਮ ਵਿੱਚ ਮਨ ਲੱਗ ਗਿਆ, ਫਿਰ ਜੁੜ ਗਿਆ ਬਈ। ਜਦੋਂ ਮਨ, ਭਾਈ ਵੀਰ ਸਿੰਘ ਕਹਿੰਦੇ ਵੀ ਨਾਮ ਦਾ ਰਸ ਆਉਣ ਦੀ ਨਿਸ਼ਾਨੀ ਕੀ ਹੈ, ਉਹ ਵੀ ਬੜੇ ਵੱਡੇ ਨਾਮ ਰਸੀਏ ਸੀ, ਉਹ ਕਹਿੰਦੇ ਵੀ ਨਿਸ਼ਾਨੀ ਹੈ ਇੱਕ ਵਾਰੀ ਵਾਹਿਗੁਰੂ ਕਿਹਾ ਨਾ, ਦੁਬਾਰਾ ਕਹਿਣ ਨੂੰ ਵਧੋ ਵਧੀ ਮਨ ਅੰਦਰੋਂ ਕਾਲਾ ਪਵੇ, ਦੁਬਾਰਾ ਵਾਹਿਗੁਰੂ ਕਵਾਂ। ਇੱਕ ਜਪਜੀ ਸਾਹਿਬ ਕੀਤਾ ਤਾਂ ਦੂਜਾ ਫੇਰ, ਕਹਿੰਦੇ ਇਹ ਹੁੰਦੀ ਕਿਰਪਾ ਵੀ, ਹਾਂ ਇਹ ਨਾਮ ਦਾ ਰਸ ਪ੍ਰਾਪਤ ਹੋਇਆ, ਇਹ ਕਿਰਪਾ ਹੋਈ ਹੈ, ਧੁਰੋ ਅੰਦਰ ਖਿੱਚ ਹੋਰ ਬਣੀ ਰਹਿਣੀ, ਨਾਮ ਵਿੱਚ, ਬਾਣੀ ਵਿੱਚ, ਸਿਮਰਨ ਵਿੱਚ। ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਜੀ, ਆਪਾਂ ਗੱਲਾਂ ਕਰਦੇ ਹੀ ਟਾਈਮ ਗੁਜ਼ਾਰ ਲੈਂਦੇ ਸੀ ਉਹਨਾਂ ਕੋਲੇ, ਅਤੇ ਉਹ ਬਾਣੀ ਤੋਂ ਬਿਨਾਂ ਨਹੀਂ ਕੋਈ ਬਚਨ ਕਰਦੇ ਸੀ ਕਿਸੇ ਨਾਲ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ, ਤੁਹਾਡੀਆਂ ਗੱਡੀਆਂ ਵਿੱਚ ਵੀ ਬਾਣੀ ਚੱਲੀ ਜਾਂਦੀ, ਤੁਹਾਡੇ ਘਰਾਂ ਵਿੱਚ ਵੀ, ਤੁਹਾਡੀਆਂ ਸੜਕਾਂ 'ਤੇ ਵੀ ਬਾਣੀ ਦਾ ਹੀ ਪ੍ਰਵਾਹ ਚਲਾਈ ਰੱਖਦੇ ਸੀ। ਐਸਾ ਉਹਨਾਂ ਮਹਾਂਪੁਰਖਾਂ ਨੇ, ਕਿਉਂਕਿ ਉਹਨਾਂ ਨੇ ਆਪਣੇ ਮਨੁੱਖਾ ਜੀਵਨ ਦੇ ਇੱਕ ਇੱਕ ਸਵਾਸ ਦੀ ਕੀਮਤ ਦਾ ਉਹਨਾਂ ਨੂੰ ਮੁੱਲ ਸੀ, ਪਤਾ ਸੀ ਕਿ ਇਹਦਾ ਮੁੱਲ ਕੀ ਹੈ। ਇਸ ਕਰਕੇ ਉਹ ਇੱਕ ਮਿੰਟ ਵੀ ਕਦੇ ਆਪਣਾ ਬਿਨਾਂ ਬਾਣੀ ਤੋਂ, ਨਾਮ ਤੋਂ ਅਜਾਈ ਨਹੀਂ ਜਾਣ ਦਿੰਦੇ ਸੀ। ਕਿਉਂ ਭਾਈ? ਨਾਮ ਵਿੱਚ ਉਹਨਾਂ ਦਾ ਮਨ ਲੱਗ ਜਾਂਦਾ, ਜੁੜ ਜਾਂਦਾ ਹੈ। ਮਨ ਤਨ ਹਰ ਦਰਸ ਸਮਾਵੇ, ਹਰੀ ਪਰਮੇਸ਼ਰ ਵਾਹਿਗੁਰੂ ਉਹਨਾਂ ਦੇ ਮਨ ਵਿੱਚ ਵੀ, ਤਨ ਦੇ ਵਿੱਚ ਵੀ ਐਨ ਸਮਾ ਜਾਂਦਾ, ਭੇਦ ਹੋ ਜਾਂਦਾ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨ ਜਾਣੋ ਮਾਨਸ ਦੇਹਾ। ਉਹ ਇਹ ਨਹੀਂ ਕਹਿੰਦੇ ਵੀ ਸਾਨੂੰ ਦਰਸ਼ਨ ਨਹੀਂ ਹੋਏ, ਦਰਸ਼ਨ ਦੇ। ਉਹ ਕਹਿੰਦੇ ਨਹੀਂ, ਦਰਸ਼ਨ ਤੇਰਾ ਜਿਹੜਾ ਨਾਮ ਹੈ ਨਾ, ਜਿਹੜਾ ਮੇਰੇ ਹਿਰਦੇ 'ਚ ਵੱਸ ਗਿਆ, ਇਹੀ ਤੇਰੇ ਦਰਸ਼ਨ ਹੈ। ਰੋਮ ਰੋਮ ਵਿੱਚ ਵੱਸ ਗਿਆ, ਜਰੇ ਜਰੇ ਵਿੱਚੋਂ ਨਾਮ ਧੁਨ ਆਤਮਕ ਰੂਪ ਹੋ ਕੇ ਮੇਰੇ 'ਤੇ ਉਹ ਬਖਸ਼ਿਸ਼ ਹੋ ਰਹੀ ਹੈ, ਇਹ ਤੇਰੇ ਦਰਸ਼ਨ ਹੀ ਹੈ। ਸੋ ਸਾਧਕ ਤਾਂ, ਜਿਹੜਾ ਅਸਲੀ ਸਾਧਕ ਹੈ ਨਾ, ਉਹ ਦਰਸ਼ਨਾਂ ਦੀ ਇੱਛਾ ਵੀ ਨਹੀਂ ਕਰਦਾ। ਮਹਾਰਾਜ ਮੈਂ ਯੋਗ ਨਹੀਂ ਅਜੇ ਤੁਹਾਡੇ ਦਰਸ਼ਨ ਕਰ। ਮੂਸਾ ਨੇ 40 ਦਿਨ ਤਪ ਕੀਤਾ ਕੋਹੇ ਤੂਰ ਪਹਾੜ ਦੇ ਉੱਤੇ, ਕਹਿੰਦਾ ਵੀ ਖੁਦਾ ਮੈਨੂੰ ਦਰਸ਼ਨ ਦੇ। ਮਹਾਰਾਜ ਕਹਿੰਦੇ ਤੂੰ ਮੇਰੀ ਝਲਕ ਨਹੀਂ ਝੱਲਣ ਜੋਗਾ, ਤੂੰ ਰਹਿਣ ਦੇ। ਤੀਜੀ ਵਾਰੀ ਆਕਾਸ਼ਬਾਣੀ ਫੇਰ ਹੋਈ, ਕਹਿੰਦੇ ਨਹੀਂ ਤੂੰ ਮੇਰੀ ਝਾਲ ਨਹੀਂ ਝੱਲਣ ਜੋਗਾ। ਕਹਿੰਦੇ ਨਹੀਂ ਹਟਦਾ, ਕਹਿੰਦੇ ਨਹੀਂ। ਫਿਰ ਇੱਕ ਇੰਨੀ ਜ਼ੋਰ ਦੀ ਚਮਕਾਰਾ ਪਿਆ ਨਾ, ਤਾਂ ਸਾਧ ਸਿੰਘ ਜੀ 8 ਦਿਨ ਮੂਸਾ ਪੈਗੰਬਰ ਬੇਸੁੱਧ ਹੋਇਆ ਪਿਆ ਰਿਹਾ ਬੇਹੋਸ਼ੀ ਵਿੱਚ। ਔਰ ਸਾਰਾ ਪਹਾੜ ਕੋਹੇ ਤੂਰ ਜਿਹੜਾ ਸੀਗਾ, ਸੁਰਮੇ ਦਾ ਰਾਖ ਬਣ ਗਿਆ, ਪੱਥਰ ਜਿਹੜੀ ਰਾਖ ਬਣ ਗਿਆ ਕਾਲਾ। ਫਿਰ 8 ਦਿਨਾਂ ਬਾਅਦ ਉੱਠਿਆ, ਕਹਿੰਦਾ ਮੂਸਾ ਤੂੰ ਮੇਰੇ ਦਰਸ਼ਨ ਮੰਗਦਾ ਸੀ, ਤੂੰ ਤਾਂ ਮੇਰੀ ਇੱਕ ਨਿੱਕੀ ਜਿਹੀ ਚੰਗਿਆੜੀ ਦਾ ਤੇਜ ਪ੍ਰਤਾਪ ਨਹੀਂ ਝੱਲ ਸਕਿਆ, ਮੇਰੇ ਦਰਸ਼ਨ ਕਿੱਥੋਂ ਤੂੰ ਕਰ ਲਏ। ਬੇਨਤੀ ਕਰਨੀ ਸਾਡਾ ਧਰਮ ਹੈ, ਹੱਠ ਨਹੀਂ ਕਰਨਾ। ਜੇ ਯੋਗ ਹੋਏ ਤਾਂ ਦਰਸ਼ਨ ਆਪੇ ਮਹਾਰਾਜ ਨੇ ਬਖਸ਼ ਦੇਣੇ। ਯੋਗ ਹੋਊਗਾ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਵੈਰਾਗ ਆ ਗਿਆ, ਹਿਰਦਾ ਨਿਰਮਲ ਹੋ ਗਿਆ, ਫਿਰ ਇੱਛਾ ਫਿਰ ਆਪੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕਰ ਦੇਣੀ ਹੈ। ਯੋਗਤਾ ਬਣਾਉਣ ਵਾਸਤੇ ਸੇਵਾ, ਸਿਮਰਨ, ਅਭਿਆਸ, ਬੰਦਗੀ,
ਸਤਸੰਗਤ ਘਾਲਣਾ ਦੀ ਲੋੜ। ਹੁਣ ਸੰਗਲਾਦੀਪ ਦਾ ਰਾਜਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਿਵੇਂ ਧਿਆਉਂਦਾ? ਪਲੰਗ ਡਾਹ ਕੇ ਨਵਾਂ ਵਸਤਰ ਵਿਛਾਉਣਾ ਵਿਛਾ ਕੇ ਕੜਾਹ ਪ੍ਰਸ਼ਾਦ ਦੇਗ ਤਿਆਰ ਕਰਕੇ ਜੋਤ ਜਗਾਉਂਦਾ, ਆਰਤੀ ਕਰਦਾ, ਅਰਦਾਸਾਂ ਕਰਦਾ। ਅਤੇ ਜਦੋਂ ਜੋ ਹੋ ਗਿਆ ਮਹਾਰਾਜ ਉੱਥੇ ਉਹਨੂੰ ਦਰਸ਼ਨ ਆਪ ਦੇਣ ਗਏ। ਅਤੇ ਅਸੀਂ ਵੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਸਾਂ ਪਾਤਸ਼ਾਹੀ ਜਦੋਂ ਯੋਗ ਹੋ ਗਏ ਸਾਨੂੰ ਵੀ ਦੇ ਦੇਣੇ ਆ ਉਹਨਾਂ ਨੇ। ਇਸ ਕਰਕੇ ਹੱਠ ਕਰਕੇ ਇੱਛਾ ਨਹੀਂ ਕਰਨੀ ਕਦੇ ਵੀ। ਇਉਂ ਮਨ ਔਰ ਤਨ ਵਿੱਚ ਉਹ ਦਰਸ ਸਰੂਪ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ ਉਹ ਨਾਮ ਰੂਪ ਵਿੱਚ ਉਹਨਾਂ ਦੇ ਸਮਾ ਜਾਂਦਾ ਹੈ। ਔਰ ਮਨ ਤਨ ਹਰ ਦਰਸ ਸਮਾਵ ਹੈ, ਉਹ ਐਸੇ ਦਰਸ਼ਨ ਕਲਗੀ ਧਰਦੇ ਹੈ ਜਾਂ ਦਸਾਂ ਪਾਤਸ਼ਾਹੀਆਂ ਦੇ ਹੈ। ਉਹਨਾਂ ਦੀ ਝਲਕ, ਉਹਨਾਂ ਦੀ ਛੋਹ ਜਿਹੜੀ ਹੈ ਮਨ ਤਨ ਵਿੱਚ ਵੀ ਸਿੱਖ ਦੇ ਸਮਾ ਜਾਂਦੀ ਹੈ। ਮਨ ਔਰ ਤਨ ਉਹਨਾਂ ਦਰਸ਼ਨਾਂ ਦੀ ਪਾਰਸ ਛੋਹ ਦੇ ਨਾਲ ਉਹਨਾਂ ਦਰਸ਼ਨਾਂ ਦੇ ਵਿੱਚ ਹੀ ਹਮੇਸ਼ਾ ਵਾਸਤੇ ਮਗਨ ਹੋਇਆ ਰਹਿੰਦਾ ਹੈ। ਇਸ ਕਰਕੇ ਐਸੀ ਕਿਰਪਾ ਉਹਨਾਂ ਉੱਤੇ ਹੁੰਦੀ ਹੈ। ਨਾਨਕ ਦਾਸ ਸੱਚੇ ਗੁਣ ਗਾਵੇ। ਗੁਰੂ ਅਰਜਨ ਦੇਵ ਜੀ ਸਾਨੂੰ ਕੀ ਕਹਿ ਰਹੇ ਆ ਕਿ ਹੇ ਗੁਰਸਿੱਖੋ, ਦਾਸਾ ਭਾਵ ਧਾਰ ਕੇ ਸੱਚੇ ਵਾਹਿਗੁਰੂ ਦੇ ਗੁਣ, ਉਹਦੀ ਸਿਫਤ, ਉਹਦੀ ਕੀਰਤੀ ਗਾਉਂਦੇ ਰਿਹਾ ਕਰੋ, ਸਿਫਤ ਸਲਾਹ ਕਰਦੇ ਰਿਹਾ ਕਰੋ। ਵਿਸਰਨਾ ਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਇਹ ਮਹਾਰਾਜ ਸਾਡੇ 'ਤੇ ਤੁਸੀਂ ਕਿਰਪਾ ਕਰੋ। ਸਾਧ ਸੰਗਤ ਜੀ, ਇਹ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਕੱਲ੍ਹ ਨੂੰ 12 ਤੋਂ ਲੈ ਕੇ 3 ਵਜੇ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਹਰਿਰਾਜ ਸਾਹਿਬ ਜੀ ਵੈਸਟ ਬਰੌਮ ਵਿੱਚ, ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁੱਧ ਪਾਠ ਬੋਧ ਸਮਾਗਮ ਆਰੰਭ ਸਨ, ਉਹਨਾਂ ਦੀ ਸੰਪੂਰਨਤਾ ਹੋਣ ਜਾ ਰਹੀ ਹੈ। ਇਹ 2 ਸ਼ਤਾਬਦੀਆਂ ਹੁਣ ਸਾਡੇ ਕਰਮਾਂ ਵਿੱਚ ਆਈਆਂ। ਧੰਨ ਗੁਰੂ ਰਾਮਦਾਸ ਜੀ ਦੀ ਗੁਰਤਾ ਗੱਦੀ ਗੁਰਪੁਰਬ ਦੀ 450 ਸਾਲਾ ਸਤਾ, ਅਤੇ ਸ਼੍ਰੀ ਗੁਰੂ ਅਮਰਦਾਸ ਜੀ ਦੀ 450 ਸਾਲਾ ਜੋਤੀ ਜੋਤ ਸਮਾਉਣ ਦੀ। ਇਹ ਦੋਨੋਂ ਸ਼ਤਾਬਦੀਆਂ ਨੂੰ ਸਮਰਪਿਤ ਤੁਹਾਡੀ ਸੰਗਤ ਦੇ ਸਹਿਯੋਗ ਨਾਲ ਵਿਦੇਸ਼ਾਂ ਦੀ ਧਰਤੀ ਵਿੱਚ ਜਥੇ ਸੰਗਤ ਦਮਦਮੀ ਟਕਸਾਲ ਜਥਾ ਭਿੰਡਰਾ ਮਹਿਤਾ ਵੱਲੋਂ ਪਹਿਲੀ ਵਾਰ ਪਾਠ ਬੋਧ ਸਮਾਗਮ ਹੋਏ ਹੈ। ਤੋ ਸਾਧ ਸੰਗਤ ਜੀ, ਇਸ ਕਰਕੇ ਸਾਰਿਆਂ ਨੇ ਕੱਲ੍ਹ ਨੂੰ ਹੁੰਮ ਹੁਮਾ ਕੇ ਪਹੁੰਚਣਾ ਸ਼ੁਕਰਾਨੇ ਦੇ ਸਮਾਗਮ ਵਿੱਚ। ਭਾਗਾਂ ਵਾਲੇ ਸਰੀਰ ਹੈ ਜਿਨ੍ਹਾਂ ਨੂੰ ਇਹ ਗੁਰਬਾਣੀ ਦਾ ਲਾਹਾ ਪ੍ਰਾਪਤ ਹੋਇਆ, ਇਹ ਲਾਹਾ ਕਰਮਾਂ ਤੋਂ ਬਿਨਾਂ ਨਹੀਂ ਮਿਲਦਾ। ਸਾਧ ਸੰਗਤ ਜੀ, ਇਹ ਪਾਠ ਬੋਧ ਪਹਿਲੀ ਵਾਰ ਕਲਗੀਧਰ ਪਾਤਸ਼ਾਹ ਜੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ 318 ਸਾਲ ਪਹਿਲਾਂ ਕਰਾਇਆ ਸੀ। ਸੰਗਤ ਰੂਪ ਵਿੱਚ ਸਿੰਘਾਂ ਨੂੰ ਵਿੱਦਿਆ ਪੜ੍ਹਾਉਣੀ ਸੰਥਿਆ ਹੋਰ ਚੀਜ਼ ਹੈ, ਪਾਠ ਬੋਧ ਹੋਰ ਚੀਜ਼ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ, ਉੱਥੇ ਸ਼ੁੱਧ ਪਾਠ ਬੋਧ ਵੀ ਅਤੇ ਅਰਥ ਬੋਧ ਵੀ ਮਹਾਰਾਜ ਜੀ ਨੇ ਬਖਸ਼ਿਆ। ਤੁਹਾਨੂੰ ਇੱਥੇ ਮਹੀਨੇ ਦੇ ਵਿੱਚ ਇਹ ਕਿਰਪਾ ਹੋਈ ਹੈ। ਇਹ ਸਾਰੀ ਰਹਿਮਤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਹੈ। ਸੋ ਇਸ ਕਰਕੇ ਸਾਰਿਆਂ ਨੇ ਹੁੰਮ ਹੁਮਾ ਕੇ ਦਰਸ਼ਨ ਦੇਣੇ ਹੈ। 8 ਵਜੇ ਅੰਮ੍ਰਿਤ ਸੰਚਾਰ ਆਰੰਭ ਹੋਏਗਾ। ਸੋ ਮਾਈ ਭਾਈਓ, ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਸਮੇਂ ਸਿਰ ਪਹੁੰਚ ਕੇ ਕੇਸੀ ਇਸ਼ਨਾਨ ਕਰਕੇ ਸੁੱਚੇ ਵਸਤਰ ਧੋਤੇ ਪਾ ਕੇ ਕਕਾਰ ਧਾਰਨ ਕਰਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੋ। ਸੋ ਮਹਾਰਾਜ ਦੀਆਂ ਖੁਸ਼ੀਆਂ ਅਤੇ ਬਖਸ਼ਿਸ਼ਾਂ ਪ੍ਰਾਪਤ ਕਰੀਏ। ਅੱਜ ਦੇ ਸਮਾਗਮ ਵਿੱਚ ਬਹੁਤ ਹੀ ਸਤਿਕਾਰਯੋਗ ਭਾਈ ਦਇਆ ਸਿੰਘ ਜੀ
ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਹਰਿਰਾਜ ਸਾਹਿਬ, ਉਹ ਵੀ ਸੰਗਤ ਵਿੱਚ ਬੈਠੇ ਹੈ। ਭਾਈ ਸਾਹਿਬ ਭਾਈ ਰੇਸ਼ਮ ਸਿੰਘ ਜੀ ਜੋ ਟਕਸਾਲ ਵੱਲੋਂ ਪੰਜਾਂ ਪਿਆਰਿਆਂ ਦੀ ਇੱਥੇ ਸੇਵਾ ਕਰ ਰਹੇ ਹਾਂ, ਬਹੁਤ ਵੱਡੀ ਸੇਵਾ, ਚਲੋ ਜ਼ਿਕਰ ਕਰ ਹੀ ਦਿਆਂ। ਸਾਧ ਸੰਗਤ ਜੀ, ਮਹਿਤੇ ਖਾਲਸਾ ਹੋਸਪਿਟਲ ਹੈ, ਮਹਾਂਪੁਰਖਾਂ ਨੇ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਜੀ ਨੇ ਉਸ ਪਰਉਪਕਾਰ ਦਾ ਕਾਰਜ ਸ਼ੁਰੂ ਕੀਤਾ ਸੀ। ਜਦੋਂ ਕਰੋਨਾ ਕਾਲ ਆਇਆ ਨਾ ਮਹਿਤੇ ਦੇ ਇਲਾਕੇ ਵਿੱਚ, ਸੱਚਾ ਬਚਨ ਹੈ, ਪੌਣੇ 2 ਸਾਲ ਉਸ ਹੋਸਪਿਟਲ ਦੇ ਸਟਾਫ ਨੇ ਇੰਨੀ ਘਾਲਣਾ ਘਾਲੀ ਰਾਤ ਦਿਨ, ਸਾਧ ਸੰਗਤ ਜੀ ਪਿੰਡਾਂ ਤੱਕ, ਰਾਤ ਨੂੰ ਵਿਚਾਰਿਆਂ ਨੇ ਦਵਾਈਆਂ ਲੁਕ ਛਿਪ ਕੇ ਕਿਸੇ ਤਰ੍ਹਾਂ ਬੜੇ ਔਖੇ ਕਾਰਡ ਬਣਾ ਕੇ ਜਲੰਧਰ ਤੋਂ, ਕਿਉਂਕਿ ਪਾਬੰਦੀ ਸੀ ਬਾਹਰ ਨਿਕਲ ਨਹੀਂ ਸਕਦੇ ਸੀ, ਉੱਥੋਂ ਦਵਾਈਆਂ ਦੀ ਵੈਨ ਭਰ ਕੇ ਲਿਆਉਣੀ ਅਤੇ ਸਾਰਾ ਦਿਨ ਦਵਾਈਆਂ ਵੰਡਣੀਆਂ ਸਾਰਾ ਦਿਨ। ਖਾਲਸਾ ਹੋਸਪਿਟਲ ਨੇ 100 ਪਿੰਡ ਨੂੰ ਫਰੀ ਦਵਾਈ, ਇੱਕ ਵੀ ਪੈਸਾ ਨਹੀਂ ਕਿਸੇ ਤੋਂ ਲਿਆ, 2.5 ਸਾਲ ਕਰੋੜਾਂ ਦੀ ਇਹ ਸੇਵਾ ਹੋਈ ਅਤੇ ਫਰੀ ਦਵਾਈ ਵੰਡੀ, ਅਤੇ ਲਗਭਗ ਮਹਾਰਾਜ ਦੀ ਕਿਰਪਾ ਨਾਲ ਕੋਈ ਨੇੜੇ ਤੇੜੇ ਮੌਤ ਵੀ ਨਹੀਂ ਹੋਈ। ਇੰਨਾ ਵੱਡਾ ਇਲਾਜ ਇੰਨੀ ਮਿਹਨਤ ਨਾਲ ਔਰ ਤਜਰਬੇ ਨਾਲ ਉਹਨਾਂ ਨੇ ਕੀਤਾ। ਸੋ ਉੱਥੇ ਭਾਈ ਰੇਸ਼ਮ ਸਿੰਘ ਜੀ ਦੀ ਮਹਾਂਪੁਰਖਾਂ ਨੇ ਡਿਊਟੀ ਲਾਈ, ਤੁਸੀਂ ਆਪਣੇ ਸਿੰਘਾਂ ਨਾਲ ਰਲ ਕੇ ਉੱਥੇ ਹੋਸਪਿਟਲ ਦੇ ਵਿੱਚ ਹਰ ਸਾਲ ਬਾਬਾ ਜੀ ਦੀ ਯਾਦ ਵਿੱਚ ਕੈਂਪ ਵੀ ਲਾਉਂਦੇ ਆ, ਮੈਡੀਕਲ ਕੈਂਪ। ਔਰ ਉੱਥੇ ਹੁਣ ਐਮਰਜੈਂਸੀ ਵਾਰਡ ਬਣਨਾ ਸੀ, ਬਹੁਤ ਵੱਡਾ ਖਰਚਾ ਸੀ, ਕਿਉਂਕਿ ਸਰੀਰ ਇੰਨੇ ਸੀਰੀਅਸ ਆ ਜਾਂਦੇ ਆ ਸਾਧ ਸੰਗਤ ਜੀ, ਵੈਂਟੀਲੇਟਰ ਨਹੀਂ ਹੁੰਦਾ, ਮੌਤ ਦਾ ਕਾਰਨ ਬਣ ਜਾਂਦਾ ਵੈਂਟੀਲੇਟਰ ਲਾਉਣ ਵਾਸਤੇ, ਔਰ ਐਮਰਜੈਂਸੀ ਸਾਰਾ ਵਾਰਡ ਤਿਆਰ ਕਰਨ ਵਾਸਤੇ ਬਹੁਤ ਵੱਡਾ ਖਰਚਾ ਸੀ। ਉਹ ਸੇਵਾ ਭਾਈ ਰੇਸ਼ਮ ਸਿੰਘ ਜੀ ਕਰ ਰਹੇ ਆ, ਇਹ ਬਹੁਤ ਜਿਹੜੇ ਪੰਜਾਂ ਪਿਆਰਾਂ ਦੀ ਸੇਵਾ 'ਚ ਇੱਥੇ ਬੈਠੇ ਸਾਹਮਣੇ ਇਹਨਾਂ ਦੀ। ਹੁਣ ਹੱਡੀਆਂ ਦੇ ਓਪਰੇਸ਼ਨ ਬਹੁਤ ਕੇਸ ਆਉਂਦੇ ਆ, ਉਹਦੇ ਲਈ ਮਸ਼ੀਨ ਦੀ ਵੱਡੀ ਲੋੜ ਸੀ, ਉਹ ਵੀ ਸੇਵਾ ਇਹਨਾਂ ਵੱਲੋਂ ਤੁਹਾਡੇ ਸੰਗਤ ਦੇ ਸਹਿਯੋਗ। ਸੋ ਇਹਨਾਂ ਸਿੰਘਾਂ ਦੀ ਬਹੁਤ ਵੱਡੀ ਸੇਵਾ, ਇਹਨਾਂ ਦਾ ਵੀ ਮੈਂ ਧੰਨਵਾਦ ਕਰਦਾ। ਭਾਈ ਰਘਵੀਰ ਸਿੰਘ ਜੀ ਜੋ ਗੁਰਦੁਆਰਾ ਬਾਬਾ ਸੰਘ ਜੀ ਦੇ ਪ੍ਰਧਾਨ ਸਾਹਿਬ ਹੈ, ਭਾਈ ਦਵਿੰਦਰ ਸਿੰਘ ਜੀ ਜੋ ਪੰਜਾਂ ਪਿਆਰਾਂ 'ਚ ਵੀ, ਭਾਈ ਰੇਸ਼ਮ ਸਿੰਘ ਜੀ, ਭਾਈ ਬਲਦੇਵ ਸਿੰਘ ਜੀ, ਇਹ ਸਾਰੇ ਸਿੰਘ ਸੇਵਾ ਟਕਸਾਲ ਵੱਲੋਂ ਕਰ ਰਹੇ ਆ ਵਿਦੇਸ਼ਾਂ ਵਿੱਚ। ਸੋ ਸੈਕਟਰੀ ਵੀ ਹੈ ਇਹਨਾਂ ਦਾ ਵੀ ਸਤਿਕਾਰ ਜੋ ਗਿਆਨੀ ਬਘੇਲ ਸਿੰਘ ਜੀ, ਭਾਈ ਰਘਵੀਰ ਸਿੰਘ ਜੀ ਵਾਜੇ ਕੌਮ ਵਾਲੇ, ਅਮਰ ਸ਼ਹੀਦ ਭਾਈ ਮਨਵੀਰ ਸਿੰਘ ਜੀ ਚਿਹੇੜੂ, ਉਹਨਾਂ ਦੇ ਬੇਟੇ ਭਾਈ ਗੁਰਮੀਤ ਸਿੰਘ ਜੀ ਬੈਠੇ ਹੈ, ਔਰ ਭਾਈ ਬਲਵਿੰਦਰ ਸਿੰਘ ਜੀ ਚਿਹੇੜੂ ਸੰਗਤ ਵਿੱਚ ਬੈਠੇ ਹੈ, ਔਰ ਇਸੇ ਤਰ੍ਹਾਂ ਸਾਧ ਸੰਗਤ ਜੀ ਪੱਤਣਾ ਵਾਲਾ ਪਰਿਵਾਰ, ਭਾਈ ਸਤਵਿੰਦਰ ਸਿੰਘ ਜੀ ਜਾਗੋ, ਭਾਈ ਹਰਜੀਤ ਸਿੰਘ ਜੀ ਜਾਗੋ, ਇਹਨਾਂ ਸਿੰਘਾਂ ਦੀਆਂ ਬਹੁਤ ਵੱਡੀਆਂ ਸੇਵਾਵਾਂ ਹਨ, ਭਾਈ ਸੁਖਦੀਪ ਸਿੰਘ ਜੀ। ਸੋ ਇਹ ਸਾਰੇ ਸਿੰਘਾਂ ਦਾ ਹੀ ਮੈਂ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ। ਭਾਈ ਗੁਰਨਾਮ ਸਿੰਘ ਜੀ ਤੋਂ ਇਹ ਭਾਈ ਸਤਿਕਾਰਯੋਗ ਗਿਆਨੀ ਤ੍ਰਿਲੋਚਨ ਸਿੰਘ ਜੀ, ਸਾਧ ਸੰਗਤ ਜੀ, ਇਹਨਾਂ ਨੇ ਪਾਠ ਬੋਧ ਦੀ ਸੇਵਾ ਬਹੁਤ ਤਨਦੇਹੀ ਨਾਲ, ਬੜੇ ਪ੍ਰੇਮ ਨਾਲ ਕਰਵਾਈ ਹੈ, ਜ਼ਿੰਮੇਵਾਰੀ ਸਮਝ ਕੇ। ਅਤੇ ਇਹਨਾਂ ਦੇ ਨਾਲ ਜਿੰਨੇ ਵੀ ਸਿੰਘ ਆ, ਭਾਈ ਸਿਮਰਨ ਸਿੰਘ, ਭਾਈ ਅਜੇ ਸਿੰਘ, ਭਾਈ ਕੁਲਦੀਪ, ਭਾਈ ਸਿਮਰਨ ਸਿੰਘ ਜੀ, ਭਾਈ ਕੁਲਦੀਪ ਸਿੰਘ ਜੀ, ਭਾਈ ਅਜੇ ਸਿੰਘ ਜੀ, ਜੱਥੇ ਵਿੱਚੋਂ ਆ ਕੇ ਇਹਨਾਂ ਸਿੰਘਾਂ ਨੇ ਬੜੇ ਪ੍ਰੇਮ ਨਾਲ ਸੇਵਾ ਕੀਤੀ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਗਿਆਨੀ ਅਮਨਦੀਪ ਸਿੰਘ ਜੀ ਟਕਸਾਲ ਵੱਲੋਂ ਬੜਾ ਸੋਹਣਾ ਇਹਨਾਂ ਨੌਜਵਾਨਾਂ ਵਿੱਚ ਇੱਧਰਲੀ
ਅੰਗਰੇਜ਼ੀ ਭਾਸ਼ਾ ਵਿੱਚ ਵੀ ਪ੍ਰਚਾਰ ਕਰਨ ਦੀ ਸੇਵਾ ਕਰ ਰਹੇ ਹੈ। ਗਿਆਨੀ ਅਮਨਦੀਪ ਸਿੰਘ ਦੀ ਬਹੁਤ ਵੱਡੀ ਸੇਵਾ ਇਹਨਾਂ ਸਿੰਘਾਂ ਦੀ ਨੌਜਵਾਨਾਂ ਵਿੱਚ, ਤੋ ਇਹਨਾਂ ਦਾ ਭਾਈ ਕਾਲਾ ਸਿੰਘ ਜੀ, ਤੋ ਜਿੰਨੇ ਵੀ ਭਾਈ ਤੁਸੀਂ ਬੈਠੇ ਹੋ, ਤੁਹਾਡਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ। ਕੁਝ ਨਾਮ ਰਹਿ ਗਏ ਤਾਂ ਮੈਨੂੰ ਖਿਮਾ ਕਰਨੀ। ਸੰਗਤ ਵਿੱਚ ਰਾਣਾ ਜੀ ਬੈਠੇ ਹੈ, ਸੋ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਪੂਰਾ ਨਾਮ ਨਹੀਂ ਮੈਨੂੰ ਯਾਦ ਆਇਆ, ਭਾਈ ਰਣਜੀਤ ਸਿੰਘ ਜੀ ਰਾਣਾ ਜੀ। ਸੋ ਇਹਨਾਂ ਸਿੰਘਾਂ ਨੇ ਵੀ ਹਮੇਸ਼ਾ ਜਦੋਂ ਪੰਜਾਬ ਵਿੱਚ ਵੀ ਜਾਂਦੇ ਹੈ, ਉੱਥੇ ਵੀ ਔਰ ਇੱਥੇ ਵੀ ਬਹੁਤ ਇਹ ਸਿੰਘ ਉਤਸ਼ਾਹ ਨਾਲ ਸੇਵਾਵਾਂ ਨਿਭਾਉਣ ਵਾਲੇ ਹੈ। ਬਹੁਤ ਵੱਡੀ ਇਹਨਾਂ ਸਿੰਘਾਂ ਨੇ ਹਮੇਸ਼ਾ ਤਨਦੇਹੀ ਨਾਲ ਅੱਗੇ ਹੋ ਕੇ ਸੇਵਾ ਕੀਤੀ ਹੈ। ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਜੀ ਦੇ ਭਤੀਜੇ ਭਾਈ ਸਾਹਿਬ ਭਾਈ ਖਜਾਨ ਸਿੰਘ ਜੀ ਸੰਗਤ ਵਿੱਚ ਬੈਠੇ ਆ, ਉਹਨਾਂ ਨੇ ਵੀ ਦਰਸ਼ਨ ਦਿੱਤੇ ਹੈ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਇਤਨੀ ਹਾਜ਼ਰੀ ਪ੍ਰਵਾਨ ਕਰਨੀ, ਸਾਰੀ ਸੰਗਤ ਦਾ ਹੀ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ। ਜਿੰਨੇ ਤੁਸੀਂ ਮਹਾਂਪੁਰਖਾਂ ਦੀ ਯਾਦ ਵਿੱਚ ਜੁੜੇ ਹੋ, ਸੇਵਾ ਕੀਤੀ ਹੈ, ਸਭ ਦਾ ਹੀ ਬਹੁਤ ਬਹੁਤ ਧੰਨਵਾਦ। ਇਤਨੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਪਰਾ ਪੂਰਬਲਾ ਅੰਕੁਰ ਜਾਗਿਆ, ਰਾਮ ਨਾਮ ਮਨ ਲਾਗਿਆ, ਮਨ ਤਨ ਹਰ ਦਰਸ ਸਮਾਵੈ, ਨਾਨਕ ਦਾਸ ਸੱਚੇ ਗੁਣ ਗਾਵੈ। ਸਤਸੰਗ ਜੀ, ਇਹ ਕਥਾ ਤੁਸੀਂ ਕਰਾ ਲਈ, ਮੇਰਾ ਤਾਂ ਅੱਜ ਸਾਹ ਨਹੀਂ ਨਿਕਲਦਾ ਸੀ। ਪਤਾ ਨਹੀਂ ਤੁਸੀਂ ਕੀ ਕਰਾਮਾਤ ਵਰਤਾਈ ਆ, ਤੁਹਾਡਾ ਰੋਮ ਰੋਮ ਧੰਨਵਾਦ ਹੈ ਸਾਰੀ ਸੰਗਤ ਦਾ। ਵਾਹਿਗੁਰੂ ਜੀ ਕਾ ਖਾਲਸਾ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਗੁਰੂ ਨਵਾਜੀ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਚਿੱਟਿਆਂ ਬਾਜਾਂ ਵਾਲੇ ਕਲਗੀਧਰ ਦਸ਼ਮੇਸ਼ ਪਿਤਾ ਦੀ ਬਖਸ਼ਿਸ਼ ਫਤਿਹ ਨਾਲ ਸਾਂਝ ਪਾਈਏ, ਲਵਾਈਏ ਗੁਰਚਰਨਾਂ ਵਿੱਚ ਹਾਜ਼ਰੀ, ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਆਪ ਜੀ ਨੇ ਬਚਨ ਸਰਵਣ ਕੀਤੇ ਨੇ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ। ਸੋ ਸਾਧ ਸੰਗਤ ਜੀ, ਹੁਣ ਪ੍ਰਬੰਧਕ ਕਮੇਟੀ ਔਰ ਆਪ ਸਿੱਖ ਸੰਗਤਾਂ ਮਹਾਂਪੁਰਖਾਂ ਦਾ ਸਨਮਾਨ ਹੋਣਾ ਹੈ। ਸੋ ਸਾਧ ਸੰਗਤ ਜੀ, ਜਿੱਥੇ ਮਹਾਂਪੁਰਖਾਂ ਦਾ ਸਨਮਾਨ ਹੋਣਾ ਹੈ, ਮੈਂ ਬੇਨਤੀ ਕਰਾਂਗਾ ਸਾਡੇ ਅਤਿ ਸਤਿਕਾਰਯੋਗ ਸਰਦਾਰ ਰਘਵੀਰ ਸਿੰਘ ਜੀ ਲਾਲੀ, ਔਕਲੈਂਡ ਰਣਵੀਰ ਸਿੰਘ ਜੀ, ਔਕਲੈਂਡ ਨਿਊਜ਼ੀਲੈਂਡ ਤੋਂ ਜੋ ਉਚੇਚੇ ਤੌਰ 'ਤੇ ਆਏ ਨੇ। ਸੋ ਸਾਧ ਸੰਗਤ ਜੀ, ਨਿਊਜ਼ੀਲੈਂਡ ਔਕਲੈਂਡ ਦੇ ਏਰੀਏ ਦੇ ਵਿੱਚ ਜਿੰਨੇ ਵੀ ਗੁਰਦੁਆਰਾ ਸਾਹਿਬਾਨ ਨੇ, ਉੱਥੇ ਦੇ ਸਮੁੱਚੇ ਹੀ ਪ੍ਰਬੰਧਾਂ ਨੂੰ ਬੜੇ ਸੁਚੱਜੇ ਢੰਗ ਦੇ ਨਾਲ ਚਲਾਉਂਦਿਆਂ ਹੋਇਆਂ, ਉਹਨਾਂ ਦੀ ਅਗਵਾਈ ਕਰਦਿਆਂ ਹੋਇਆਂ, ਉੱਥੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਪ੍ਰਚਾਰ ਕਰਦੇ ਨੇ। ਸੋ ਮੈਂ ਬੇਨਤੀ ਕਰਾਂਗਾ ਸਰਦਾਰ ਰਣਵੀਰ ਸਿੰਘ ਜੀ ਹੋਣਾਂ ਨੂੰ ਵੀ ਕਿ ਉਹ ਮਹਾਂਪੁਰਖਾਂ ਕੋਲੋਂ ਆ ਕੇ ਆਪਣਾ ਸਨਮਾਨ ਪ੍ਰਾਪਤ ਕਰਨ। ਔਰ ਸਾਧ ਸੰਗਤ ਜੀ, ਮੈਂ ਬੇਨਤੀ ਕਰਾਂਗਾ ਸਮੁੱਚੇ ਹੀ ਪ੍ਰਬੰਧਕ ਸਾਹਿਬਾਨਾਂ ਵੱਲੋਂ ਕਿ ਜਿੱਥੇ ਮਹਾਂਪੁਰਖਾਂ ਦਾ ਵੀ ਸਨਮਾਨ ਹੋਣਾ ਹੈ, ਸਾਰੇ ਆਏ ਹੋਏ ਪਤਵੰਤ ਅਤੇ ਸੱਜਣ ਮਹਾਂਪੁਰਖਾਂ ਦੇ ਸਨਮਾਨ ਵਿੱਚ ਮਹਾਂਪੁਰਖਾਂ ਦੇ ਨਾਲ ਆ ਕਰਕੇ ਸਰਦਾਰ ਰਣਵੀਰ ਸਿੰਘ ਜੀ ਹੋਣਾ ਲਾਲੀ ਜੀ ਦਾ ਸਨਮਾਨ ਕਰੀਏ। ਬੋਲੇ ਸੋ ਨਿਹਾਲ
ਸਤਸੰਗ ਜੀ ਹੁਣ ਮੈਂ ਬੇਨਤੀ ਕਰਾਂਗਾ ਗਿਆਨੀ ਰੇਸ਼ਮ ਸਿੰਘ ਜੀ ਹੋਣਾ ਨੂੰ ਵੀ, ਗਿਆਨੀ ਬਲਦੇਵ ਸਿੰਘ ਜੀ ਹੋਣੀ ਮੈਨੂੰ ਲੱਗਦਾ ਉਹ ਚਲੇ ਗਏ ਨੇ, ਸੋ ਮਹਾਂਪੁਰਖਾਂ ਦਾ ਵੀ ਸਨਮਾਨ ਹੋਣਾ। ਮੈਂ ਭਾਈ ਦਇਆ ਸਿੰਘ ਜੀ ਹੋਣਾ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਵੀ ਆ ਕਰਕੇ ਮਹਾਂਪੁਰਖਾਂ ਦੇ ਸਨਮਾਨ ਵਿੱਚ ਸਟੇਜ 'ਤੇ ਆਉਣ। ਸੋ ਸਤਸੰਗਤ ਜੀ, ਕੱਲ੍ਹ ਨੂੰ ਜਿੱਥੇ ਸਵੇਰ ਨੂੰ 8 ਵਜੇ ਅੰਮ੍ਰਿਤ ਦਾ ਬਾਟਾ ਗੁਰੂ ਹਰਿਰਾਏ ਗੁਰਦੁਆਰਾ ਸਾਹਿਬ ਵਿਖੇ ਤਿਆਰ ਹੋਣ ਜਾ ਰਿਹਾ ਹੈ, ਸੋ ਸਮੁੱਚੇ ਹੀ ਪ੍ਰਬੰਧਕ ਸਾਹਿਬਾਨਾਂ ਵੱਲੋਂ ਬੇਨਤੀ ਹੈ ਕਿ ਉਸ ਖੰਡੇ ਬਾਟੇ ਦੀ ਪਹੁਲ ਛੱਕ ਕੇ ਗੁਰੂ ਵਾਲੇ ਬਣੀਏ। ਬੋਲੇ ਸੋ ਨਿਹਾਲ। ਸੋ ਧੰਨਵਾਦ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭੰਡਰਾਂ ਵਾਲਿਆਂ ਦਾ ਦੇ ਤੌਰ 'ਤੇ ਇਹਨਾਂ ਸਮਾਗਮਾਂ ਵਿੱਚ ਆ ਕਰਕੇ ਹਾਜ਼ਰੀਆਂ ਭਰੀਆਂ ਨੇ, ਔਰ ਸਰਦਾਰ ਰਣਵੀਰ ਸਿੰਘ ਜੀ ਲਾਲੀ ਜੋ ਕਿ ਉਚੇਚੇ ਤੌਰ ਤੋਂ ਔਕਲੈਂਡ ਨਿਊਜ਼ੀਲੈਂਡ ਤੋਂ ਆਏ ਨੇ। ਸਿੰਘ ਜੀ ਪੂਰੇ 40 ਵਰੇ ਹੋ ਗਏ ਨੇ ਇਸ ਸਾਲ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਬਰਸੀ ਨੂੰ ਮਨਾਉਂਦਿਆਂ ਹੋਇਆਂ ਬਾਬਾ ਸਿੰਘ ਜੀ ਦੇ ਸਥਾਨ ਦੇ ਉੱਪਰ। ਸੋ ਇਹ ਸਮੁੱਚਾ ਕ੍ਰੈਡਿਟ ਜੋ ਹੈ ਉਹ ਗਿਆਨੀ ਰੇਸ਼ਮ ਸਿੰਘ ਜੀ ਹੋਣਾਂ ਨੂੰ ਔਰ ਉਹਨਾਂ ਦੇ ਜੱਥੇ ਨੂੰ ਜਾਂਦਾ ਆ, ਜਿਨ੍ਹਾਂ ਨੇ 40 ਸਾਲ ਤੋਂ ਲੈ ਕਰਕੇ ਹੁਣ ਤੱਕ ਬਿਨਾਂ ਕਿਸੇ ਅੜਚਨ ਤੋਂ ਜਾਂ ਕਿਸੇ ਔਕੜ ਤੋਂ ਮਹਾਂਪੁਰਖਾਂ ਦੀ ਇਹ ਬਰਸੀ ਲਗਾਤਾਰ ਬਾਬਾ ਸਿੰਘ ਜੀ ਦੇ ਸਥਾਨ ਦੇ ਉੱਪਰ ਮਨਾ ਰਹੇ ਨੇ। ਸੋ ਸਤਸੰਗਤ ਜੀ, ਹੁਣ ਸਾਡੇ ਅਤਿ ਸਤਿਕਾਰਯੋਗ ਰਾਗੀ ਬਲਦੇਵ ਸਿੰਘ ਜੀ ਅਤੇ ਉਹਨਾਂ ਦਾ ਕੀਰਤਨੀ ਜਥਾ ਇੱਕ ਸ਼ਬਦ ਦੀ ਹਾਜ਼ਰੀ ਭਰੇਗਾ, ਉਸ ਤੋਂ ਉਪਰੰਤ ਸਮਾਪਤੀ ਦੀ ਅਰਦਾਸ ਹੋਵੇਗੀ। ਸੋ ਮਹਾਂਪੁਰਖਾਂ ਦਾ ਤਹਿ ਦਿਲੋਂ ਧੰਨਵਾਦ ਆਏ ਹੋਏ ਪਤਵੰਤੀ ਸੱਜਣਾਂ ਦਾ, ਜਿਨ੍ਹਾਂ ਨੇ ਆ ਕਰਕੇ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਗੁਰੂ ਮਹਾਰਾਜ ਜੀ ਦੀ ਬਾਣੀ ਦਾ ਸਰਵਣ ਕੀਤਾ ਹੈ। ਸੋ ਸਤਸੰਗਤ ਜੀ ਆਓ, ਰਾਗੀ ਬਲਦੇਵ ਸਿੰਘ ਜੀ ਅਤੇ ਉਹਨਾਂ ਦੇ ਜੱਥੇ ਪਾਸੋਂ ਕੀਰਤਨ ਸਰਵਣ ਕਰੀਏ। ਸੋ ਇੱਕ ਵਾਰ ਫਿਰ PBC ਚੈਨਲ ਔਰ ਉਸਦੀ ਸਮੁੱਚੀ ਟੀਮ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਆ ਕਰਕੇ ਸਮੁੱਚੇ ਹੀ ਜੋ ਪ੍ਰੋਗਰਾਮ ਨੂੰ ਲਾਈਵ ਟੈਲੀਕਾਸਟ ਦਿੱਤਾ ਹੈ, ਔਰ ਨਾਲ ਦੇ ਨਾਲ ਸਾਡੇ ਅਤਿ ਸਤਿਕਾਰਯੋਗ ਗਿਆਨੀ ਰਘਵੀਰ ਸਿੰਘ ਜੀ, ਜਿਨ੍ਹਾਂ ਨੇ ਆਵਾਜ਼ੇ ਕੌਮ TV ਤੋਂ ਇਹ ਸਮੁੱਚਾ ਹੀ ਪ੍ਰੋਗਰਾਮ ਲਾਈਵ ਕਰਵਾਇਆ ਹੈ। ਸੋ ਦੋਨੇ ਹੀ ਚੈਨਲਾਂ ਦਾ ਧੰਨਵਾਦ, ਜਿਨ੍ਹਾਂ ਨੇ ਸਮੁੱਚੇ ਪ੍ਰੋਗਰਾਮ ਨੂੰ ਇੰਗਲੈਂਡ ਹੀ ਨਹੀਂ ਦੁਨੀਆ ਦੇ ਹਰ ਕੋਨੇ ਤੱਕ ਪਹੁੰਚਾਇਆ ਹੈ। ਗੁਰੂ ਮਹਾਰਾਜ ਇਹਨਾਂ ਦੀ ਸਮੁੱਚੀ ਟੀਮ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਔਰ ਇਹ ਚੈਨਲ ਇਸੇ ਤਰ੍ਹਾਂ ਕੌਮ ਦੀ ਜੋ ਇਹ ਸੇਵਾ ਹੈ, ਕਿਉਂਕਿ ਘਰ ਬੈਠਿਆਂ ਦੇ ਔਰ ਜੋ ਬਾਹਰ ਨੇ ਉਹਨਾਂ ਦੇ ਕੋਲ ਇਹ ਪ੍ਰੋਗਰਾਮਾਂ ਦਾ ਲਾਈਵ ਟੈਲੀਕਾਸਟ, ਇਹ ਵੀ ਇੱਕ ਸੇਵਾ ਹੁੰਦੀ ਹੈ। ਸੋ ਆਓ ਵੱਧ ਤੋਂ ਵੱਧ ਇਹਨਾਂ ਚੈਨਲਾਂ ਦਾ ਵੀ ਸਾਥ ਦੇਈਏ, ਤਾਂ ਕਿ ਇਹ ਸਾਡੇ ਕੋਲ ਇੱਦਾਂ ਦੇ ਪ੍ਰੋਗਰਾਮ ਦਿੰਦੇ ਰਹਿਣ। ਸੋ ਆਓ ਰਾਗੀ ਬਲਦੇਵ ਸਿੰਘ ਜੀ ਅਤੇ ਉਹਨਾਂ ਦੇ ਕੀਰਤਨੀ ਜੱਥੇ ਪਾਸੋਂ ਕੀਰਤਨ ਸਰਵਣ ਕਰੀਏ, ਉਸ ਤੋਂ ਉਪਰੰਤ ਸਮਾਪਤੀ ਦੀ ਅਰਦਾਸ ਹੋਵੇਗੀ। ਸੋ ਸਤਸੰਗ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਈ ਜਨ ਨਾਨਕ ਜਨ ਜਨ ਨਾਨਕ ਨਾਨਕ ਜਨ ਕੋ ਕਿਰਪਾ ਪਈ ਤਿਨ ਸੇਵਿਆ ਸਿਰਜਨ ਮਹਿਮਾ ਸਾਧੂ ਸੰਗ ਕੀ ਸੁਣ ਹੋ ਮੇਰੇ ਮੀਤਾ ਸੁਣ ਹੋ ਮੇਰੇ ਮੀਤਾ ਮਹਿਮਾ ਸਾਧੂ ਸੰਗ ਕੀ ਸੁਣ ਹੋ ਮੇਰੇ ਮੀਤਾ ਸੁਣ ਹੋ ਸੰਗ ਕੀ ਸੁਣ ਹੋ ਮੇਰੇ ਮੀਤਾ ਸੁਣ ਹੋ ਮੇਰੇ ਮੀਤਾ ਮਹਿਮਾ ਸਾਧੂ ਸੰਗ ਸੁਣੋ
ਦਮ ਕਰਤੇ ਦਮ ਆਡ ਕੋ ਤੇ ਗਣੀ ਤਨੀ ਤਾ ਤੇ ਗਣੀ ਤਨੀ ਤਾ ਤੇ ਗਣੀ ਤਨੀ ਤਾ ਮਹਿਮਾ ਸਾਧੂ ਸੰਗ ਸੁਣੋ
ਸਾਧੂ ਸੰਗ ਸੁਣੋ।